ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਤੁਹਾਡਾ, ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਉਮੀਦ ਕਰਦੇ ਹਾਂ ਜੀ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਏਗਾ ਜੀ। ਅਤੇ ਤੁਸੀਂ ਸੁਣ ਰਹੇ ਹੋ ਜੀ ਕੁਲਵੀਰ ਸਿੰਘ ਦੇ ਨਾਲ ਹੀ ਤਾਂ ਪੰਜਾਬੀ, ਅਤੇ ਅੱਜ ਅਸੀਂ ਗੱਲ ਕਰ ਰਹਾਂਗੇ ਆਪਣੇ ਪੰਜਾਬੀ ਪੈਰਿਸ ਤੋਂ ਬਾਈ ਜੀ ਯਾਦਵਿੰਦਰ ਜੀ, ਅਤੇ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਉਹਨਾਂ ਤੋਂ ਅਸੀਂ ਫਰਾਂਸ ਦੀ ਜਿਹੜੀ ਇਨਫੋਰਮੇਸ਼ਨ ਆ ਸਾਰੀ ਲਵਾਂਗੇ ਕਿ ਕੀ ਗੱਲਬਾਤ ਆ, ਕਿੱਦਾਂ ਕਿਹੜੇ ਬੰਦੇ ਉੱਥੇ ਜਾਣਾ। ਮਿਊਜ਼ਿਕ ਵਰਲਡ ਬਾਈ, ਸਤਿ ਸ਼੍ਰੀ ਅਕਾਲ ਬਾਜੀ। ਸਭ ਤੋਂ ਪਹਿਲਾਂ ਆਪਣੇ ਬਾਈ ਜੀ ਹੁੰਦੇ, ਕੋਈ ਵੀ ਵੀਡੀਓ ਹੋਵੇ ਜਾਂ ਆਪਣੇ ਨਾਲ ਲਾਈਵ ਹੋਵੇ, ਸਭ ਤੋਂ ਪਹਿਲਾਂ ਕਮੈਂਟ ਜਾਂ ਲਾਈਵ ਇਹਨਾਂ ਦਾ ਹੀ ਹੁੰਦਾ। ਅਤੇ ਸਭ ਤੋਂ ਮੇਨ ਗੱਲ ਜੀ, ਸਾਨੂੰ ਇਹ ਜ਼ਰੂਰ ਦੱਸ ਦਿਓ ਕਿ ਪਿਛਲੀ ਜਿਹੜੀ ਲਾਈਵ ਹੋਈ ਸੀ ਉਹਦੇ ਵਿੱਚ ਆਵਾਜ਼ ਦੀ ਥੋੜ੍ਹੀ ਜਿਹੀ ਪ੍ਰੋਬਲਮ ਸੀ ਕਿ ਆਵਾਜ਼ ਥੋੜ੍ਹੀ ਘੱਟ ਸੀ। ਅਗਰ ਇਸ ਲਾਈਵ ਦੇ ਵਿੱਚ ਆਵਾਜ਼ ਤੁਹਾਨੂੰ ਠੀਕ ਸੁਣਦੀ ਹੋਈ ਤਾਂ ਮੈਨੂੰ ਜ਼ਰੂਰ ਦੱਸਿਓ, ਅਗਰ ਘੱਟ ਹੋਈ ਤਾਂ ਇਹਦੇ ਬਾਰੇ ਵੀ ਦੱਸਿਓ। ਅੱਜ ਦਾ ਜਿਹੜਾ ਲਾਈਵ ਆ ਫਲੂਸੀ ਦਾ ਨਹੀਂ ਹੈਗਾ, ਇਤਾ ਪੰਜਾਬੀ ਪੈਰਿਸ, ਪੰਜਾਬੀ ਪੈਰਿਸ ਤੋਂ, ਪੰਜਾਬੀ ਪੈਰਿਸ ਤੋਂ ਲਾਈਵ ਆ ਜੀ, ਪੰਜਾਬੀ ਪੈਰਿਸ ਤੋਂ ਭਾਜੀ ਯਾਦਵਿੰਦਰ ਜੀ ਪੈਰਿਸ। ਹਾਂਜੀ ਉਹਨਾਂ ਦੇ ਨਾਲ। ਅਤੇ ਹੁਣ ਗੱਲ ਕਰਦੇ ਆਪਾਂ, ਭਾਜੀ ਨੂੰ ਮੈਂ ਕਾਲ ਲਾ ਕੇ ਦੇਖਦਾ ਅਤੇ ਉਹਨਾਂ ਨਾਲ ਲਾਈਵ ਹੋ ਕੇ ਫਿਰ ਮੈਂ ਤੁਹਾਨੂੰ ਸਾਰਿਆਂ ਦੀ ਗੱਲਬਾਤ ਕਰਾਉਂਦੇ ਜੀ। ਵਾਹਿਗੁਰੂ। ਅਤੇ ਬਾਕੀ ਇਹਦੇ ਵਿੱਚ ਤੁਹਾਡਾ ਕੋਈ ਵੀ ਸਵਾਲ ਹੋਵੇ, ਤੁਸੀਂ ਆਪਣਾ ਜਰਮਨ ਬਾਰੇ ਪੁੱਛ ਸਕਦੇ, ਪੈਰਿਸ ਬਾਰੇ, ਹਾਂਜੀ ਕੋਈ ਵੀ ਸਵਾਲ ਜਵਾਬ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ। ਅਤੇ ਸਾਡੇ ਨਾਲ ਫੋਨ 'ਤੇ ਜੁੜ ਗਏ ਆਪਣੇ ਯਾਦਵਿੰਦਰ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਏਕਤਾ ਪੰਜਾਬੀ ਵਾਲੇ ਜਿੰਨੇ ਵੀ ਭੈਣ ਭਰਾ ਜੁੜੇ ਹੋਏ ਆ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ? ਠੀਕ ਠਾਕ ਹੋ? ਹਾਂਜੀ ਭਾਜੀ, ਮੇਰੇ ਹਿਸਾਬ ਨਾਲ ਤਕਰੀਬਨ ਸਾਰੇ ਠੀਕ ਹੋਣ। ਅਤੇ ਆਵਾਜ਼ ਦੀ ਪ੍ਰੋਬਲਮ ਆ ਰਹੀ ਹੈ, ਕਹਿੰਦੇ ਆਵਾਜ਼ ਥੋੜ੍ਹੀ ਜਿਹੀ ਘੱਟ ਆ, ਅਤੇ ਇਹਦੇ ਬਾਰੇ ਚਲੋ ਕੋਈ ਨਹੀਂ, ਫਿਲਹਾਲ ਬਾਅਦ ਵਿੱਚ ਹੁਣ ਦੇਖਦੇ ਹਾਂ। ਅਤੇ ਅੱਜ ਦਾ ਭਾਜੀ ਪ੍ਰੋਗਰਾਮ ਆਪਾਂ ਜਿਹੜਾ ਲਾਈਵ ਰੱਖਿਆ ਇਹ ਤੁਹਾਡੇ ਬਾਰੇ ਰੱਖਿਆ ਕਿ ਭਾਜੀ ਯਾਦਵਿੰਦਰ ਭਾਜੀ ਬਾਰੇ ਸਾਰੇ ਦੱਸਿਆ ਜਾਵੇ ਕਿ ਸਾਡੀ ਗੱਲਬਾਤ ਹੋਈ ਸੀ, ਮੈਂ ਭਾਜੀ ਨੂੰ ਪੁੱਛਣਾ ਸੀਗਾ। ਮੈਂ ਮੇਰਾ ਵੀ ਚਿੱਤ ਕਰਦਾ ਭਾਜੀ ਨੂੰ ਪੁੱਛਣ ਦਾ ਕਿ ਫਰਾਂਸ, ਜਿੱਦਾਂ ਹੁਣ ਇਟਲੀ ਦੇ ਬਾਰੇ ਸਾਨੂੰ ਇਨਫੋਰਮੇਸ਼ਨ, ਫਰਾਂਸ ਦੇ ਵਿੱਚ ਅਗਰ ਕੋਈ ਬੰਦਾ ਕੋਈ ਨਵਾਂ ਆਉਣਾ ਚਾਹੁੰਦਾ ਹੋਵੇ ਜਾਂ ਕੋਈ ਜਿਹੜਾ ਆ ਜਾ, ਕੀ ਹਿਸਾਬ ਤਾਂ ਸਿਚੁਏਸ਼ਨ ਕੀ ਹੈ ਇਸ ਟਾਈਮ ਫਰਾਂਸ ਦੀ, ਅਤੇ ਕੀ ਹਿਸਾਬ ਤਾਂ ਤੁਸੀਂ ਕੁਛ ਭਾਜੀ ਇਸ ਬਾਰੇ ਦੱਸਣਾ ਚਾਹੋਗੇ ਜੀ? ਹਾਂਜੀ ਭਾਜੀ, ਫਰਾਂਸ ਦੇ ਵਿੱਚ ਭਾਜੀ ਕੰਮ ਹੈਗਾ ਆ, ਇੰਦਾ ਨਹੀਂ ਗੱਲ ਨਹੀਂ ਹੈਗੀ ਕਿ ਫਰਾਂਸ ਦੇ ਵਿੱਚ ਕੰਮ ਹੈ ਨਹੀਂ ਗਾ, ਕਿਉਂਕਿ ਤੁਹਾਨੂੰ ਅੱਗੇ ਬੰਦਾ ਕੰਮ ਤੇ ਲਵਾਉਣ ਵਾਲਾ ਚਾਹੀਦਾ ਆ। ਹਾਂਜੀ ਠੀਕ ਹੈ ਜੀ। ਹਾਂਜੀ ਤੁਹਾਨੂੰ ਕੋਈ ਬੰਦਾ, ਤੁਹਾਡਾ ਕੋਈ ਸਾਥ ਦੇਣ ਵਾਲਾ ਹੋਵੇ, ਵੀ ਤੁਹਾਨੂੰ ਬੰਦਾ ਅੱਗੇ ਸਾਂਭਣ ਵਾਲਾ ਹੋਵੇ, ਤਾਂ ਤੁਹਾਨੂੰ ਕੰਮ ਮਿਲ ਜਾਂਦਾ। ਇਹ ਤਕਰੀਬਨ ਆਪਣੇ ਸਾਰੇ ਯੂਰਪ ਦੇ ਵਿੱਚ ਹੀ ਆ ਇੱਦਾਂ, ਵੀ ਤੁਹਾਨੂੰ ਕੋਈ ਅੱਗੇ ਬੰਦਾ ਤੁਹਾਡੀ ਬਾਂਹ ਫੜਨ ਵਾਲਾ ਹੋਵੇ ਤਾਂ ਤੁਹਾਡੇ ਚਾਂਸਿਸ ਵੱਧ ਜਾਂਦੇ ਨੇ ਕੰਮ ਕੁੰਮ ਦੇਖ ਤੇ, ਤੁਹਾਨੂੰ ਗਾਹਾਂ ਅੱਗੇ ਹੈਲਪ ਵੀ ਤੁਹਾਡੀ ਹੁੰਦੀ ਆ ਹਰ ਇੱਕ ਫੀਲਡ ਦੇ ਵਿੱਚ। ਤੁਸੀਂ ਚਾਹੇ ਕੰਮ ਤੇ ਲੱਗਣਾ ਜਾਂ ਤੁਸੀਂ ਕੋਈ ਪਰੂਫ ਬਣਾਉਣਾ ਆ ਜਾਂ ਤੁਹਾਨੂੰ ਕਿਸੇ ਵੀ ਡਾਕੂਮੈਂਟ ਦੀ ਲੋੜ ਆ, ਤੁਹਾਨੂੰ ਕੋਈ ਬੰਦਾ ਜਾਣਦਾ ਹੋਊਗਾ ਤੇ ਤੁਹਾਨੂੰ ਆਸਾਨੀ ਹੋਊਗੀ। ਆਸਾਨੀ ਹੋਊਗੀ ਹਾਂਜੀ, ਜਿੱਦਾਂ ਕਿ ਤਕਰੀਬਨ ਹਰ ਕੰਟਰੀ ਵਿੱਚ ਇਹ ਹੁੰਦਾ ਹੀ ਆ ਜੀ। ਹਾਂਜੀ ਸਹੀ ਹੈ। ਤੇ ਭਾਜੀ ਜਿਹੜੇ ਤਕਰੀਬਨ ਆਪਣੇ ਬੰਦੇ ਆਪਣੇ, ਤੁਸੀਂ ਦੇਖਿਆ ਹੋਣਾ ਵੀ ਸ਼ਾਇਦ ਕੋਈ ਹੋਰ ਕੰਟਰੀ ਤੋਂ, ਮੰਨ ਲਓ ਇਟਲੀ ਤੋਂ ਵੀ 9 ਮਹੀਨੇ ਵਾਲਾ ਪੇਪਰ ਲੈ ਕੇ ਜਾਂਦੇ ਆ ਤੇ ਉਹਨਾਂ ਦੀ ਐਕਸਪਾਇਰ ਹੋ ਜਾਂਦੀ ਆ, ਤੇ ਉਹ ਬਾਈ ਚਾਂਸ ਉੱਥੇ ਇਟਲੀ ਦੇ ਪੇਪਰ ਨਹੀਂ ਹੈਗੇ ਤਾਂ ਫਰਾਂਸ ਵਿੱਚ ਜਾਂਦੇ ਆ। ਮੈਂ ਸੁਣਿਆ ਕਿ ਫਰਾਂਸ ਵਿੱਚ ਥੋੜ੍ਹੀ ਜਿਹੀ ਚੈਕਿੰਗ ਘੱਟ ਆ, ਕੀ ਇਹ ਗੱਲ ਸਹੀ ਹੈ ਕਿ ਬੰਦਿਆਂ ਲਈ ਇੱਥੇ ਆਪਣਾ ਫਰਾਂਸ ਵਿੱਚ ਰਹਿਣਾ ਪਰ ਕੰਮ ਕਹਿੰਦੇ ਬਹੁਤ ਆ, ਸਿਰਫ ਪੇਪਰਾਂ ਦੀ ਪ੍ਰੋਬਲਮ ਆਉਂਦੀ ਹੈ? ਮੈਨੂੰ ਵੈਸੇ ਹੀ ਅੱਜ ਇੱਕ ਬੰਦੇ ਨੇ ਦੱਸਿਆ, ਮੈਂ ਕਿਹਾ ਆਪਣੇ ਬਾਈ ਜੀ ਨੂੰ ਮੈਂ ਫੋਨ ਕਰਕੇ ਜ਼ਰੂਰ ਪੁੱਛੂੰਗਾ। ਹਾਂਜੀ ਬਾਈ ਜੀ, ਇਹ ਗੱਲ ਬਿਲਕੁਲ ਸੱਚ ਆ ਵੀ ਜਿਹੜਾ ਫਰਾਂਸ ਆ, ਫਰਾਂਸ ਦੇ ਵਿੱਚ ਜਿਹੜੀ ਚੈਕਿੰਗ ਆ ਉਹ ਕਿਸਾ ਦੂਜੀਆਂ ਕੰਟਰੀਆਂ ਨਾਲੋਂ ਬਹੁਤ ਘੱਟ ਆ। ਇੱਥੇ ਕੱਚੇ ਬੰਦੇ ਬਹੁਤ ਕੰਮ ਕਰਦੇ ਆ, ਇੱਥੇ ਜਿਹੜੇ ਤੁਸੀਂ ਐਗਜ਼ਾਮਪਲ ਦੇ ਤੌਰ ਦੇ ਉੱਪਰ ਵੀ ਜਿੱਦਾਂ ਬਹੁਤ ਸਾਰੇ ਬੰਦੇ ਆ ਜਿਨ੍ਹਾਂ ਕੋਲ ਇਟਲੀ ਦੇ ਪੇਪਰ ਆ, ਸਪੇਨ ਦੇ ਪੇਪਰ ਆ, ਪੁਰਤਗਾਲ ਦੇ ਪੇਪਰ ਆ, ਪਰ ਉਹ ਕੰਮ ਫਰਾਂਸ ਦੇ ਵਿੱਚ ਕਰਦੇ ਆ। ਤੇ ਫਰਾਂਸ ਦੀ ਗੌਰਮੈਂਟ ਇਹ ਕਹਿੰਦੀ ਆ ਵੀ ਤੁਸੀਂ ਕੋਈ ਲੜਾਈ ਝਗੜਾ ਨਾ ਕਰੋ, ਕੋਈ ਕ੍ਰਾਈਮ ਨਾ ਕਰੋ, ਵੀ ਤੁਸੀਂ ਕੰਮ ਕਰੀ ਚੱਲੋ, ਕੋਈ ਚੱਕਰ ਨਹੀਂ ਹੈਗਾ। ਹਾਂਜੀ ਹਾਂਜੀ ਸਹੀ ਹੈ ਜੀ। ਠੀਕ ਹੈ ਜੀ, ਕਦੇ ਵੀ ਕਿਸੇ ਨੂੰ ਬੇਗਨਾਹ ਨੂੰ ਨਹੀਂ ਕਦੇ ਵੀ ਕਿਸੇ ਨਾਲ ਧੱਕਾ ਹੋਇਆ। ਜੇਕਰ ਬੰਦਾ ਕੋਈ ਕ੍ਰਾਈਮ ਕਰਦਾ ਤੇ ਉਹਦੇ ਨਾਲ ਧੱਕਾ ਤੁਹਾਨੂੰ ਪਤਾ ਹੁੰਦਾ ਹੀ ਹੈ, ਹਰ ਇੱਕ ਯੂਰਪ, ਸਾਰੇ ਯੂਰਪ 'ਚ ਹੀ ਹੁੰਦਾ ਹੈ। ਗੱਲ ਹੈਗੀ ਹੈ ਜੀ। ਹਾਂਜੀ ਹਾਂਜੀ। ਤੇ ਬਾਕੀ ਇੱਕ ਇੱਕ ਹੋਈ ਵੀ ਗੱਲ ਮੈਨੂੰ ਬਾਈ ਨੇ ਇੱਕ ਦੱਸੀ ਸੀ, ਅੱਜ ਫਰਾਂਸ ਤੋਂ ਬੰਦਾ ਉਹ ਜਾ ਕੇ ਆਇਆ ਸੀ, ਕਹਿੰਦਾ ਸੀ ਜੀ
ਫਰਾਂਸ ਵਿੱਚ ਜਿੱਦਾਂ ਮਰਜ਼ੀ ਹੈ ਵੀ ਪੇਪਰ ਬਣ ਨਾ ਬਣ, ਬੰਦਾ ਕੰਮ ਤੋਂ ਕਹਿੰਦਾ ਵਿਹਲਾ ਨਹੀਂ ਬਹਿੰਦਾ। ਕੀ ਇਹ ਗੱਲ ਸਹੀ ਹੈ ਕਿ ਜਿਹੜੇ ਕੋਈ ਸਾਡੇ ਬੰਦੇ ਸੁਣਨ ਵਾਲੇ ਆ, ਕੀ ਪਤਾ ਕੋਈ ਇੱਛਕ ਹੋਵੇ ਫਰਾਂਸ ਨੂੰ ਜਾਣ ਦਾ ਕਿ ਮੈਂ ਫਰਾਂਸ ਵਿੱਚ ਜਾ ਕੇ ਆਪਣਾ ਫਿਊਚਰ ਟਰਾਈ ਕਰਾਂ। ਬਹੁਤ ਸਾਰੇ ਬੰਦੇ ਇੱਥੋਂ ਫਰਾਂਸ ਵਿੱਚ ਜਾਂਦੇ ਆ, ਅਤੇ ਮੈਂ ਕਿਹਾ ਚਲੋ ਬਾਈ ਜੀ ਨੂੰ ਪੁੱਛਾਂਗੇ ਸਾਰੀਆਂ ਗੱਲਾਂ ਜਿੱਦਾਂ ਦੀਆਂ ਵੀ ਹੈਗੀਆਂ ਜੀ। ਹਾਂਜੀ ਭਾਅ ਜੀ ਦੱਸਿਓ ਜੀ। ਨਹੀਂ ਨਹੀਂ ਮੈਂ ਨਾ ਜੋ ਤੁਹਾਡੇ ਮਨ ਦੇ ਵਿੱਚ ਗੱਲਾਂ ਹੈਗੀਆਂ ਤੁਹਾਡੇ ਮਨ 'ਚ ਨੇ, ਕਿਸੇ ਨੇ ਕੋਈ ਉਦਾਂ ਪੁੱਛਣੀ ਹੈ ਕਮੈਂਟ ਕਰ ਸਕਦਾ, ਤੁਸੀਂ ਮੈਨੂੰ ਪੜ੍ਹ ਕੇ ਦੱਸ ਦਿਓ, ਹੈ ਨਾ? ਹਾਂਜੀ ਜਦੋਂ ਹਾਂਜੀ ਮੈਂ ਸਵਾਲ ਆਪਾਂ ਸਾਰੇ ਸਵਾਲਾਂ ਦੇ ਜਵਾਬ ਹਾਂਜੀ ਦੇਵਾਂਗੇ, ਹਾਂਜੀ ਅਸੀਂ ਆਪਾਂ ਕਮੈਂਟਾਂ ਤੇ ਤੇ ਧਿਆਨ ਦਿੱਤਾ ਜੀ ਇਸ ਟਾਈਮ ਪੂਰਾ ਜੀ। ਹਾਂਜੀ ਭਾਅ ਜੀ ਬਾਕੀ ਜਿਹੜੇ ਵੀਰ ਸੁਣਨ ਵਾਲੇ ਆ ਵੀਡੀਓ ਨੂੰ ਸ਼ੇਅਰ ਕਰ ਦੇਣਾ ਆਪਣੀ ਫੇਸਬੁੱਕ ਦੀ ਆਈਡੀ ਦੇ ਵਿੱਚ ਜ਼ਰੂਰ, ਤਾਂ ਜੋ ਤੁਹਾਡੇ ਹੋਰ ਯਾਰ ਮਿੱਤਰ ਜਿਹੜੇ ਆ ਉਹ ਹਾਂਜੀ ਵੀ ਆਪਣੇ ਨਾਲ ਜੁੜ ਸਕਣ। ਆਪਾਂ 10-15 ਮਿੰਟ ਆਪਾਂ ਚਲਾਵਾਂਗੇ, ਹਾਂਜੀ ਗੱਲਾਂ ਬਾਤ ਤੁਹਾਡੇ ਨਾਲ ਕਰਾਂਗੇ, ਤੇ ਹਾਂਜੀ ਆਪਣੇ ਯਾਰਾਂ ਦੋਸਤਾਂ ਨੂੰ ਵੀ ਟੈਗ ਕਰੋ ਵੀ ਉਹ ਆ ਕੇ ਲਾਈਵ ਦੇ ਵਿੱਚ ਜੁੜ ਸਕਣ, ਹਾਂਜੀ ਜੋ ਗੱਲਾਂ ਸੱਚੀਆਂ ਨੇ ਉਹ ਤੁਹਾਨੂੰ ਦੱਸ ਸਕੀਏ। ਜੋ ਫਰਾਂਸ ਅਸਲੀ ਦੇ ਹੈ ਵਿੱਚ ਭਾਜੀ। ਭਾਜੀ ਗੱਲ ਹਾਂਜੀ ਜਿੱਦਾਂ ਪਹਿਲਾਂ ਮੈਂ ਦੱਸਿਆ ਆ ਵੀ ਤੁਹਾਨੂੰ ਕੋਈ ਬੰਦਾ ਕੰਮ ਤੇ ਲਵਾਉਣ ਵਾਲਾ ਹੋਵੇ, ਕੰਮ ਮਿਲ ਹਾਂਜੀ ਜਾਂਦਾ, 30 ਯੂਰੋ ਤੋਂ ਦਿਹਾੜੀ ਜਿਹੜੀ ਆ ਸਟਾਰਟਿੰਗ ਆ ਇੱਥੇ। ਨੋਰਮਲੀ ਹਾਂਜੀ ਜਿਹੜੇ ਕੰਮ ਖੇਤੀਬਾੜੀ ਦਾ ਹੈ ਨਹੀਂ ਗਾ ਫਰਾਂਸ ਦੇ ਵਿੱਚ, ਨਾ ਹੀ ਹਾਂਜੀ ਫਾਰਮਾਂ ਦਾ ਕੰਮ ਆ ਜਿੱਦਾਂ ਇਟਲੀ ਦੇ ਵਿੱਚ। ਹਾਂਜੀ, ਜਾਣੀ ਬੰਦੇ ਦਾ ਲੱਕ ਨਹੀਂ ਟੁੱਟਦਾ, ਤੁਹਾਡਾ ਕਹਿਣ ਦਾ ਮਤਲਬ ਇਹ ਆ ਜੀ। ਹਾਂਜੀ 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 ਤੇ ਇੱਥੇ ਸਭ ਤੋਂ ਜ਼ਿਆਦਾ ਜਿਹੜੇ ਮੇਨ ਆਪਣੇ ਬੰਦੇ ਕੰਮ ਕਰਦੇ ਆ ਮਾਰਸ਼ੇ 'ਚ ਕਰਦੇ, ਜਿਹਨੂੰ ਕਿ ਹਾਂਜੀ ਅੰਗਰੇਜ਼ੀ ਤੁਸੀਂ ਲਾ ਲਓ ਵੀ ਮਾਰਕੀਟ ਲੱਗਦੀ ਆ, ਸਵੇਰੋਂ ਤੇ ਸ਼ਾਮ ਨੂੰ ਚੱਕਣੀ ਹੁੰਦੀ ਆ ਹਾਂਜੀ ਹਾਂਜੀ ਇਹ ਗੱਲ ਵੀ ਭਾਜੀ ਮੈਂ ਤੁਸੀਂ। ਤੁਹਾਨੂੰ ਸੋਰੀ ਮੈਂ 1 ਸੈਕਿੰਡ ਲਈ ਰੋਕਣਾ ਚਾਹੁੰਦਾ, ਇੱਥੋਂ ਬਹੁਤ ਸਾਰੇ ਬੰਦੇ ਆਪਣੇ ਇਟਲੀ ਤੋਂ ਜਾਂਦੇ, ਉਹਨਾਂ ਨੇ ਬਹੁਤ ਵਾਰ ਅਸੀਂ ਕਿਹਾ ਕਿ ਅਸੀਂ ਮਾਰਚਿਆਂ 'ਚ ਕੰਮ ਕਰਦੇ ਹਾਂ, ਅਤੇ ਉਸ ਵੇਲੇ ਮੈਨੂੰ ਪਤਾ ਨਹੀਂ ਸੀ ਹੁੰਦਾ ਵੀ ਕੀ ਹੁੰਦਾ, ਕਹਿੰਦੇ ਵੀ ਮਾਰਕੀਟਾਂ ਲੱਗਦੀਆਂ ਅਤੇ ਉਹਨਾਂ ਦੇ ਵਿੱਚ ਉਹਨਾਂ ਦਾ ਹੀ ਟਾਈਮ ਨਹੀਂ ਹੈਗਾ ਇੱਥੇ, ਕੀ ਇੰਨੇ ਹੀ ਮਾਰਕੀਟ ਲੱਗਦੀ ਆ ਭਾਜੀ, ਇੰਨਾ ਵੀ ਕੰਮ ਉਹਨਾਂ ਦਾ ਹੈ? ਭਾਜੀ ਜਿਹੜੀ ਮਾਰਕੀਟ ਆ ਨਾ ਇੱਥੇ ਪੈਰਿਸ ਦੇ ਵਿੱਚ ਸਾਰੇ 'ਚ ਲੱਗਦੀ ਹੈ, ਤਕਰੀਬਨ ਸੋਮਵਾਰ ਨੂੰ ਬਹੁਤ ਘੱਟ ਲੱਗਦੀ ਹੈ, ਸੋਮਵਾਰ ਨੂੰ ਤਕਰੀਬਨ ਛੁੱਟੀ ਹੁੰਦੀ ਹੈ ਨਾ ਹੋਇਆ ਕਿ, ਬਾਕੀ 6 ਦਿਨ ਹਾਂਜੀ ਲੱਗਦੀ ਲੱਗਦੀ ਆ। ਉਹਦੇ ਵਿੱਚ ਇਹ ਚੀਜ਼ ਹੈ ਵੀ ਤੁਹਾਨੂੰ ਸ਼ਾਮਾਂ ਨੂੰ ਪੈਸੇ ਨਗਦ ਮਿਲ ਜਾਣੇ, ਜੇ ਤੁਹਾਡੀ 30 ਦੀ ਗੱਲ ਹੋਈ ਆ, 30 ਜੇ ਤੁਸੀਂ 35 ਤੇ, ਕੋਈ 50 ਤੇ ਵੀ ਲੱਗੇ, ਕੋਈ 100-100 ਤੇ ਵੀ ਲੱਗੇ ਹੋਏ ਆ ਜਿਨ੍ਹਾਂ ਦਾ ਸਹੀ ਕੰਮ ਹੈਗਾ ਆ। ਹਾਂਜੀ ਮਾਰਕੀਟ ਉਹ ਛੋਟੀ ਜਿਹੀ ਹੁੰਦੀ ਹੈ, ਯਾਨੀ ਕਿ ਤੁਸੀਂ ਕਹਿ ਲਓ ਵੀ 2 ਕੁ ਮੰਜਿਆਂ ਦਾ ਥਾਂ ਹੁੰਦਾ ਆ, ਜਿਹਦੇ ਵਿੱਚ ਕਿਸੇ ਨੇ ਕੱਪੜਾ ਕੋਈ ਵੇਚ ਰਿਹਾ ਆ, ਕੋਈ ਬੰਦਾ ਸਹੀ ਮੋਬਾਈਲਾਂ ਦਾ ਸਮਾਨ ਵੇਚਦਾ ਪਿਆ ਆ, ਹਾਂਜੀ ਜੁੱਤੀਆਂ ਵੇਚਦਾ ਪਿਆ ਆ, ਹਾਂਜੀ ਤੇ ਉਹ ਲੋਕੀ ਉਹਨਾਂ ਨੇ ਵੱਡੇ ਵੱਡੇ ਟਰੱਕ ਰੱਖੇ, ਟਰੱਕਾਂ 'ਚ ਸਮਾਨ ਲਾਉਣਾ, ਛਤਰੀਆਂ ਲਾਉਣੀਆਂ ਨੇ, ਟੇਬਲ ਲਾ ਕੇ ਸਮਾਨ ਸਜਾਉਣਾ ਤੇ ਖੜਨਾ ਆ ਉੱਥੇ। ਆਪਣੇ ਬੰਦੇ ਕੱਚੇ ਬੰਦੇ ਬਹੁਤ ਕੰਮ ਕਰਦੇ ਬਿਨਾਂ ਪੇਪਰਾਂ ਤੋਂ, ਠੀਕ ਹੈ ਜੀ। ਠੀਕ ਹੈ। ਸਬਜ਼ੀ ਦਾ ਵੀ ਹੈਗਾ ਕੰਮ ਵੀ, ਸਬਜ਼ੀ ਦੀ ਮਾਰਕੀਟਾਂ ਵੀ ਲੱਗਦੀਆਂ, ਫਰੂਟ ਦੀਆਂ ਵੀ। ਵੀ ਕਹਿਣ ਦਾ ਮਤਲਬ ਕਿ ਜੇ ਕੋਈ ਬੰਦਾ ਤੁਹਾਡੇ ਪੈਸੇ ਮਾਰਦਾ ਵੀ ਸ਼ਾਇਦ ਤੁਹਾਨੂੰ ਪਤਾ ਲੱਗ ਜੂਗਾ ਵੀ 2 ਦਿਹਾੜੀਆਂ ਲਾਈਆਂ ਵੀ ਬੰਦਾ ਸਹੀ ਨਹੀਂ ਹੈਗਾ, ਵੀ ਇਹਦੇ ਨਾਲ ਕੰਮ ਕਰਨ ਦਾ ਫਾਇਦਾ ਨਹੀਂ ਹੈਗਾ, ਬੰਦਾ ਕੰਮ ਚੇਂਜ ਕਰ ਲੈਂਦਾ ਹੈ। ਅੱਛਾ ਜੀ, ਸਹੀ ਨਹੀਂ ਸਹੀ ਹੈ ਜਾਣੀ ਤੁਹਾਡੇ ਕਹਿਣ ਤੇ ਦਾ ਮਤਲਬ ਬਾਕੀ ਬਾਜੀ ਇਹ ਹੈ ਕਿ, ਸੋਰੀ ਮੈਂ ਤੁਹਾਨੂੰ ਮਾੜਾ ਜਿਹਾ ਟੋਕਣਾ ਚਾਹੁੰਦਾ, ਕਿ ਅਗਰ ਬਾਈ ਚਾਂਸ ਇੱਥੇ ਕਿਸੇ ਬੰਦੇ ਨੇ ਕੰਮ ਕਰਨਾ ਹੋਵੇ ਤਾਂ ਉਸ ਬੰਦੇ ਨੂੰ ਇਹ ਕੋਈ ਲਾਇਸੈਂਸ ਲੈਣ ਦੀ ਲੋੜ ਨਹੀਂ ਹੈਗੀ, ਕਿ ਕਿਸੇ ਲਾਇਸੈਂਸ ਲੈ ਕੇ ਫਿਰ ਉਹ ਕਰਦਾ, ਕਿਉਂਕਿ ਅਗਰ ਕੱਚਾ ਬੰਦਾ ਤਾਂ ਉਹਨੂੰ ਫਿਰ ਇਦਾਂ ਦੇ ਕੰਮ ਕਰਨ ਦੀ ਮੇਰੇ ਹਿਸਾਬ ਨਾਲ, ਜਿੱਦਾਂ ਇੱਥੇ ਇਟਲੀ ਵਿੱਚ ਅਗਰ ਬਾਈ ਚਾਂਸ ਕਿਸੇ ਨੇ ਇਹ ਕੰਮ ਸ਼ੁਰੂ ਕਰਨਾ ਹੋਵੇ ਤਾਂ ਉਹਨੂੰ ਬਹੁਤ ਸਾਰੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ। ਇਹ ਤਾਂ ਮਤਲਬ ਫਰਾਂਸ ਵਿੱਚ ਇਹ ਕੰਮ ਥੋੜ੍ਹਾ ਜਿਹਾ ਆਸਾਨੀ ਨਾਲ ਹੋ ਜਾਂਦਾ, ਸੌਖੇ ਨਾਲ ਹੋ ਜਾਂਦਾ ਜੀ? ਨਹੀਂ ਇੱਥੇ ਵੀ ਭਾਜੀ ਆਪਣਾ ਸਾਰਾ ਕੁਝ ਕਰਨਾ ਪੈਂਦਾ, ਜੇ ਕੋਈ ਮੰਨ ਲਓ ਹੁਣ ਹਾਂਜੀ ਪੇਪਰ ਆ, ਮੰਨ ਲਓ ਹੁਣ ਮੇਰੇ ਕੋਲ ਪੇਪਰ ਆ, ਮੈਂ ਕੰਮ ਸਟਾਰਟ ਕਰਨਾ ਹੋਵੇ ਤੇ ਮੈਨੂੰ ਉਹਦੇ ਵਾਸਤੇ ਇੱਕ ਕੰਪਨੀ ਬਣਾਉਣੀ ਪੈਣੀ ਆ, ਤੇ ਉਹਦੇ 'ਚ ਦੱਸਣਾ ਪੈਣਾ ਮੈਂ ਕਿਹਦੀ ਚੀਜ਼ ਵੇਚਣੀ ਆ, ਜਗ੍ਹਾ ਮੁੜ ਕੇ ਫਿਰ ਮੈਨੂੰ ਰੋਜ਼ ਸਵੇਰ ਰੈਂਟ ਤੇ ਜਗ੍ਹਾ ਮਿਲਦੀ ਹੈ ਜੀ, ਹਰ ਮਾਰਕੀਟ ਦੇ ਹਰ ਇੱਕ ਪਿੰਡਾਂ ਦੇ ਵਿੱਚ ਲੱਗਦੀ ਹੈ ਮਾਰਕੀਟ ਵੀ, ਅੱਜ ਅੱਜ ਮਿਲਾਨ ਲੱਗ ਗਈ ਆ, ਕੱਲ ਨੂੰ ਰੋਮਾ ਲੱਗਣੀ ਆ, ਇੱਦਾਂ ਦਾ ਅਲੱਗ ਅਲੱਗ ਪਿੰਡਾਂ ਦੇ ਅਲੱਗ ਅਲੱਗ ਏਰੀਏ ਵੰਡੇ ਹੋਏ, ਡਿਪਾਰਟਮੈਂਟ ਵੰਡੇ ਹੋਏ ਆ, ਠੀਕ ਹੈ ਜੀ, ਠੀਕ ਹੈ ਜੀ, ਠੀਕ ਡੇਲੀ ਸਵੇਰੋਂ 5 ਵਜੇ ਲੱਗਦੀ ਆ। ਤੇ ਉੱਥੇ ਗਾਂ ਜਿੱਦਾਂ ਹੁਣ ਜਿਹੜੇ ਬੰਦਿਆਂ ਨੇ ਕੰਪਨੀ ਬਣਾਈ ਹੁੰਦੀ ਉਹਨਾਂ ਨੇ ਗਾਹਾਂ ਆਪਣੇ ਜਿੱਦਾਂ ਇੰਡੀਅਨ ਪਾਕਿਸਤਾਨੀ ਮੁੰਡੇ ਰੱਖੇ ਹੋਏ ਆ ਗਾਹਾਂ, ਤੇ ਉਹ ਜਾਂਦੇ ਆ ਜੀ, ਆਪਦਾ ਟਰੱਕ ਲਾ ਕੇ ਸਾਈਡ ਤੇ ਖੜ ਜਾਂਦੇ ਆ, ਠੀਕ ਹੈ ਤੇ ਜੀ, ਮੁੰਡੇ ਨੇ ਆਪਣਿਆਂ ਨੇ ਲਾਉਣੀ ਆ, ਛਤਰੀਆਂ ਕੱਢਣੀਆਂ ਆ, ਬਾਹਰ ਸਜਾਉਣਾ, ਸਾਰਾ ਕੁਝ ਕਰਨਾ ਆ। ਪਰ ਹਾਂਜੀ ਇਹ ਆਪਣੇ ਮੁੰਡੇ ਬਹੁਤ ਕੰਮ ਕਰਦੇ, ਉਹਦੇ ਵਿੱਚ ਇਹ ਗੱਲ ਕਹਿੰਦੇ ਹੁੰਦੇ ਆ ਵੀ ਜੇ ਕਿਸੇ ਨੇ ਫ੍ਰੈਂਚ ਸਿੱਖਣੀ ਆ ਨਾ, ਤੇ ਹਾਂਜੀ, ਬੰਦਾ 6 ਮਹੀਨੇ ਉੱਥੇ ਲਾ ਲਵੇ ਮਾਰਕੀਟ ਦੇ ਵਿੱਚ, ਤੇ ਆ ਮਾਰਸ਼ 'ਚ ਲਾ ਲਵੇ, ਤੇ ਬੰਦੇ ਨੂੰ ਫ੍ਰੈਂਚ ਆ ਜਾਂਦੀ ਆ। ਚਲੋ ਵਧੀਆ ਜੀ। ਕਿਉਂਕਿ ਜਿੱਦਾਂ ਹੁਣੇ ਮੈਨੂੰ ਇੱਕ ਬਾਈ ਜੀ ਨੇ ਇੱਥੇ ਕਮੈਂਟਾਂ ਵਿੱਚ ਸਵਾਲ ਪੁੱਛਿਆ ਸੀ, ਕਹਿੰਦੇ ਵੀ ਇਟਾਲੀਅਨ ਅਸੀਂ ਕਿੱਦਾਂ ਸਿੱਖੀਏ, ਤੇ ਹੁਣ ਉਹਨੂੰ ਜਵਾਬ ਇਹ ਦਿੰਦੇ ਆ, ਅਗਰ ਇਟਾਲੀਅਨ ਦਾ ਤਾਂ ਪਤਾ ਨਹੀਂ ਜੀ, ਅਗਰ ਤੁਸੀਂ ਫ੍ਰੈਂਚ ਸਿੱਖਣੀ ਆ ਤਾਂ ਉੱਥੇ ਜਾ ਕੇ 6 ਮਹੀਨੇ ਮਾਰਚ ਲਾ ਲਓ, ਤੁਹਾਨੂੰ ਆਪਣੀ ਫ੍ਰੈਂਚ ਜ਼ਰੂਰ ਆ ਜਾਊਗੀ ਜੀ। ਹਾਂਜੀ 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 ਤੇ ਬਾਕੀ ਇਹ ਚੀਜ਼ ਆ ਵੀ
ਤੇ ਇੱਕ ਹੋਰ ਗੱਲ ਭਾਜੀ, ਆਪਣੇ ਕਮੈਂਟਾਂ ਦੇ ਵਿੱਚ ਹੁਣ ਪੜ੍ਹ ਰਿਹਾ, ਤੇ ਆਪਣੇ ਬਾਈ ਜੀ ਦਾ ਨਾਮ ਮੈਂ ਤੁਹਾਨੂੰ ਦੱਸਦਾ ਕੀ ਆ, ਇਹਨਾਂ ਨੇ ਪੁੱਛਿਆ ਸੀ ਇੱਥੇ, ਮਨਦੀਪ ਸਿੰਘ ਭਾਜੀ ਆ, ਉਹ ਕਹਿੰਦੇ ਬ੍ਰੈਕਸਿਟ ਦਾ ਕੀ ਬਣਿਆ, ਫਿਰ ਕੀ ਗੱਲ ਆ ਤੁਹਾਡੇ ਹਿਸਾਬ ਨਾਲ, ਫਿਰ ਕੀ ਹੋ ਸਕਦਾ, ਕੀ ਤੁਸੀਂ, ਤੁਹਾਨੂੰ ਇਹਦੇ ਬਾਰੇ, ਕਿਉਂਕਿ ਮੈਂ ਇਸ ਟੌਪਿਕ ਬਾਰੇ, ਤੁਹਾਨੂੰ ਸਹੀ ਗੱਲ ਦੱਸਾਂ, ਮੈਨੂੰ ਇਸ ਟਾਈਮ ਕੁਛ ਪਤਾ ਨਹੀਂ, ਤੇ ਇਸ ਕਰਕੇ ਅਗਰ ਤੁਹਾਨੂੰ ਪਤਾ ਹੋਵੇ ਤਾਂ ਤੁਸੀਂ ਥੋੜ੍ਹਾ ਜਿਹਾ ਚਾਨਣਾ ਪਾਉਣਾ ਚਾਹੋ ਜੀ ਇਸ ਟੌਪਿਕ ਉੱਤੇ। ਹਾਂਜੀ, ਉਹਦੇ ਨਾਲ ਮੈਕਅਪ ਜਿਹੜੇ ਸ਼ਾਇਦ ਤੁਸੀਂ ਸਾਰਿਆਂ ਨੂੰ ਪਤਾ ਹੋਊਗਾ, ਯੂਟਿਊਬ ਤੇ ਵੀਡੀਓ ਪਾਉਂਦੇ ਆ ਭਾਈ ਹਰਜਾਪ ਸਿੰਘ ਭੰਗਲ, ਹਾਂਜੀ ਵਕੀਲ ਨੇ ਇੰਗਲੈਂਡ ਦੇ, ਉਹਨਾਂ ਅੱਛਾ ਦੀ ਵੀਡੀਓ ਦੇਖੀ ਸੀ ਮੈਂ ਉਹਦੇ 2022 ਦੇ ਵਿੱਚ, ਕਹਿੰਦੇ ਕੋਈ ਫੈਸਲਾ ਹੋਣਾ ਉਦੋਂ ਪਤਾ ਲੱਗਣਾ ਵੀ ਕੀ ਬਣਦਾ ਕੀ ਨਹੀਂ ਬਣਦਾ, ਅੱਛਾ ਜੀ ਅੱਛਾ ਠੀਕ ਹੈ ਅੱਛਾ ਜੀ, ਯਾਨੀ ਕਿ ਹਾਂਜੀ 2 ਸਾਲਾਂ ਨੂੰ ਸਾਰੀ ਡਿਟੇਲ ਸਾਹਮਣੇ ਆਊਗੀ ਲੋਕਾਂ ਦੇ ਵੀ ਕਿੱਦਾਂ ਆਪਾਂ ਜਿਹੜੇ ਯੂਰਪ ਚ ਯੂਰਪ ਵਾਲੇ ਬੰਦੇ ਆ ਉਹਨਾਂ ਨੂੰ ਵੀ ਵੀਜ਼ਾ ਲੈਣਾ, ਕਹਿੰਦਾ ਮਤਲਬ ਕਿ ਉੱਥੇ ਕੰਮ ਕਰਨ ਵਾਸਤੇ, ਕੰਮ ਕਰਨ ਵੀ ਵਾਸਤੇ, ਆਮ ਤਾਂ ਨੋਰਮਲ ਹੁਣ ਤਾਂ ਜਾਈ ਜਾਂਦੇ ਜਿਹਨਾਂ ਕੋਲ ਨੈਸ਼ਨੈਲਿਟੀਆਂ ਹੈਗੀਆਂ ਨੇ, ਹਾਂਜੀ ਤੇ ਹਾਂਜੀ ਬਾਕੀ ਜਿਹੜੇ ਦੋਸਤ ਹੈਗੇ ਮੇਰੇ ਇੰਗਲੈਂਡ ਦੇ ਵਿੱਚ ਉਹ ਦੱਸਦੇ ਆ ਵੀ ਜਿੱਥੇ ਅਸੀਂ 60-60 ਪੌਂਡ ਲੈਂਦੇ ਹੁੰਦੇ ਸੀ ਉੱਥੇ 30-30 ਪੌਂਡ ਤੇ ਬੰਦੇ ਕੰਮ ਕਰਦੇ ਪਏ ਆ, ਵੀ ਇਟਲੀ ਤੋਂ ਪੁਰਤਗਾਲ ਤੋਂ ਸਪੇਨ ਤੋਂ ਬਹੁਤ ਬੰਦਾ ਇੰਗਲੈਂਡ ਦੇ ਵਿੱਚ ਆ ਰਿਹਾ ਆ। ਹਾਂ ਨਾ, ਇਹ ਤਾਂ ਗੱਲ ਹੈਗੀ ਆ, ਚਲੋ ਵਧੀਆ, ਪਰ ਇੱਕ ਕਿਸਮ ਨਾਲ ਜੇ ਭਾਜੀ ਦੇਖਿਆ ਜਾਵੇ ਤਾਂ ਉਹਨਾਂ ਨੇ ਵੀ, ਅਸੀਂ ਗਲਤ ਨਹੀਂ, ਮੈਂ ਕਹਿਣਾ ਚਾਹੁੰਦਾ ਕਿਸੇ ਨੂੰ, ਉਹਨਾਂ ਨੇ ਵੀ ਹੋ ਸਕਦਾ ਆਪਣੇ ਹਿਸਾਬ ਨਾਲ ਦੇਖਿਆ ਕਿ ਉੱਥੇ ਜਿਹੜੇ ਇੰਗਲੈਂਡ ਵਿੱਚ ਰਹਿ ਰਹੇ ਬੰਦੇ ਉਹ ਵੀ ਦੱਸਦੇ ਸੀ, ਕਹਿੰਦੇ ਵੀ ਹੁਣ ਬਹੁਤ ਜ਼ਿਆਦਾ ਉੱਥੇ ਰਸ਼, ਕਹਿ ਦੇਈਏ ਵੀ ਰਸ਼ ਪੈ ਗਿਆ, ਜਿਹੜੇ ਉੱਥੇ ਦੇ ਬੰਦੇ ਵੀ ਆ, ਕੁਛ ਚੋਰੀਆਂ ਡਕੈਤੀਆਂ ਵੀ ਵੱਧ ਗਈਆਂ, ਕਿਉਂਕਿ ਸਿਰਫ ਆਪਣੇ ਇੰਡੀਅਨ ਨੇ ਨਹੀਂ, ਹੋਰ ਵੀ ਬਹੁਤ ਕੰਟਰੀਆਂ ਦੇ ਬੰਦੇ ਜਾਂਦੇ ਆ, ਤੇ ਇਸ ਕਰਕੇ ਇੱਥੇ ਇੰਗਲੈਂਡ ਦੇ ਬੰਦਿਆਂ ਨੇ ਘੱਟ, ਤੇ ਜਿਹੜੇ ਆਪਣੇ ਬੰਦੇ ਆ ਉਹਨਾਂ ਨੇ ਜ਼ਿਆਦਾ, ਕਹਿੰਦੇ ਇਸ ਗੱਲ 'ਚ ਵੋਟਾਂ ਪਾਈਆਂ ਸੀ, ਮੈਂ ਸੁਣਿਆ ਸੀ, ਬਾਕੀ ਇਸ ਗੱਲ ਬਾਰੇ ਮੈਨੂੰ ਪਤਾ ਨਹੀਂ ਕਿ ਇਹ ਜਿਹੜੇ ਬਾਹਰੋਂ ਬੰਦੇ ਆਉਂਦੇ ਆ ਉਹਨਾਂ ਬੰਦਿਆਂ ਨੂੰ ਕਹਿੰਦੇ ਬੰਦ ਕੀਤਾ ਜਾਵੇ, ਕਿ ਤੁਹਾਨੂੰ ਕੀ ਲੱਗਦਾ, ਸਹੀ ਗੱਲ ਆ ਜੀ, ਬਾਕੀ ਤੁਹਾਨੂੰ ਪਤਾ ਜੀ ਹਰ ਬੰਦਾ ਆਪਣੀ ਆਪਣੀ ਗੱਲ ਕਰਦਾ ਹੁੰਦਾ ਜੀ। ਹਾਂਜੀ ਭਾਜੀ, ਇਹ ਗੱਲ ਸੱਚ ਆ, ਕਿਉਂਕਿ ਮੇਰਾ ਖੁਦ ਦਾ ਦੋਸਤ ਆ, ਉਹਨੇ ਪੇਪਰ ਇੰਗਲੈਂਡ ਬਹੁਤ ਮੁਸ਼ਕਲ ਨਾਲ ਬਣੇ ਸੀ, ਤੇ ਉਹ ਵਿਚਾਰਾ ਕੰਮ ਤੋਂ 2 ਮਹੀਨੇ ਵਿਹਲਾ ਬੈਠ ਗਿਆ ਸੀਗਾ, ਪਿਛਲੇ ਟਾਈਮ ਦੀ ਗੱਲ ਆ, ਹਾਂਜੀ 2018, ਤੇ ਉਹ ਬੰਦਾ ਖੁਦ ਮੈਨੂੰ ਇਹ ਗੱਲ ਕਹਿੰਦਾ ਹੁੰਦਾ ਸੀਗਾ ਵੀ ਯਾਰ ਵੀ ਨਵੇਂ ਜਿਹੜੇ ਬੰਦੇ ਆ ਰਹੇ ਆ ਬੇਗਾਨੀ ਕੰਟਰੀਆਂ ਤੋਂ, ਕੰਮ ਖਰਾਬ ਕਰਤਾ ਵੀ ਘੱਟ ਪੈਸਿਆਂ ਦੇ ਕੰਮ ਕਰਦੇ ਪਏ, ਵੀ ਸਾਨੂੰ ਕੰਮ ਨਹੀਂ ਮਿਲਦਾ, ਵੀ ਅਸੀਂ ਬਹੁਤ ਸੋਹਣੇ ਪੈਸੇ ਕਮਾਉਂਦੇ ਹੁੰਦੇ ਸੀ ਇੰਗਲੈਂਡ ਦੇ ਵਿੱਚ, ਤੇ ਮੈਂ ਉਹਨੂੰ ਇਹ ਗੱਲ ਕਹੀ ਸੀ ਵੀ ਹਰ ਇੱਕ ਨੇ ਵੀਰ ਆਪਣੀ ਕਿਸਮਤ ਖਾਣੀ ਆ ਨਾ, ਕੋਈ ਸਹੀ ਹੁਣ ਗੱਲ ਹੈ ਜੀ, ਇਗਜ਼ਾਮਪਲ ਦੇ ਤੌਰ ਤੇ ਕੋਈ ਬੰਦਾ ਕਿੰਨੇ ਪੈਸੇ ਕਮਾ ਰਿਹਾ, ਕੋਈ ਬੰਦਾ ਕਿੰਨੇ ਪੈਸੇ ਕਮਾ ਰਿਹਾ, ਜੇ ਤੁਸੀਂ ਕੰਮ ਵਧੀਆ ਕਰਦੇ ਹੋ ਕੋਈ ਵੀ ਮੁਲਕ ਆ ਯਾਰ, ਕੋਈ ਕੰਮ ਤੁਸੀਂ ਵਧੀਆ ਕਰਦੇ ਹੋ ਤੇ ਹਾਂਜੀ ਉੱਥੇ ਮਾਲਕ ਵੀ ਤੁਹਾਨੂੰ ਪੈਸੇ ਹੱਸ ਕੇ ਦਿੰਦਾ ਕਿ ਇਹ ਬੰਦਾ ਕੰਮ ਬਹੁਤ ਵਧੀਆ ਕਰਦਾ, ਬੰਦਾ ਮੇਥੋਂ ਚੱਲ ਨਾ ਜਾਵੇ, ਇਹਨੂੰ ਮੈਂ ਦੂਜਿਆਂ ਨੂੰ 10 ਯੂਰੋ ਵੱਧ ਦੇਵਾਂ, ਹਾਂਜੀ ਹਾਂਜੀ ਨਾ, ਇਹ ਗੱਲ ਜੇ ਹੈਗੀ, ਇਹ ਤਾਂ ਗੱਲ ਕੰਮ ਹੈਗੀ, ਨੂੰ ਕੰਮ ਜੇ ਕੰਮ ਨੂੰ ਕੰਮ ਸਮਝਦਾ ਹੋਵੇ ਬੰਦਾ ਤੇ, ਹਾਂਜੀ 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 ਹਾਂਜੀ, ਇਹ ਤਾਂ ਗੱਲ ਹੈਗੀ ਆ, ਠੀਕ ਹੈ ਜੀ। ਹੁਣ ਮੈਂ ਆਪਣੇ ਤੇ ਗੱਲ ਕਰਦਾ ਹਾਂ, ਹੁਣ ਮੈਂ ਫੈਕਟਰੀ ਦੇ ਵਿੱਚ ਕੰਮ ਕਰਦਾ, ਮੈਨੂੰ ਕੋਈ ਆਪਣਾ ਹੈ ਨਹੀਂ, ਕੋਈ ਸ਼ਰਮ ਹੈ ਨਹੀਂ ਕਿ ਮੈਂ ਕਿਸੇ ਨੂੰ ਨਾ ਦਿੱਤਾ, ਮੈਂ ਕੀ ਕਰਦਾ ਮੈਂ ਖੁਦ ਫੈਕਟਰੀ ਦੇ ਵਿੱਚ ਕੰਮ ਕਰਦਾ, ਫੈਕਟਰੀ ਦਾ ਕਾਨੂੰਨ ਆ ਵੀ ਬੰਦੇ ਨੂੰ 2 ਸਾਲ ਕੰਮ ਕਰਾ ਕੇ ਦੇਖਦੇ ਵੀ ਬੰਦਾ ਕਿੱਦਾਂ ਟਿਕਦਾ ਕਿੱਦਾਂ ਨਹੀਂ ਹਾਂਜੀ ਟਿਕਦਾ, ਤੇ ਮੈਨੂੰ ਦੋਵਾਂ ਸਾਲਾਂ ਬਾਅਦ ਪੱਕਾ ਕਰਦੇ ਆ ਉਹ ਪੱਕਾ ਫੈਕਟਰੀ ਦੇ ਕਨੈਕਟ, ਵਿੱਚ, ਤੇ ਜਿਵੇਂ ਮੈਨੂੰ ਇਟਲੀ ਵਿੱਚ ਫੈਕਟਰੀ ਨੇ 600 ਕੰਟਰੈਕਟ ਹੋ ਕਹਿੰਦੇ, ਹਾਂਜੀ ਮੇਰੇ ਹਿਸਾਬ ਨਾਲ ਉਹੀ ਕੰਟਰੈਕਟ ਹੋਣਾ ਜਿਹੜਾ ਵੀ ਹਮੇਸ਼ਾ ਜ਼ਿੰਦਗੀ ਭਰ ਲਈ ਹੁੰਦਾ ਨਾ, ਲਾਈਫ ਟਾਈਮ ਵਾਲਾ ਮੇਰੇ ਹਿਸਾਬ ਨਾਲ। ਹਾਂਜੀ, ਤੇ ਮੈਨੂੰ ਜਦੋਂ ਮੈਂ ਕੰਮ ਤੇ ਲੱਗਿਆ, ਇਹ ਆਪਾਂ ਕਹਿ ਦਿੰਦੇ ਹਾਂ ਆਪਣੇ ਬੰਦੇ ਅਜੇ ਕਦੇ ਹੱਦ ਤੱਕ ਚੰਗੇ ਆ, ਗੋਰੇ ਬੜੇ ਗੰਦੇ ਆ, ਮੇਰੇ 250-300 ਗੋਰਾ ਕੰਮ ਕਰਦਾ ਫੈਕਟਰੀ ਦੇ ਵਿੱਚ ਉੱਥੇ, ਹਾਂਜੀ ਉਹਨਾਂ ਨੇ ਮੈਨੂੰ ਤੰਗ ਬਹੁਤ ਕੀਤਾ ਪੂਰਾ ਇੱਕ ਹਫ਼ਤਾ ਕਿ ਇਹ ਬੰਦਾ ਭੱਜ ਜਾਵੇ, ਬਗਾਨੀ ਕੰਟਰੀ ਦਾ ਬੰਦਾ ਵੀ ਸਾਡੇ ਗੋਰਿਆਂ 'ਚ ਕੰਮ ਕਰਦਾ ਇਹ, ਤੇ ਮੈਨੂੰ 6 ਮਹੀਨਿਆਂ ਬਾਅਦ ਜਿਹੜਾ ਮੇਨ ਸ਼ੇਫ ਆ ਉਹਨੇ ਮੈਨੂੰ ਖੁਦ ਆਪਣੇ ਮੂੰਹੋਂ ਕਿਹਾ, ਮੈਂ ਰੋਟੀ ਖਾਣ ਲੱਗਿਆ ਸੀ, ਮੈਨੂੰ ਕਹਿੰਦਾ ਵੀ ਸਿੰਘ, ਮੈਨੂੰ ਸਿੰਘ ਕਹਿੰਦੇ ਸਾਰੇ ਉੱਥੇ, ਕਹਿੰਦੇ ਵੀ ਸਿੰਘ ਜੇ ਤੈਨੂੰ ਅਸੀਂ ਕੰਟਰੈਕਟ ਦੇ ਦਈਏ ਤੂੰ ਹਾਂਜੀ ਇੰਟਰਸਟਡ ਹੈਗਾ, ਮੈਂ ਕਿਹਾ ਵੀ ਤੁਹਾਡਾ ਤਾਂ ਜਿਹੜਾ ਕਾਨੂੰਨ ਆ ਵੀ ਤੁਸੀਂ 2 ਸਾਲਾਂ 'ਚ ਬੰਦਾ ਪੱਕਾ ਕਰਦੇ ਹੋ, ਹਾਂਜੀ ਉਹ ਕਹਿੰਦੇ ਹਾਂਜੀ, ਸਿੰਘ ਤੂੰ ਕੰਮ ਬਹੁਤ ਵਧੀਆ ਕਰਦਾ, ਅਸੀਂ ਤੈਨੂੰ ਦੇਖਦੇ ਹਾਂ ਵੀ ਦੂਜਿਆਂ ਨਾਲ, ਤੇ ਉਹੀ ਗੱਲ ਆ ਭਾਜੀ, ਸਾਰੇ ਬੰਦੇ ਗੱਲਾਂ ਕਰੀ ਜਾਣਗੇ, ਆਪਾਂ ਕੰਮ ਤੱਕ ਮਤਲਬ ਰੱਖੀਦਾ, ਕੰਮ ਕਰੀਦਾ ਠੋਕ ਕੇ ਸਰੀਰ ਤੋੜੀਦਾ ਆ, ਹਾਂਜੀ ਅਗਲਿਆਂ ਨੂੰ ਹਾਂਜੀ ਵੀ ਪਤਾ ਵੀ ਕੰਮ ਕਰਦਾ ਬੰਦਾ, ਤੇ ਉਹੀ ਗੱਲ ਆ ਜਾਂਦੀ ਭਾਜੀ, ਬੰਦਾ 10 ਯੂਰੋ ਵੱਧ ਦਿੰਦਾ, ਉਹਨਾਂ ਨੇ ਮੈਨੂੰ 6 ਮਹੀਨਿਆਂ ਬਾਅਦ ਕੰਟਰੈਕਟ ਆਫਰ ਕਰਤਾ ਹਾਂ ਦੇਖੋ ਜੀ, ਉਹ ਵੀ ਤੂੰ ਮਿਹਨਤ, ਲੈਣਾ। ਹਾਂਜੀ ਹਾਂਜੀ, ਮਿਹਨਤ ਦਾ ਫਲ ਆ ਜੀ, ਜਿੰਨੀ ਮਿਹਨਤ ਬੰਦਾ ਕਰਦਾ, ਜਿਹੜਾ ਮਿਹਨਤੀ ਬੰਦਾ ਨਾ, ਤੇ ਮਿਹਨਤ ਫਿਰ ਤੁਹਾਨੂੰ ਪਤਾ ਹੀ ਆਪਣਾ ਫਲ ਦਿਖਾਉਂਦੀ ਦਿਖਾਉਂਦੀ ਆ। ਤੇ ਭਾਜੀ ਇੱਕ ਹਾਂਜੀ ਕਮੈਂਟ ਵਿੱਚ ਹੋਰ ਸਵਾਲ ਆਇਆ ਕਿ ਅਗਰ ਬੰਦਾ ਕੋਈ ਪੁਰਤਗਾਲ ਵਿੱਚ ਜਾਵੇ, ਮੈਨੂੰ ਇੰਨਾ ਪਤਾ ਕਿ ਤੁਹਾਨੂੰ ਆਲੇ ਆਪਣੇ ਯੂਰਪ ਦੀਆਂ ਹੋਰ ਕੰਟਰੀਆਂ ਦਾ ਜ਼ਿਆਦਾ ਪਤਾ, ਕਿਉਂਕਿ ਮੈਂ ਫਿਲਹਾਲ ਸਿਰਫ ਇਟਲੀ ਬਾਰੇ ਜਾਣਕਾਰੀ ਰੱਖਦਾ ਜ਼ਿਆਦਾ,
ਪੁਰਤਗਾਲ ਵਿੱਚ ਅਗਰ ਕਹਿੰਦੇ ਬੰਦੇ ਨੇ ਪੱਕਾ ਹੋਣਾ ਹੋਵੇ ਤਾਂ ਕਿਸ ਹਿਸਾਬ ਨਾਲ ਪੱਕਾ ਹੋ ਸਕਦਾ? ਪੁਰਤਗਾਲ ਦੇ ਉੱਪਰ ਮੈਂ ਇੱਕ ਵੀਡੀਓ ਬਣਾਈ ਵੀ ਹੈ ਮੇਰੇ ਪੰਜਾਬੀ ਵਾਇਰਸ ਤੋਂ ਯੂਟਿਊਬ ਚੈਨਲ ਤੇ ਪਈ ਆ, ਹਾਂਜੀ 35 ਮਿੰਟ ਦੀ ਵੀਡੀਓ ਆ। ਉਹਦੇ ਵਿੱਚ ਮੈਂ ਸਾਰਾ ਪ੍ਰੋਸੈਸ ਦੱਸਿਆ ਵਾ ਪੁਰਤਗਾਲ, ਔਰ ਫਿਰ ਵੀ ਦੱਸ ਦਿੰਦਾ ਸ਼ਾਰਟ ਦੇ ਵਿੱਚ, ਕਿਉਂਕਿ ਆਪਾਂ ਜਿਹੜੀ ਗੱਲ ਕਰਨੀ ਸੀ ਅੱਜ ਮੇਨ ਮੇਨ ਫਰਾਂਸ ਤਾਂ ਬਾਰੇ ਗੱਲ ਫਰਾਂਸ ਕਰਨੀ, ਬਾਰੇ ਆ, ਪਰ ਫਿਰ ਵੀ ਹਾਂਜੀ ਆਪਣੇ ਤੇ ਮੈਂ ਤੁਹਾਨੂੰ ਸ਼ਾਰਟ 'ਚ ਦੱਸ ਦਿੰਦਾ। ਜੇ ਤੁਸੀਂ ਡਿਟੇਲ 'ਚ ਦੇਖਣੀ ਤਾਂ ਪੰਜਾਬੀ ਪੈਰਸ ਤੋਂ ਚੈਨਲ ਤੇ ਸਰਚ ਮਾਰ ਕੇ ਤੁਸੀਂ ਮੈਂ ਆਪਣੇ ਦੇਖ ਲਿਓ। ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਨਾ ਇਹ ਪੰਜਾਬੀ ਪੈਰਿਸ ਤੋਂ ਦਾ ਆਪਣਾ ਜਿਹੜਾ ਚੈਨਲ ਦਾ ਲਿੰਕ ਹੈ ਆਪਾਂ ਦੇਤਾ ਜੀ, ਤੇ ਤਾਂ ਕਰਕੇ ਮੈਂ ਹਾਂਜੀ, ਆਪਣੇ ਤੇ ਕਮੈਂਟ ਬਾਕਸ ਦੇ ਵਿੱਚ ਵੀ ਲਿਖ ਦਿੱਤਾ ਕਿ ਜਿਹੜੇ ਬੰਦਿਆਂ ਨੂੰ ਨਹੀਂ ਪਤਾ ਬਾਈ ਚਾਂਸ ਤਾਂ ਉਹ ਇਸ ਤੇ ਕਲਿੱਕ ਕਰਕੇ ਪੰਜਾਬੀ ਪੈਰਿਸ ਤੋਂ ਜਿਹੜਾ ਚੈਨਲ ਉੱਤੇ ਜਾ ਸਕਦੇ ਆ ਜੀ। ਹਾਂਜੀ, ਤੇ ਮੈਂ ਨਾ ਫਰਾਂਸ ਦੇ ਵਿੱਚ ਕੰਮਾਂ ਬਾਰੇ ਥੋੜੀ ਜਿਹੀ ਡਿਟੇਲ ਦੇ ਵਿੱਚ ਦੱਸ ਦੇਵਾਂ, 5 ਮਿੰਟ, ਤੇ ਫਿਰ ਉਦੋਂ ਬਾਅਦ ਹਾਂਜੀ ਜੇ ਕਿਸੇ ਦਾ ਹਾਂ ਕਮੈਂਟ ਆਇਆ ਤੇ ਫਿਰ। ਜ਼ਰੂਰ ਭਾਜੀ ਹਾਂਜੀ ਫਰਾਂਸ ਦੇ ਵਿੱਚ ਮੈਂ ਕੰਮ ਤਾਂ ਦੱਸਤਾ ਜੀ, ਇੱਕ ਕੰਮ ਜਿਹੜਾ ਮਾਰਕੀਟ ਲੱਗਦੀ ਹੈ ਮਾਰਸ਼ਲ ਦਾ ਸਾਰਾ ਕਲੀਅਰ ਕਰਤਾ ਆ, ਤੇ ਠੀਕ ਹੈ ਉਹ ਜੀ। ਨੰਬਰ 2 ਦੇ ਉੱਤੇ ਆ ਜਾਂਦਾ ਜੀ ਕੰਮ ਰੰਗ ਦਾ। ਰੰਗ ਦੇ ਕੰਮ ਦੇ ਵਿੱਚ ਵੀ 30 ਯੂਰੋ ਤੋਂ ਦਿਹਾੜੀ ਸਟਾਰਟ ਹੁੰਦੀ ਆ, ਠੀਕ ਤੇ ਹੈ ਜੀ। ਬੰਦੇ 100-100 ਯੂਰੋ ਤੱਕ ਵੀ ਕਾਰੀਗਰ ਬੈਠੇ ਆ ਰੰਗ ਦੇ ਕੰਮ ਦੇ ਵਿੱਚ, ਅੱਛਾ ਜੀ ਠੀਕ ਹੈ। ਬਿਨਾਂ ਪੇਪਰਾਂ ਤੋਂ ਬੰਦੇ ਕੰਮ ਕਰਦੇ ਪਏ ਆ, ਹਾਂਜੀ ਤੇ ਪੇਪਰ ਵਾਲੇ ਵੀ ਕਰਦੇ ਪਏ ਆ, ਤੇ ਬਿਜਲੀ ਦਾ ਕੰਮ ਵੀ ਹੈਗਾ ਆ। ਬਿਜਲੀ ਦੇ ਕੰਮ ਕੋਈ ਵੀ ਕੰਮ ਆ ਫਰਾਂਸ ਦੇ ਵਿੱਚ 30 ਯੂਰੋ ਤੋਂ ਦਿਹਾੜੀ ਸਟਾਰਟ ਹੁੰਦੀ ਆ, ਤੇ ਕਈ ਵਾਰ ਕੀ ਹੁੰਦਾ ਜਿਹੜੇ ਬੰਦੇ ਨਵੇਂ ਆਉਂਦੇ ਆ ਉਹਨਾਂ ਨੂੰ ਫ੍ਰੀ ਦੇ ਵਿੱਚ ਵੀ ਕੰਮ ਕਰਨਾ ਪੈਂਦਾ ਮਹੀਨਾ ਮਹੀਨਾ। ਮੈਂ ਖੁਦ ਮਹੀਨਾ ਫ੍ਰੀ ਕੰਮ ਕੀਤਾ ਸੀਗਾ ਰੰਗ ਦਾ, ਜਦੋਂ ਮੈਂ ਨਵਾਂ ਨਵਾਂ ਆਇਆ ਸੀਗਾ, ਵੀ ਮੈਨੂੰ ਕੰਮ ਮੈਨੂੰ ਸਿਖਾ ਦਿਓ, ਮੇਰੇ ਹੱਥ ਸਿੱਧੇ ਕਰਵਾ ਦਿਓ ਇੱਕ ਵਾਰੀ, ਹਾਂਜੀ ਤੇ ਮੈਂ ਅਗਲੇ ਹਾਂ ਨੂੰ ਕਹਿ ਸਕਦਾ ਕਿ ਮੈਨੂੰ ਕੰਮ ਆਉਂਦਾ ਕੰਮ ਰੰਗ ਆਉਂਦਾ। ਦਾ ਮਾੜਾ ਹਾਂਜੀ ਇਹ ਮੋਟਾ, ਗੱਲ ਤਾਂ ਹੈ, ਠੀਕ ਹੈ ਜੀ। ਬਿਜਲੀ ਦਾ ਕੰਮ ਹੋ ਗਿਆ, ਬਿਜਲੀ ਦੇ ਕੰਮ ਦੇ ਵਿੱਚ ਵੀ ਕਾਰੀਗਰ ਬੰਦੇ ਬਹੁਤ ਆ। ਕਾਰੀਗਰ ਬੰਦੇ ਇਹ ਹੋਏ ਨੇ ਜਿਹੜੇ ਬੰਦੇ ਨੂੰ ਮੀਟਰ ਫਿੱਟ ਕਰਨਾ ਆ ਜਾਵੇ, ਸਾਰੀਆਂ ਤਾਰਾਂ ਦਾ ਕਨੈਕਸ਼ਨ ਦੇਣਾ ਆ ਜਾਵੇ, ਉਹਨੂੰ ਹਾਂਜੀ ਤਾਬਲੋ ਦਾ ਕਹਿੰਦੇ ਆ, ਮੀਟਰ ਨੂੰ ਤਾਬਲੋ ਕਹਿੰਦੇ ਆ, ਤਾਬਲੋ ਜਿਹਨੂੰ ਉਹ ਕੰਮ ਆ ਜਾਵੇ, ਉਹ ਭਾਜੀ 100-150 ਯੂਰੋ ਤੱਕ ਵੀ ਬੰਦੇ ਦਿਹਾੜੀ ਲੈਂਦੇ ਆ ਬਿਜਲੀ ਦੇ ਕੰਮ ਦੇ ਵਿੱਚ, ਜਾਣੀ ਕਾਰੀਗਰ ਆ, ਜੇ ਇਸ ਠੀਕ ਹੈ ਬੰਦੇ ਦੇ ਜੀ। ਹੱਥ ਕੋਈ ਗੁਣ ਹੈਗਾ, ਜਾਣੀ ਕਹਿਣ ਦਾ ਮਤਲਬ ਉਹ ਭੁੱਖਾ ਨਹੀਂ ਮਰਦਾ, ਵੀ ਉਦੋਂ ਪੈਸੇ ਕਮਾ ਸਕਦਾ ਜੀ ਕੰਟਰੀ ਵਿੱਚ, ਆਪਣੇ ਫਰਾਂਸ ਵਿੱਚ ਜਾ ਕੇ ਉਹਦਾ ਕਮਾ ਹੈਗਾ ਸਕ, ਹੈਗਾ ਜੀ ਕਾਫੀ। ਹਾਂਜੀ, ਮੈਂ ਅਕਸਰ ਆਪਣੀਆਂ ਵੀਡੀਓ 'ਚ ਕਹਿੰਦਾ ਹੁੰਦਾ ਵੀ ਜਿਹੜੇ ਬੰਦੇ ਨੇ ਇੰਡੀਆ ਤੋਂ ਆਉਣਾ ਆਓ ਜੀ, ਸਦ ਕੇ ਆਓ। ਜਦੋਂ ਅਸੀਂ ਆਏ ਸੀਗੇ ਅੱਜ ਤੋਂ 10 ਸਾਲ ਪਹਿਲਾਂ, ਉਦੋਂ ਲੋਕੀ ਕਹਿੰਦੇ ਤੁਸੀਂ ਕੀ ਕਰਨ ਆਏ ਹੋ, ਕੰਮ ਹੈ ਨੀਗਾ। ਹਾਂਜੀ ਅੱਜ ਵੀ ਲੋਕੀ ਕਹਿੰਦੇ ਆ ਵੀ ਕੰਮ ਹੈ ਨੀਗਾ, ਤੁਸੀਂ ਲੋਕੀ ਕੀ ਕਰ ਰਹੇ ਹੋ। ਮੈਂ ਕਹਿੰਦਾ ਕੰਮ ਹੈਗਾ, ਹਾਂਜੀ ਤਰੀਕਾ ਬਦਲ ਗਿਆ ਜੀ। ਜੇ ਤੁਸੀਂ ਮੰਨ ਲਓ ਤੁਸੀਂ ਇਟਲੀ ਦੇ ਵਿੱਚ ਜਾਣਾ ਚਾਹੁੰਦੇ ਹੋ, ਜੇ ਕੋਈ ਵੀਰ ਇੰਡੀਆ ਤੋਂ ਸੁਣਦਾ ਪਿਆ ਹੈ ਤਾਂ ਉਹਦੇ ਵਾਸਤੇ ਇੱਕ ਕਮੈਂਟ ਮੈਂ ਬੋਲੂਂਗਾ। ਜੇ ਹਾਂਜੀ ਕਿਸੇ ਵੀ ਤੁਸੀਂ ਕੰਟਰੀ ਦੇ ਵਿੱਚ ਜਾਣਾ ਹੈ, ਤੁਹਾਡੀ ਮੰਨ ਲਓ ਫਾਈਲ ਲਾਈਏ, ਤੁਸੀਂ ਕਿਸੇ ਏਜੰਟ ਦੇ ਥਰੂ ਆਏ ਹੋ, ਤੁਸੀਂ ਪਾਸਪੋਰਟ ਦਿੱਤਾ ਹੈ, ਤਾਂ ਤੁਸੀਂ ਜਿਹੜੀ ਕੰਟਰੀ 'ਚ ਜਾ ਰਹੇ ਹੋ ਫਰਾਂਸ ਦੇ ਵਿੱਚ ਜਾ ਰਹੇ ਹੋ ਇਟਲੀ, ਤੇ ਉੱਥੇ ਪਤਾ ਕਰੋ ਵੀ ਕੰਮ ਕਿਹੜਾ, ਤੇ ਤੁਸੀਂ ਆਪਣੇ ਮਨ ਨਾਲ ਸਲਾਹ ਬਣਾਓ ਮੈਂ ਕੰਮ ਕਿਹੜਾ ਕਰ ਸਕਦਾ। ਬਿਜਲੀ ਦਾ ਕਰ ਸਕਦਾ ਆ, ਮਹੀਨਾ 2 ਮਹੀਨੇ ਜਿੰਨਾ ਟਾਈਮ ਤੁਹਾਡੇ ਕੋਲ ਹੈਗਾ ਆਪਣੇ ਪਿੰਡ ਦੇ ਮਿਸਤਰੀ ਦੇ ਨਾਲ ਬਿਜਲੀ ਵਾਲੇ ਨਾਲ ਲਾ ਲਵੋ, ਤੁਹਾਨੂੰ ਕੁਛ ਨਾ ਕੁਛ ਪਤਾ ਲੱਗ ਜਾਊਗਾ ਵੀ ਕਿੱਦਾਂ ਤਾਰਾਂ ਪੈਂਦੀਆਂ ਨੇ, ਕਿੱਦਾਂ ਝਰੀਆਂ ਮਾਰਦੇ, ਸਾਰਾ ਕੰਮ ਪ੍ਰੋਸੀਜਰ ਸੇਮ ਹੀ ਹੋ ਜਾਂਦਾ। ਹਾਂਜੀ ਹਾਂਜੀ ਟਾਈਲਾਂ ਦਾ ਕੰਮ ਸਿੱਖ ਲਵੋ, ਫਰਸ਼ਾਂ ਲਾਉਣ ਦਾ ਸਿੱਖ ਲਵੋ, ਕਿਤੇ ਰੈਸਟੋਰੈਂਟ ਦੇ ਵਿੱਚ ਟ੍ਰੇਨਿੰਗ ਲੈ ਲਵੋ ਕੋਈ, ਸਿੱਖ ਲਵੋ ਜ਼ਬਾਨ, ਬੋਲੀ ਸਿੱਖ ਲਵੋ। ਬੋਲੀ ਤੁਸੀਂ ਨਹੀਂ ਸੈਂਟਰ ਦੇ ਵਿੱਚ ਸਿੱਖ ਸਕਦੇ, ਆਪਣੇ ਫੋਨ ਦੇ ਵਿੱਚ ਐਪਲੀਕੇਸ਼ਨਾਂ ਭਰ ਲਵੋ, ਅੱਜ ਕੱਲ੍ਹ ਹਰ ਇੱਕ ਐਪਲੀਕੇਸ਼ਨ ਹੈਗੀ ਆ ਹਰ ਇੱਕ ਲੈਂਗੁਏਜ ਦੀ, ਵਾਹਿਗੁਰੂ ਹਾਂਜੀ ਤੇ ਤੁਹਾਨੂੰ ਜਦੋਂ ਤੁਸੀਂ ਇੱਥੇ ਆਓਗੇ ਤੁਹਾਨੂੰ ਸੌਖਾ ਹੋ ਜਾਊਗਾ ਲੈਂਗੁਏਜ ਕਵਰ ਕਰਨੀ, ਤੁਹਾਨੂੰ ਕੰਮ ਆਉਂਦਾ ਹੋਊਗਾ, ਤੁਹਾਨੂੰ ਸੌਖਾ ਹੋ ਜਾਊਗਾ ਕੰਮ ਦੇ ਉੱਤੇ ਸਟੈਂਡ ਕਰਨਾ। ਤੁਸੀਂ 0 ਨਹੀਂ ਹੋਵੋਗੇ, ਤੁਸੀਂ 2 ਨੰਬਰ ਤੇ ਹੋਵੋਗੇ। ਕਹਿਣਾ ਮਤਲਬ ਕਿ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਕਿ ਭਾਜੀ ਮੈਂ 0 ਮੀਟਰ ਨਹੀਂ ਹੈਗਾ, 0 ਮੀਟਰ ਹੀ ਕਹਿੰਦੇ ਜਦੋਂ ਬੰਦਾ ਨਵਾਂ ਆਉਂਦਾ ਹੈ, ਜਦੋਂ ਬੰਦਾ ਤੇ ਉਹ ਨਵਾਂ ਤੁਸੀਂ ਕਹਿ ਸਕਦੇ ਭਾਜੀ ਹਾਂਜੀ ਮੈਨੂੰ ਕੁਛ ਨਾ ਕੁਛ ਭਾਜੀ ਮੈਨੂੰ ਆਉਂਦਾ ਆ, ਮੈਂ ਇੰਡੀਆ ਕਰਦਾ ਰਿਹਾ, ਅਗਲਾ ਕਹਿੰਦਾ ਇੰਡੀਆ ਕਰਦਾ ਰਿਹਾ ਤੂੰ ਆ ਜਾ। ਹੁਣ ਮੈਨੂੰ ਪਰਸੋਂ ਇੱਕ ਬੰਦੇ ਦੀ ਕਾਲ ਆਈ, ਉਹ ਜੀ ਇੰਡੀਅਨ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਪਿਆ, ਤੇ ਬੰਦੇ ਨੂੰ 2 ਮਹੀਨੇ ਹੋਏ ਆ ਇਹਨੂੰ, ਤੇ ਹਾਂਜੀ ਸ਼ੇਫ ਕੰਮ ਕਰਦਾ ਪਿਆ ਉਹ ਤੰਦੂਰ ਦੇ ਉੱਪਰ। ਮੈਂ ਕਿਹਾ ਯਾਰ ਕਮਾਲ ਆ, 2 ਮਹੀਨਿਆਂ ਜੀ ਸ਼ੇਫ ਤੰਦੂਰ ਦੇ ਉੱਤੇ। ਉਹ ਕਹਿੰਦਾ ਭਾਜੀ ਇੰਡੀਆ ਮੈਨੂੰ, ਮੈਂ ਕੁਲਚਿਆਂ ਛੋਲਿਆਂ ਦੀ ਰੇਹੜੀ ਲਾਉਂਦਾ ਹੁੰਦਾ ਸੀਗਾ, ਅੱਛਾ ਜੀ ਤੇ ਨਾਲ ਮੇਰਾ ਤੰਦੂਰ ਰੱਖਿਆ ਸੀ, ਮੈਂ ਰੋਟੀਆਂ ਵੀ ਲਾਉਂਦਾ ਸੀਗਾ, ਤੇ ਇੱਥੇ ਆ ਕੇ ਕਹਿੰਦਾ ਮੈਂ ਮਹੀਨਾ ਰੈਸਟੋਰੈਂਟ ਦੇ ਵਿੱਚ ਲਾਇਆ ਹਾਂਜੀ ਫ੍ਰੀ ਦੇ ਵਿੱਚ, ਮੈਂ ਹਾਂਜੀ ਕੰਮ ਸਿੱਖ ਲਿਆ ਵੀ ਕਿੱਦਾਂ ਕੰਮ। ਕਹਿੰਦਾ ਕੰਮ ਮੈਨੂੰ ਆਉਂਦਾ ਸੀ ਇੰਡੀਆ, ਮੈਂ ਰੇਹੜੀ ਲਾਈ ਹੈ 10 ਸਾਲ ਤੇ ਮੈਨੂੰ ਕੰਮ ਦਾ ਪਤਾ ਸੀਗਾ ਵੀ ਆਹ ਚੀਜ਼ਾਂ ਨੇ। ਹਾਂਜੀ ਮਹੀਨੇ 'ਚ ਕਹਿੰਦਾ ਮੈਂ ਕੰਮ ਸਿੱਖ ਕੇ ਤੇ ਮੈਂ ਦੂਜੇ ਰੈਸਟੋਰੈਂਟ ਤੇ 1000 ਯੂਰੋ ਮੁੰਡਾ ਉਹ ਲਓ ਲੈਂਦਾ ਪਿਆ। ਮੈਂ ਕਿਹਾ ਬੜੀ ਵਧੀਆ ਗੱਲ ਹੈ ਵਧੀਆ ਗੱਲ ਆ ਜੀ, ਤਰੱਕੀਆਂ ਜਿਹੜੀਆਂ ਜਦੋਂ ਕਰਦੇ ਕੰਮ ਆ ਜੀ। ਹਾਂਜੀ ਜਿਸ ਬੰਦੇ ਦੇ ਕੋਲ ਕੋਈ ਗੁਣ ਹੈ ਉਹ ਕੰਮ, ਮੈਂ ਇਹੀ ਗੱਲ ਤੁਹਾਨੂੰ ਪੁੱਛਣ ਲੱਗਾ ਸੀ ਕਿ ਆਪਣੇ ਅਗਰ ਕੁਕਿੰਗ ਦਾ ਕੋਈ ਬੰਦਾ ਜਿਹਨੂੰ ਆਉਂਦਾ ਹੋਵੇ ਇੰਡੀਆ ਤੋਂ
ਹਾਂ ਜੀ, ਕਿਸੇ ਨੂੰ ਕੋਈ ਵੇਟਰੀ ਆਉਂਦੀ ਹੈ, ਵੇਟਰੀ ਦੇ ਵਿੱਚ ਉਹਨੂੰ ਲੈਂਗੁਏਜ ਜ਼ਰੂਰੀ ਹੁੰਦੀ ਹੈ, ਪਰ ਕਿਚਨ ਦੇ ਵਿੱਚ ਬੰਦਾ ਕੰਮ ਕਰ ਸਕਦਾ, ਕਿਸੇ ਨੇ ਤੰਦੂਰ ਤੇ ਵੀ ਕੰਮ ਮਿਲ ਜਾਂਦਾ, ਕਿਚਨ ਦੇ ਵਿੱਚ ਇੱਕ ਦੂਜੇ ਪਾਸੇ ਵੀ ਮਿਲ ਜਾਂਦਾ, ਕੋਈ ਕਿਸੇ ਨੂੰ ਕੋਈ ਤੜਕਾ ਤੁੜਕਾ ਲਾਉਣਾ ਆਉਂਦਾ ਹੈ, ਆਲੂ ਗੋਭੀ ਜਿੱਦਾਂ ਵੀ ਸਬਜ਼ੀਆਂ ਬਣਾਉਣੀਆਂ ਆਉਂਦੀਆਂ ਨੇ ਕੁੱਕ ਦਾ। ਮੈਂ ਖੁਦ ਕੁਕਿੰਗ ਕੀਤੀ ਆ 8 ਸਾਲ, ਮੈਂ ਖੁਦ ਇੱਕ ਸ਼ੇਫ ਹਾਂ, ਮੈਂ ਖੁਦ ਇੱਥੇ ਕੰਮ ਸਿੱਖਿਆ ਫਰਾਂਸ ਦੇ ਵਿੱਚ, ਅੱਛਾ ਜੀ, ਖੁਦ ਹੀ ਮੈਂ ਕੰਮ ਕੀਤਾ ਆ, ਠੀਕ ਹੈ, ਰੈਸਟੋਰੈਂਟ ਦੇ ਵਿੱਚ। ਹੁਣ ਮੈਂ ਚਲੋ ਕੰਮ ਚੇਂਜ ਕਰਤਾ ਕੋਲੇ ਆ ਆਪਣਾ, ਪਰ ਮੈਂ ਕੰਮ ਇਸ ਰੈਸਟੋਰੈਂਟ ਲੈਣ ਦੇ ਵਿੱਚ ਹੀ ਰਹਿ ਮੇਗਾ। ਵੀਡੀਓ ਵੀ ਪਹਿਲਾਂ ਵਾਲੀਆਂ ਜਿਹੜੀਆਂ ਰੈਸਟੋਰੈਂਟ ਦੇ ਵਿੱਚ ਬਹਿ ਕੇ ਬਣਾਈਆਂ ਹੋਈਆਂ, ਜੇ ਅੱਛਾ ਪੁਰਾਣੀਆਂ ਵੀਡੀਓ ਮੇਰੀਆਂ ਜਿੰਨੀਆਂ ਵੀ ਹਾਂਜੀ ਬਣੀਆਂ ਹੋਈਆਂ, ਉਹ ਜਦੋਂ ਕੰਮ ਤੋਂ ਫ੍ਰੀ ਹੋਣਾ 12 ਵਜੇ ਰਾਤ ਨੂੰ, ਤੇ ਉਦੋਂ ਇੱਕ ਅੱਧੀ ਵੀਡੀਓ ਬਣਾ ਕੇ ਪੋਸਟ ਕਰਦੇ ਹੁੰਦੇ ਸੀਗੇ ਯੂਟਿਊਬ ਦੇ ਉੱਤੇ। ਹਾਂਜੀ ਤੇ ਹਾਂਜੀ ਭਾਜੀ ਰੈਸਟੋਰੈਂਟ ਦਾ ਵੀ ਕੰਮ ਹੋ ਗਿਆ, ਬਿਜਲੀ ਦਾ ਵੀ ਦੱਸਤਾ, ਰੰਗ ਦਾ ਵੀ, ਮਾਰਸ਼ੇ ਦਾ ਵੀ, ਤੇ ਹਾਂਜੀ ਇੱਕ ਕੰਮ ਆ ਦੱਸਤਾ, ਗਿਆ ਜੀ ਟੈਲਾਂ ਦਾ ਕੰਮ ਆ ਗਿਆ, ਪਲੰਬਰੀ ਦਾ ਕੰਮ ਆ ਗਿਆ। ਠੀਕ ਹੈ ਜੀ, ਪਲੰਬਰੀ ਦੇ ਕੰਮ ਦੀ ਬਹੁਤ ਡਿਮਾਂਡ ਆ ਪੈਰਿਸ ਦੇ ਵਿੱਚ, ਪਲੰਬਰੀ ਦੇ ਕੰਮ ਕਾਰੀਗਰ ਬਹੁਤ ਘੱਟ ਨੇ, ਪਲੰਬਰ ਜਿਹੜੇ ਨੇ, ਅੱਛਾ ਜੀ, ਠੀਕ ਹੈ। ਹੁਣ ਜੇ ਕਿਸੇ ਬੰਦੇ ਨੂੰ ਕਾਰੀਗਰ ਕੋਈ ਬੰਦਾ ਹੈਗਾ ਇੰਡੀਆ ਤੋਂ ਕੰਮ ਦਾ, ਜਿਵੇਂ ਮੈਂ ਨਾ ਵੀ ਬੰਦਾ ਇੱਥੇ ਆ ਜਾਵੇ ਤਾਂ ਉਹ ਬੰਦੇ ਨੂੰ ਸੋਹਣਾ ਕੰਮ ਉਹਦਾ ਰਿੜ ਸਕਦਾ ਯਾਨੀ ਪਲੰਬਰੀ ਦਾ। ਤੁਹਾਡੇ ਭਾਜੀ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਕੋਈ ਵੀ ਇੰਡੀਆ ਤੋਂ ਦਿਹਾੜੀਦਾਰ ਬੰਦਾ ਆ ਜਾਂਦਾ ਨਾ, ਜਿਹੜਾ ਬੰਦਾ ਉੱਥੇ ਰਾਜ ਮਿਸਤਰੀ ਦਾ ਕੰਮ ਕਰਦਾ ਜਾਂ ਉੱਦਾਂ ਹੀ ਕੋਠੀਆਂ ਦਾ, ਜਿਹੜਾ ਮਾੜਾ ਮੋਟਾ ਜਿਹਨੂੰ ਵੀ ਕੋਈ ਦਿਹਾੜੀ ਜਿਹੜਾ ਲਾਉਂਦਾ, ਉਹ ਬੰਦਾ ਕਾਮਯਾਬ ਹੈ ਇੱਕ ਕਿਸਮ ਨਾਲ, ਨੋਰਮਲੀ ਤੌਰ 'ਤੇ ਜੇ ਦੇਖਿਆ ਜਾਵੇ ਨਾ, ਇਹੀ ਕਹਿਣ ਦਾ ਮਤਲਬ ਹੋਇਆ ਨਾ ਜੀ। ਬਸ ਭਾਜੀ, ਬੰਦਾ ਮਿਹਨਤੀ ਹੋਵੇ, ਬੰਦੇ ਨੂੰ ਕੰਮ ਤੇ ਬੰਦਾ ਲਵਾਉਣਾ ਹੋਵੇ, ਬੰਦਾ ਮਾਰ ਨਹੀਂ ਖਾਂਦਾ ਇੱਥੇ। ਹੁਣ ਆਪਣੇ ਬੰਦੇ, ਚਲੋ ਮੈਂ ਦੱਸ ਦਿੰਦਾ ਅਸਲੀਅਤ ਆ, ਮੈਨੂੰ ਕੋਈ ਡਰ ਨਹੀਂ, ਆਪਣੇ ਬੰਦੇ ਛੱਲੀਆਂ ਵੀ ਵੇਚਦੇ ਆ ਇੱਥੇ, ਠੀਕ ਹੈ ਜੀ, ਹਾਂਜੀ ਹਾਂਜੀ, ਛੱਲੀਆਂ ਵੀ ਇੱਥੇ ਮੈਟਰੋ ਸਟੋਰਾਂ ਦੇ ਬਾਹਰ ਬੰਦੇ ਰੇਹੜੀਆਂ ਲਾ ਕੇ ਵੇਚਦੇ ਆ। ਤੇ ਇੱਕ ਚੀਜ਼ ਹੋਰ ਆ, ਉਹਨੂੰ ਮਾਰੂ ਕਹਿੰਦੇ ਆ ਫ੍ਰੈਂਚ ਦੇ ਵਿੱਚ, ਤੇ ਮੈਨੂੰ ਹੁਣੇ ਨਹੀਂ ਪਤਾ ਉਹਨੂੰ ਕੀ ਕਹਿੰਦੇ, ਇੰਗਲਿਸ਼ ਜਾਂ ਪੰਜਾਬੀ ਦੇ ਵਿੱਚ। ਉਹ ਨਾ ਆਪਣੇ ਹੁੰਦੇ ਆ ਗਰਮ ਕਰਦੇ ਆ, ਤੇ ਉਹ ਮੂੰਗਫਲੀ ਵਾਂਗੂ ਹੁੰਦੇ ਆ, ਜਿਹੜਾ ਭੰਨੇ ਦੇ ਵਿੱਚੋਂ ਗਿਰੀ ਨਿਕਲਦੇ ਆ, ਅੱਛਾ ਜੀ, ਅੱਛਾ ਉਹ ਅੱਛਾ, ਵੀ ਮੁੰਡੇ ਵੇਚਦੇ ਆ ਇੱਥੇ। ਆਪਣੇ ਆਈਫਲ ਟਾਵਰ ਜਿਹੜਾ ਆ ਟੂਰਿਸਟ ਜਗ੍ਹਾ ਨੇ, ਉੱਥੇ ਮੁੰਡੇ ਆਪਣੇ ਸਮਾਨ ਵੀ ਵੇਚਦੇ ਆ, ਛੱਲੇ ਹੋ ਗਏ ਛੱਲੇ ਬਈ, ਮੁੰਦੀਆਂ ਕਹਿੰਦਾ ਜਿਹੜੀਆਂ, ਮਤਲਬ ਕਿ ਇੱਕ ਰੋਜ਼ ਵਾਲਾ ਵੀ ਛੱਲੇ ਹੁੰਦਾ ਜਿਹੜੇ ਮੁੰਦੀਆਂ। ਕਹਿੰਦੇ ਪਹਿਲਾਂ ਆਪਣਾ ਗੁਲਾਬ ਦਿੰਦੇ ਹੁੰਦੇ, ਹੁਣ ਮੈਨੂੰ ਪਤਾ ਨਹੀਂ ਜੇ ਗੱਲਾਂ ਸਹੀ ਆ, ਕਹਿੰਦੇ ਵੀ ਬੰਦੇ ਦੋ ਦੋ ਜਾਣੇ ਬੈਠੇ, ਉਹਨਾਂ ਨੇ ਇੱਕ ਗੁਲਾਬ ਦਾ ਫੁੱਲ ਦੇ ਦੇਣਾ, ਨਹੀਂ ਕਹਿਣਾ ਜੀ ਕਿੰਨੇ ਆ, ਮਨ ਚਾਹੇ ਪੈਸੇ ਦੇ ਦਿੰਦੇ, ਸਹੀ ਗੱਲ ਆ ਜੀ ਇਹ, ਪਤਾ ਨਹੀਂ ਪਹਿਲਾਂ ਬੰਦੇ ਜਿਹੜੇ ਆਏ ਹੋ ਇਹਨਾਂ ਕੰਟਰੀਆਂ ਤੋਂ ਕਿਵੇਂ ਕਰਦੇ ਹੁੰਦੇ ਸੀ। ਹਾਂਜੀ, ਇਹ ਕੰਮ ਪਹਿਲਾਂ ਚੱਲਦਾ ਹੁੰਦਾ ਸੀਗਾ ਵੀ ਰਾਤ ਨੂੰ ਬੰਦੇ, ਜਿੱਦਾਂ ਮੰਨ ਲਓ ਦਿਨੇ ਕੋਈ ਬੰਦਾ ਕੰਮ ਹੋਰ ਕਰਦਾ ਆ, ਰਾਤ ਨੂੰ ਬੰਦੇ ਫੁੱਲ ਵੇਚਦੇ ਨੇ ਵੀ ਕਿਸੇ ਰੈਸਟੋਰੈਂਟ ਦੇ ਵਿੱਚ ਵੜ ਕੇ, ਵੀ ਰੈਸਟੋਰੈਂਟ ਭਰਿਆ ਵਾ, ਕੋਈ ਕਪਲ ਬੈਠਾ ਆ, ਮੀਆਂ ਬੀਵੀ ਬੈਠੇ ਆ, ਜਾ ਕੇ ਕਹਿਤਾ ਵੀ ਫੁੱਲ ਲੈਣੇ ਆ, ਉਹਨਾਂ ਚੋਂ ਇੱਕ ਅੱਧਾ ਫੁੱਲ ਲੈ ਲਿਆ ਕਿਸੇ ਨੇ, ਤੇ ਕਿਸੇ ਨੇ 10 ਦਿੱਤੇ, ਕਿਸੇ ਨੇ 5 ਦਿੱਤੇ। ਅਗਲਾ ਹੁਣ ਜਨਾਨੀ ਸਾਹਮਣੇ ਥੋੜੀ ਕਹੂਗਾ ਪੈਸਿਆਂ ਦਾ, ਘੱਟ ਵੱਧ ਲੈ ਲਾ, ਏਦਾਂ ਕਰ ਲਾ, ਬੰਦਾ ਦੇ ਦਿੰਦਾ ਹੈ, ਹਾਂਜੀ 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 ਹਾਂਜੀ, ਇਹ ਤਾਂ ਠੀਕ ਹੈ ਗੱਲ ਹੈਗੀ ਹੈ, ਉਹ। ਹਾਂ, ਉਹ ਕੰਮ ਹੁਣ ਆਪਣੇ ਬੰਦੇ ਛੱਡ ਗਏ ਨੇ, ਹੁਣ ਇਹ ਕੰਮ ਕਰਦੇ ਨੇ ਬੰਗਾਲੀ। ਅੱਛਾ ਜੀ, ਹਾਂ, ਹੁਣ ਬੰਗਾਲੀ ਹੈ ਬੰਦੇ ਕੰਮ ਕਰਦੇ ਨੇ, ਹੁਣ ਛੱਲੇ ਮੁੰਦੀਆਂ ਦਾ ਕੰਮ ਵੀ ਆਪਣੇ ਬੰਦੇ ਬਹੁਤ ਘਟਾ ਗਏ ਆ, ਹੁਣ ਉੱਥੇ ਕੰਮ ਕਰਦੇ ਆ, ਸਾਰੇ ਕਾਲੇ ਕੰਮ ਕਰਦੇ ਆ ਆਈਫਲ ਟਾਵਰ ਦੇ ਉੱਪਰ, ਜਿਹੜੇ ਠੀਕ ਹੈ ਜੀ, ਸਮਾਨ ਵੇਚਦੇ। ਆਪਣੇ ਬੰਦੇ ਕੰਮ ਤਾਂ ਘਟਾ ਗਏ, 6 ਮਹੀਨੇ ਹੋ ਗਏ ਮੇਰੇ ਹਿਸਾਬ ਨਾਲ ਗੱਲ ਨੂੰ, ਵਾਧੀ ਹੋ ਗਿਆ ਉਹ ਟਾਈਮ ਤੇ। ਇੱਕ ਹਾਂਜੀ, ਮੁੰਡਾ ਆਪਣਾ ਇੰਡੀਅਨ ਉੱਥੇ ਮਰ ਗਿਆ ਸੀਗਾ ਆਈਫਲ ਟਾਵਰ ਤੇ, ਕੱਲਾ ਕੱਲਾ ਮੁੰਡਾ ਸੀਗਾ, ਅੱਛਾ ਜੀ, ਪੁਰਤਗਾਲ ਦਾ, ਮੁੰਡੇ ਕੋਲੇ ਪਾਸਪੋਰਟ ਸੀਗਾ, ਤੇ ਉਹ ਕਿਤੇ ਉੱਥੇ ਨਾ ਜੀ ਪੁਲਿਸ ਕੰਟਰੋਲ ਕਰਦੀ ਹੈ ਜਦੋਂ ਛੱਲੇ ਮੁੰਡੇ ਨਾਲ ਵੇਚਦੇ ਆ ਨਾ, ਹਾਂਜੀ ਹਾਂਜੀ, ਉੱਥੇ ਜਿਹੜੀਆਂ ਦੁਕਾਨਾਂ ਨੇ ਉਹ ਦੁਕਾਨਾਂ ਵਾਲੇ ਕਰਦੇ ਆ ਕੰਪਲੇਂਟ ਵੀ ਸਾਡੇ ਤੋਂ ਨਹੀਂ ਲੈਂਦਾ ਟੂਰਿਸਟ ਕੋਈ ਵੀ ਘੁੰਮਣ ਆਉਂਦਾ ਛੱਲੇ ਮੁੰਡੇ, ਇਹਨਾਂ ਮੁੰਡਿਆਂ ਤੋਂ ਲੈ ਲੈਂਦਾ ਇਹਨਾਂ ਵੀ ਅਸੀਂ ਮੁੰਡਿਆਂ, ਰੈਂਟ ਦਿੰਦੇ ਹਾਂ ਦੁਕਾਨਾਂ ਦਾ, ਹਾਂਜੀ ਹਾਂਜੀ, ਤੇ ਸਾਨੂੰ ਕੀ ਵੀ ਪਤਾ ਰੇਟ ਫਿਰ, ਘੱਟ ਦੇ ਦਿੰਦੇ ਆ, ਸਹੀ ਗੱਲ ਆ, ਹਾਂਜੀ, ਉਦੋਂ ਫਿਰ ਭਾਜੀ ਉਹ ਪੁਲਿਸ ਕਰਦੀ ਕੰਟਰੋਲ, ਤੇ ਪੁਲਿਸ ਆਪਣੇ ਮੁੰਡਿਆਂ ਪਿੱਛੇ ਭੱਜਦੀ ਆ, ਤੇ ਮੁੰਡੇ ਫਿਰ ਹੋਰ ਤੇਜ਼ ਭੱਜਦੇ ਨੇ, ਲੁਕਦੇ ਨੇ। ਹਾਂਜੀ, ਤੇ ਉਦੋਂ ਜੀ ਇੱਕ ਮੁੰਡੇ ਦੀ ਡੈਥ ਹੋ ਗਈ ਸੀ ਗੱਡੀ ਥੱਲੇ ਆ ਕੇ, ਉਦੋਂ ਕਿਤੇ ਪੁਲਿਸ ਪੈ ਗਈ, ਉਧਰੋਂ ਮੁੰਡੇ ਭੱਜ ਪਏ, ਤੇ ਉਹ ਮੁੰਡਾ ਗੱਡੀ ਥੱਲੇ ਆ ਗਿਆ ਤੇ ਮੌਕੇ ਤੇ ਮੌਤ ਹੋ ਗਈ। ਕੱਲਾ ਕੱਲਾ ਮੁੰਡਾ ਸੀਗਾ, ਪੁਰਤਗਾਲ ਦਾ ਪਾਸਪੋਰਟ ਸੀ ਉਹਦੇ ਕੋਲੇ, ਨੈਸ਼ਨੈਲਿਟੀ ਸੀ ਪੁਰਤਗਾਲ ਦੀ। ਉਦੋਂ ਬਾਅਦ ਨਾ ਆਪਣੇ ਮੁੰਡੇ ਬਹੁਤ ਘੱਟ ਗਏ ਆ, ਵੀ ਕਹਿੰਦਾ ਮਤਲਬ ਕਿ ਹੁਣ ਮੈਂ ਦੋ ਆਹ ਨਵੇਂ ਸਾਲ ਤੇ ਗਿਆ ਸੀ ਆਈਫਲ ਟਾਵਰ ਤੇ, ਮੈਨੂੰ ਆਪਣੇ ਮੁੰਡੇ ਬਹੁਤ ਘੱਟ ਦਿਸੇ ਨੇ ਉੱਥੇ, ਅੱਛਾ ਬਈ ਅਜਿਹਾ ਕੰਮ ਕਰ। ਮੈਂ ਮੁੰਡੇ ਤੋਂ ਪੁੱਛਿਆ ਵੀ ਤੂੰ, ਮੁੰਡੇ ਨੇ ਮੈਨੂੰ ਇਹ ਗੱਲ ਕਹੀ, ਕਹਿੰਦਾ ਭਾਜੀ ਉਹ ਘਟਨਾ ਸੀ, ਤੁਹਾਨੂੰ ਪਤਾ ਹੋਊਗੀ। ਅੱਛਾ, ਉਦੋਂ ਬਾਅਦ ਵੀ ਮੁੰਡੇ ਜਿਹੜੇ ਆ ਘੱਟ ਵੀ ਗਏ, ਬਹੁਤ ਘੱਟ ਗਏ। ਘੱਟ ਗਏ, ਹਾਂਜੀ, ਹਾਂਜੀ, ਹਾਂਜੀ। ਤੇ ਬਾਕੀ ਹੁਣ ਡਿਲੀਵਰੀ ਦਾ ਕੰਮ ਵੀ ਚੱਲ ਰਿਹਾ ਹੈ ਪੈਰਿਸ ਦੇ ਵਿੱਚ, ਸੋਰੀ, ਰੈਸਟੋਰੈਂਟਾਂ ਦੇ ਵਿੱਚ ਵੀ ਡਿਲੀਵਰੀ ਦਾ ਕੰਮ। ਅੱਛਾ, ਕੋਈ ਹੋਰ ਕੰਪਨੀ ਆ ਗਈਆਂ ਨੇ, ਹਾਂਜੀ ਹਾਂਜੀ ਉਬਰ ਆ ਗਈ ਆ, ਹਾਂਜੀ ਹਾਂਜੀ ਹਾਂਜੀ, ਉਬਰ, ਡਿਲੀਵਰੋ, ਫਿਦੋਰਾ, 3-4-5-6 ਕੰਪਨੀਆਂ ਨੇ ਜਿਨ੍ਹਾਂ ਦੇ ਵਿੱਚ ਕਿ ਆਪਣੇ ਬੰਦੇ ਕੰਮ ਕਰਦੇ ਨੇ। ਜੇ ਕੱਚਾ ਉਹਦੇ ਵਿੱਚ
ਹਾਂਜੀ, ਉਹਦੇ ਵਿੱਚ ਅਸਲ ਦੇ ਵਿੱਚ ਕਹਾਣੀ ਇਹ ਹੈ ਵੀ ਤੁਹਾਡੇ ਕੋਲ ਪੇਪਰ ਹੋਣੇ ਚਾਹੀਦੇ ਜੇ ਤੁਸੀਂ ਉਹਦੇ 'ਚ ਕੰਮ ਕਰਨੇ ਆ। ਪਰ ਆਪਣੇ ਬੰਦੇ ਕੀ ਕਰਦੇ ਆ ਵੀ ਮੇਰੇ ਕੋਲ ਪੇਪਰ ਹੈਗਾ ਤਾਂ ਮੈਂ ਆਪਣੇ ਪੇਪਰਾਂ ਦੇ ਉੱਪਰ ਕੰਪਨੀ ਬਣਾ ਕੇ ਦੇਤੀ ਹੈ ਤੇ ਕੰਮ ਮੇਰਾ ਦੋਸਤ ਕਰਦਾ ਪਿਆ, ਮੈਂ ਕੰਮ ਕਿਤੇ ਹੋਰ ਕਰਦਾ ਪਿਆ, ਅੱਛਾ ਜੀ, ਹਾਂਜੀ ਵੀ ਹਾਂਜੀ, ਜੁਗਾੜ ਲਾ ਕੇ ਕੰਮ ਚੱਲਦਾ ਪਿਆ ਹੈ ਵੀ ਸੋਹਣੇ ਪੈਸੇ ਉਹਦੇ 'ਚ ਮੁੰਡੇ ਜਿਹੜੇ ਬਣਾ ਰਹੇ ਆ। ਕਹਿੰਦਾ ਮਤਲਬ ਕਿ ਵੀ ਹਰ ਇੱਕ ਕੰਟਰੀਆਂ ਦੇ ਵਿੱਚ ਭਾਜੀ ਕੰਮ ਹੈਗਾ ਹਨਾ, ਜਿੱਦਾਂ ਮੈਂ ਯੂਰਪ ਨੂੰ ਮਾੜਨ ਜਿਹਦੇ ਜਿਹੜੀ ਕੰਟਰੀ ਦਾ ਬੰਦਾ ਖਾਂਦਾ ਆਪਾਂ ਕਿਉਂ ਫਰਾਂਸ ਨੂੰ ਦਿੰਦੀ ਜਾਈਏ, ਨਹੀਂ ਇਹ ਤਾਂ ਗੱਲ ਹੈਗੀ, ਠੀਕ ਜਿਸ ਹੈ ਜੀ। ਕੰਟਰੀ ਦਾ ਖਾਈਦਾ ਉਹਦਾ ਤਾਂ ਕਦੇ ਮਾੜਾ ਨਹੀਂ ਕਹਿਣਾ ਚਾਹੀਦਾ। ਹਾਂਜੀ ਹਾਂਜੀ, ਤੇ ਗੱਲ ਰਹਿ ਗਈ ਇੱਥੇ ਪੇਪਰਾਂ ਦੀ ਪੱਕੇ ਹੋਣ ਦੀ। ਹਾਂਜੀ ਪੱਕੇ ਇੱਥੇ ਤੁਸੀਂ ਹੋ ਸਕਦੇ ਹੋ 3 ਸਾਲਾਂ ਬਾਅਦ, ਪੰਜ ਅੱਛਾ ਜੀ, ਸਾਲਾਂ ਬਾਅਦ, 10 ਸਾਲਾਂ ਬਾਅਦ, ਵਿਆਹ ਕਰਵਾ ਕੇ, ਹਾਂਜੀ ਜਾਂ ਇੱਕ ਉਹਨੂੰ ਕਹਿੰਦੇ ਆਪਣਾ ਲਿਵਿੰਗ ਇਨ ਰਿਲੇਸ਼ਨਸ਼ਿਪ ਦੇ ਵਿੱਚ ਵੀ ਤੁਸੀਂ ਇੱਥੇ ਪੇਪਰ ਬਣਾ ਸਕਦੇ ਹੋ। ਠੀਕ ਹੈ ਜੀ, ਜਾਂ ਤੁਹਾਨੂੰ ਕੋਈ ਬਿਮਾਰ ਰਹਿੰਦੇ ਹੋ, ਤੁਹਾਨੂੰ ਕੋਈ ਸ਼ੂਗਰ ਦੇ ਮਰੀਜ਼ ਹੋ, ਜਾਂ ਤੁਹਾਨੂੰ ਕੋਈ ਸੀਰੀਅਸ ਬਿਮਾਰੀ ਹੈ, ਤੁਸੀਂ ਉਹਦੇ ਬੇਸ ਦੇ ਉੱਪਰ ਵੀ ਮੈਡੀਕਲ ਪੇਪਰ ਤੌਰ ਲੈ ਤੇ ਤਾਂ ਨਹੀਂ, ਸਕਦੇ ਹੋ। ਮੈਡੀਕਲ ਤੌਰ ਤੇ ਵੀ ਬੰਦਾ ਪੱਕਾ ਹੋ ਸਕਦਾ, ਕਹਿਣ ਦਾ ਮਤਲਬ। ਹਾਂਜੀ, ਜਿਹੜਾ ਹੁਣ ਆ ਗਿਆ ਜੀ ਬੇਸ 10 ਸਾਲ ਵਾਲਾ, 10 ਸਾਲ ਦੇ ਬੇਸ ਦੇ ਵਿੱਚ ਤੁਹਾਡੇ ਕੋਲ 10 ਸਾਲ ਦੇ ਪਰੂਫ ਹੋਣੇ ਚਾਹੀਦੇ ਆ ਵੀ ਵੀ ਮੈਂ 10 ਸਾਲਾਂ ਤੋਂ ਫਰਾਂਸ ਦੇ ਵਿੱਚ ਰਹਿ ਰਿਹਾ ਆ। ਉਹਦੇ ਵਿੱਚ ਤੁਹਾਡੇ ਕੋਲ ਟੈਕਸ ਵਾਲਾ ਪੇਪਰ, ਹਾਂਜੀ ਬੈਂਕ ਦੀਆਂ ਡਿਟੇਲਾਂ, ਠੀਕ ਹੈ ਜੀ, ਤੁਹਾਡੇ ਕੋਲੇ ਡਾਕਟਰੀ ਕਾਰਡ, ਤੁਹਾਡਾ ਬੱਸ ਦਾ ਪਾਸ, ਹਾਂਜੀ, ਯਾਨੀ ਕਿ ਕਹਿੰਦਾ ਮਤਲਬ ਕਿ ਸਾਲ ਦੇ ਉਹਨਾਂ ਨੇ 3 ਜਾਂ 4 ਪਰੂਫ ਨੋਟ ਕਰਨੇ ਆ ਤੁਹਾਡੇ ਹਾਂਜੀ। ਵੀ ਇਹ ਸਾਲ ਦੇ ਵਿੱਚ ਤੁਸੀਂ ਸੀਗਾ। ਇੱਕ ਬਹੁਤ ਵਧੀਆ ਨਾਗਰਿਕ ਆ, ਪਹਿਲਾਂ ਤਾਂ ਸਭ ਤੋਂ ਇਹਦਾ ਮਤਲਬ ਮੈਨੂੰ ਇਹ ਲੱਗਾ ਵੀ ਸਭ ਤੋਂ ਪਹਿਲਾਂ ਇਹ ਚੀਜ਼ ਦੇਖਦੇ ਹੋ ਕਿ ਤੁਸੀਂ ਇੱਕ ਸੱਚੇ ਸੁੱਚੇ ਨਾਗਰਿਕ ਆ, ਇਹ ਨਹੀਂ ਵੀ ਤੁਸੀਂ ਇੱਥੇ ਆ ਕੇ ਕੋਈ ਕ੍ਰਾਈਮ ਕੀਤੇ ਆ, ਜਾਂ ਵੀ ਤੁਸੀਂ ਸਾਰੇ ਆਪਣੇ ਬੱਸਾਂ ਦੇ ਵੀ ਇਹਨਾਂ ਦੇ ਟਿਕਟਾਂ ਦੇ ਰਹੇ ਆ, ਆਪਣਾ ਟੈਕਸ ਵੀ ਤੁਹਾਡਾ ਸਾਰਾ ਜਾ ਰਿਹਾ ਮੇਰੇ ਹਿਸਾਬ ਨਾਲ, ਸ਼ਾਇਦ ਤੁਸੀਂ ਇਹ, ਮੈਨੂੰ ਪੱਕਾ ਨਹੀਂ ਪਤਾ, ਸ਼ਾਇਦ ਤੁਹਾਡਾ ਇਹੀ ਸੀ ਕਹਿਣ ਦਾ ਮਤਲਬ। ਹਾਂਜੀ 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 ਹਾਂਜੀ, ਤੇ ਜੇਕਰ ਤੁਸੀਂ, ਮੈਂ ਇੱਕ ਗੱਲ ਹੋਰ ਕਹਿਣੀ, ਜੇ ਤੁਸੀਂ ਇੰਡੀਆ ਤੋਂ ਨਵੇਂ ਆਉਂਦੇ ਤੁਹਾਡਾ ਪਾਸਪੋਰਟ ਥੋੜਾ ਰਹਿੰਦਾ ਤਾਂ ਆਪਣਾ ਪਾਸਪੋਰਟ ਇੰਡੀਆ ਤੋਂ ਹੀ ਰੀਨਿਊ ਕਰਵਾ ਕੇ ਲੈ ਕੇ ਆਓ, ਚਾਹੇ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾ ਰਹੇ ਹੋ, ਆਪਣਾ ਅੱਛਾ ਜੀ, ਪਾਸਪੋਰਟ ਇੰਡੀਆ ਤੋਂ ਰੀਨਿਊ ਕਰਵਾ ਕੇ ਜ਼ਰੂਰ ਜਾਓ, ਕਿਉਂਕਿ ਬਾਹਰਲੀਆਂ ਕੰਟਰੀਆਂ ਦੇ ਵਿੱਚ ਤੁਹਾਨੂੰ ਹਰ ਇੱਕ ਕੰਟਰੀ ਦੇ ਵਿੱਚ ਪ੍ਰੋਬਲਮ ਆਊਗੀ ਪਾਸਪੋਰਟ ਰੀਨਿਊ ਕਰਵਾਉਣ ਦੀ। ਮੈਨੂੰ ਗੱਲ ਹੁਣੇ ਚੇਤੇ ਆ ਗਈ, ਸ਼ਾਇਦ ਤੁਹਾਨੂੰ ਵੀ ਪਤਾ ਹੋਊਗਾ ਇਹ ਗੱਲ ਦਾ ਵੀ ਅੱਛਾ ਜੀ, ਪਾਸਪੋਰਟ ਰੀਨਿਊ ਕਰਵਾਉਣ ਦੇ ਵਿੱਚ ਯੂਰਪ ਦੇ ਵਿੱਚ ਹਰ ਇੱਕ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਵੀ ਅੱਛਾ ਪ੍ਰੂਫ ਜੀ, ਪ੍ਰਾਪਤ ਭਾਜੀ ਚਾਹੀਦੇ ਹੁੰਦੇ। ਫਿਲਹਾਲ ਆਪਣੇ ਤੁਹਾਨੂੰ ਸਹੀ ਗੱਲ ਦੱਸੀ, ਸਾਡੇ ਜਿਹੜੇ ਇੱਥੇ ਮਿਲਾਨ ਅੰਬੈਸੀ ਸੀ ਨਾ, ਇੱਥੇ ਅੱਗੇ ਪਹਿਲਾਂ ਲੜਾਈ ਬੜੀ ਹੁੰਦੀ ਹੁੰਦੀ ਸੀ, ਬਹੁਤ ਆਪਣੇ ਬੰਦਿਆਂ ਨੇ ਜਦੋਂ ਜਾਣਾ ਪਿਆ, ਪੰਜਾਬੀਆਂ ਨੇ ਉੱਥੇ ਲੜ ਕੇ ਹੀ ਜਾਣਾ, ਅਤੇ ਹੁਣ ਪਰ ਇੱਥੇ ਸਾਡੇ ਲਾਸਟਲੇ 1-2 ਸਾਲਾਂ ਤੋਂ ਕਾਫੀ ਸੁਧਾਰ ਹੋ ਗਿਆ, ਸਟਾਫ ਚੇਂਜ ਹੋ ਗਿਆ, ਅਤੇ ਇੱਥੇ ਬਹੁਤ ਛੇਤੀ ਆਉਣ ਲੱਗ ਪਿਆ, ਅਤੇ ਬਾਕੀ ਤੁਹਾਨੂੰ ਪਤਾ ਮੈਨੂੰ ਫਿਲਹਾਲ ਸਿਰਫ ਇਟਲੀ ਬਾਰੇ ਪਤਾ, ਪਰ ਪਹਿਲਾਂ ਪਹਿਲਾਂ ਸਾਡੇ ਵੀ ਬਹੁਤ ਪ੍ਰੋਬਲਮ ਆਉਂਦੀ ਸੀ, ਆਪਣੇ ਪੰਜਾਬੀ ਬੰਦਿਆਂ ਨੂੰ ਜ਼ਿਆਦਾ ਪ੍ਰੋਬਲਮ ਕਰਦੇ ਸੀ। ਨਹੀਂ, ਮੈਂ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀਗਾ, ਮੇਰੇ ਕਹਿਣ ਦਾ ਮਤਲਬ ਇਹ ਆ ਭਾਜੀ, ਹੁਣ ਫਰਾਂਸ ਦੀ ਅੰਬੈਸੀ ਵਧੀਆ, ਮੈਂ ਮਾੜੀ ਨਹੀਂ ਕਹਿੰਦਾ, ਹਾਂਜੀ ਪਾਸਪੋਰਟ ਟਾਈਮ ਟੂ ਟਾਈਮ ਮਿਲੀ ਜਾਂਦੇ, ਜਮ੍ਹਾਂ ਕਰਵਾਉਂਦੇ ਆ। ਵੀ ਜਦੋਂ ਇੰਡੀਆ ਤੋਂ ਨਵਾਂ ਬੰਦਾ ਆਇਆ ਭਾਜੀ, ਹਾਂ ਉਹਨੂੰ ਇਹ ਇੱਥੇ ਗੱਲ ਹੁਣ ਸਹੀ ਆ, ਕਿਸੇ ਕੰਟਰੀ 'ਚ ਵੀ ਉਹਨੂੰ ਪਤਾ ਹੀ ਨਹੀਂ ਗਾ ਵੀ ਉਹ ਅੰਬੈਸੀ ਦੇ ਵਿੱਚ ਪਾਸਪੋਰਟ ਜਮ੍ਹਾਂ ਕਰਵਾਉਣ ਜਾਊਗਾ, ਤੇ ਅੰਬੈਸੀਆਂ ਨੇ ਕਹਿਣਾ ਵੀ ਲਿਆ ਬਿਜਲੀ ਦਾ ਬਿੱਲ ਤੇਰੇ ਨਾਂ ਤੇ ਆ, ਜਾਂ ਕੋਈ ਪੇਪਰ ਤੂੰ ਕੋਈ ਪ੍ਰੂਫ ਬਣਾਇਆ, ਬੰਦਾ ਕੀ ਦੇਊਗਾ। ਹਾਂਜੀ ਹਾਂਜੀ, ਮੈਨੂੰ ਤਾਂ ਕੋਈ ਜਾਣਦਾ ਨਹੀਂ ਸੀ, ਮੇਰੇ ਕੋਲ ਕੋਈ ਪ੍ਰੂਫ ਹੈ ਨਹੀਂ। ਉਹਦੇ ਕਰਕੇ ਕਹਿੰਦਾ ਵੀ ਉਹਦਾ ਇੰਡੀਆ ਤੋਂ ਬੰਦਾ ਬਣਾ ਕੇ ਲੈ ਕੇ ਆਊਗਾ, ਕਮ ਸੇ ਕਮ 10 ਸਾਲ ਦਾ ਬਣ ਜਾਊਗਾ, 10 ਸਾਲਾਂ 'ਚ ਬੰਦੇ ਦੇ ਪੇਪਰ ਬਣ ਜਾਂਦੇ ਆ, ਉਦੋਂ ਬਾਅਦ 'ਚ ਬੰਦੇ ਨੂੰ ਭੇਤ ਵੀ ਆ ਜਾਂਦਾ ਵੀ ਕੀ ਕਰਨਾ ਕੀ ਨਹੀਂ। ਅੱਛਾ ਜੀ, ਦੁਬਾਰੇ ਫਿਰ ਉਸ ਗੱਲ ਤੇ ਆਉਂਦੇ ਹਾਂ ਵੀ 10 ਸਾਲ ਵਾਲਾ ਬੇਸ ਮੈਂ ਦੱਸਤਾ ਆ, ਉਸ ਤੋਂ ਬਾਅਦ ਆ ਗਿਆ ਜੀ 5 ਸਾਲ ਵਾਲਾ ਬੇਸ। 5 ਸਾਲ ਵਾਲੇ ਬੇਸ ਦੇ ਵਿੱਚ ਆਪਸ਼ਨਾਂ ਸਾਰੀਆਂ ਸੇਮ ਹੀ ਨੇ 10 ਸਾਲਾਂ ਵਾਲੀਆਂ ਹੀ, ਤੁਸੀਂ 5 ਸਾਲ ਦੇ ਪ੍ਰੂਫ ਦੇਣੇ ਆ, ਹਾਂਜੀ, 5 ਸਾਲ ਤੁਹਾਡਾ ਟੈਕਸ ਵਾਲੇ ਪੇਪਰ, ਡਾਕਟਰੀ ਕਾਰਡ, ਬੱਸ ਦੀਆਂ ਟਿਕਟਾਂ ਦਾ, ਬੈਂਕ ਦੀਆਂ ਡਿਟੇਲਾਂ। ਇਹਦੇ ਵਿੱਚ ਇੱਕ ਆਪਸ਼ਨ ਜਿਹੜੀ ਹੈਗੀ ਹੈ ਜਿਹਦੇ ਉੱਤੇ ਤੁਹਾਨੂੰ ਪੇਪਰ ਮਿਲਣ, ਤੁਹਾਡੇ ਕੋਲ 8 ਮਹੀਨਿਆਂ ਦਾ ਤੁਸੀਂ ਕੰਮ ਕੀਤਾ ਹੋਣਾ ਚਾਹੀਦਾ ਹੈ, ਸ਼ੋ ਜਿਹੜਾ ਤੁਹਾਨੂੰ ਪੇ ਦੂ ਸਲਿੱਪ ਕਹਿੰਦੇ, ਵੀ ਤੁਹਾਡਾ ਮਾਲਕ ਜਿਹਦੇ ਕੋਲ ਤੁਸੀਂ ਕੰਮ ਕਰਦੇ, ਕੰਤਰਾਤੂ ਵਾਲੇ ਪੇਪਰ ਇੰਟਾਲੀਅਨ, ਤੁਹਾਨੂੰ ਕੰਟਰੈਕਟ ਬੇਸ ਦੇ ਉੱਪਰ ਪੇਪਰ, ਹਾਂ ਵੀ ਉਹਦੇ ਵਿੱਚ ਜਿੱਥੇ ਤੁਸੀਂ ਕੰਮ ਕਰਦੇ ਪਏ ਹੋ ਤੁਹਾਡਾ ਮਾਲਕ ਲਿਖ ਕੇ ਦੇਊਗਾ ਕਿ ਮੈਂ ਇਸ ਬੰਦੇ ਨੂੰ ਕੰਮ ਦਿੰਦਾ ਤੇ ਤੁਸੀਂ ਇਸ ਬੰਦੇ ਨੂੰ ਪੇਪਰ ਦਿਓ, ਉਹਦੇ 'ਚ ਇਹ ਪੇਪਰ ਜਿਹੜਾ ਆ ਪਲੱਸ ਲੱਗਣਾ ਆ, ਠੀਕ ਹੈ ਜੀ। ਤੁਸੀਂ ਪੇਪਰ ਜਮ੍ਹਾਂ ਕਰਾਉਣੇ, ਤੁਹਾਡੇ ਉਸ ਕੰਮ ਦੇ ਬਿਹਾਵ ਦੇ ਉੱਪਰ ਤੁਹਾਨੂੰ ਪੇਪਰ ਮਿਲ ਜਾਣ। 3 ਸਾਲ ਵਾਲੇ ਬੇਸ ਦੇ ਵਿੱਚ ਵੀ ਸੇਮ ਹੀ ਆ, 3 ਸਾਲ ਦੇ ਪਰੂਫ ਤੁਹਾਡੇ ਕੋਲ ਇੱਥੇ ਜੀ 24 ਮਹੀਨਿਆਂ ਦਾ ਟੈਕਸ ਤਾਰਿਆ ਹੋਣਾ ਚਾਹੀਦਾ ਹੈ, 24 ਮਹੀਨਿਆਂ ਦਾ, ਕਹਿੰਦਾ ਮਤਲਬ 2 ਸਾਲ ਦਾ ਤੁਸੀਂ ਟੈਕਸ ਤਾਰਿਆ ਹੋਵੇ, ਟੋਟਲ ਤੁਹਾਨੂੰ 3 ਸਾਲ ਫਰਾਂਸ ਦੇ ਵਿੱਚ ਰਹਿੰਦਿਆਂ ਨੂੰ ਹੋ ਗਏ, ਤੁਸੀਂ 2 ਸਾਲ ਦਾ ਟੈਕਸ ਤਾਰਿਆ ਵਾ, ਤੁਹਾਡੇ ਮਾਲਕ ਨੇ, ਹਾਂਜੀ, ਉਹ ਟੈਕਸ ਹੈਗਾ ਜੀ 500 ਤੋਂ 600 ਯੂਰੋ ਮਹੀਨੇ ਦਾ ਜਾਂਦਾ ਹੈ, ਜੇਕਰ ਤੁਸੀਂ ਫੁੱਲ ਕੰਮ ਕਰਦੇ ਹੋ, ਫੁੱਲ ਟੈਕਸ ਤੇ ਕੰਮ ਕਰਦੇ ਹੋ। ਹਾਂਜੀ,
ਤੇ ਉਹ ਬਹੁਤ ਘੱਟ ਚਾਂਸ ਨੇ ਵੀ ਆਪਣੇ ਬੰਦੇ ਆ, ਕੋਈ ਬੰਦਾ ਰਿਸਕ ਨਹੀਂ ਲੈਂਦਾ। ਅਗਲਾ ਕਹਿਣਾ ਦਾ ਯਾਰ ਮੈਂ ਜੇ ਮੈਨੂੰ 30 ਯੂਰੋ ਦਿਹਾੜੀ ਆ ਤੇ ਮਹੀਨੇ ਦਾ ਮੈਨੂੰ 1000 ਯੂਰੋ ਬਣਿਆ ਤੇ ਵਿੱਚੋਂ ਮੈਂ 600 ਯੂਰੋ ਟੈਕਸ ਦੇ ਰਿਹਾ ਤੇ ਹਾਂਜੀ ਮੈਨੂੰ ਤਾਂ ਕੁਛ ਬਚਣਾ ਨਹੀਂਗਾ। ਬਚਣਾ ਨਹੀਂ ਹਾਂਜੀ ਤੇ ਪਰ ਇਹ ਗੱਲ ਸ਼ਾਇਦ ਤੁਹਾਨੂੰ ਵੀ ਪਤਾ ਹੋਊਗੀ, ਮੈਂ ਪਹਿਲਾਂ ਵੀ 2-3 ਵੀਡੀਓ ਜ਼ਿਕਰ ਕੀਤਾ ਹੈ, ਆਪਣੇ ਬੰਦਿਆਂ ਨਾਲੋਂ ਪਾਕਿਸਤਾਨੀ ਬੰਦਿਆਂ ਕੋਲੇ ਪੇਪਰ ਜ਼ਿਆਦਾ ਨੇ ਇਹ ਗੱਲ ਹਰ ਇੱਕ ਸਹੀ ਹੈ। ਕੰਟਰੀ ਦੇ ਵਿੱਚ। ਹਾਂਜੀ ਹਾਂਜੀ ਤੇ ਮੇਨ ਗੱਲ ਇੱਕ ਹੀ ਵੀ ਨਾ ਇਹ ਭਾਜੀ, ਵੀ ਪਾਕਿਸਤਾਨੀ ਬੰਦੇ ਕੰਮ ਬਾਅਦ ਵਿੱਚ ਲੱਭਦੇ ਆ ਕੇ ਸਭ ਤੋਂ ਪਹਿਲਾਂ ਉਹ ਭਾਸ਼ਾ ਸਿੱਖੂਗੇ, ਉਹ ਕੰਟਰੀ ਦੀ ਜਿਹੜੀ ਲੈਂਗੁਏਜ ਹੈ ਨਾ ਉਹਨੂੰ ਉਹਤੇ ਜ਼ੋਰ ਜ਼ਿਆਦਾ ਦਿੰਦੇ ਆ। ਭਾਸ਼ਾ ਤੇ ਭਾਜੀ ਸਿੱਖਦੇ ਸਿੱਖਦੇ ਇਹਨਾਂ ਦਾ ਕੰਮ ਹੁੰਦਾ ਕਿ ਪਹਿਲਾਂ ਪੇਪਰ ਲੱਭ ਕੇ, ਪੇਪਰ ਕਿੱਦਾਂ ਲੱਭਦੇ ਆ ਇਸ ਕੰਟਰੀ ਦੇ, ਹਾਂਜੀ ਠੀਕ ਹੈ, ਪੇਪਰ ਵੀ ਕਿੱਦਾਂ ਲੈ ਜਾਣਾ। ਹੁਣ ਇਹ ਬੰਦੇ ਇੰਨੀ ਦੂਰ ਦੂਰ ਬੈਠੇ ਆ ਨਾ, ਹਾਂਜੀ ਮੈਂ ਖੁਦ ਪੈਰਿਸ ਸਿਟੀ ਤੋਂ 300 ਕਿਲੋਮੀਟਰ ਰਹਿੰਦਾ ਤੇ ਸਾਡੇ ਇੱਥੇ ਅੱਗੇ ਜੀ 100 ਕਿਲੋਮੀਟਰ ਇੱਕ ਕਿਲ੍ਹਾ ਪੈਂਦਾ ਤੇ ਅਸੀਂ ਉਹ ਕਿਲ੍ਹਾ ਘੁੰਮਣ ਗਏ ਅੱਜ ਤੋਂ 2 ਮਹੀਨੇ ਪਹਿਲਾਂ। ਤੇ ਮੈਂ ਕਿਹਾ ਯਾਰ ਇੰਡੀਅਨ ਰੈਸਟੋਰੈਂਟ ਦੇਖੀਏ, ਰੋਟੀ ਖਾਣੀ ਹੈ, ਤੇ ਮੈਂ ਉਹ ਇੰਡੀਅਨ ਰੈਸਟੋਰੈਂਟ ਸਰਚ ਕੀਤਾ ਤੇ ਚਲੋ ਅਸੀਂ ਚੱਲ ਗਏ ਪਾਕਿਸਤਾਨੀ ਦਾ ਰੈਸਟੋਰੈਂਟ, ਛੋਟਾ ਜਿਹਾ ਉਹਨੇ ਬਣਾਇਆ ਵਾ। ਹਾਂਜੀ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਉਹ ਕਹਿੰਦਾ ਜੀ ਮੈਨੂੰ 25 ਸਾਲ ਉਸ ਪਿੰਡ ਦੇ ਵਿੱਚ ਹੋ ਗਏ ਜੀ। ਤੁਹਾਡਾ ਬੋਲਾ ਅੱਛਾ ਜੀ ਹਾਂ, ਤੇ ਮੈਂ ਕਿਹਾ ਵੀ ਅੰਕਲ ਤੂੰ ਤੇਰੀ ਉਮਰ ਉਮਰ ਕਿੰਨੀ ਹੈ ਤੁਹਾਡੀ, ਤੁਸੀਂ ਕਿਹੜੇ ਸਾਲ ਦੇ ਵਿੱਚ ਇੱਥੇ ਆ ਗਏ ਸੀਗੇ? ਹਾਂਜੀ ਤੇ ਉਹ ਤਾਂ ਫਿਰ ਉਹੀ ਗੱਲ ਆ ਵੀ ਉਹ ਕਹਿੰਦਾ ਜਿੱਦਾਂ ਕੱਲ ਹੀ ਗਾਣਾ ਆਇਆ ਵੀ ਕਹਿੰਦਾ ਅਸੀਂ ਉਹਨਾਂ ਸਮਿਆਂ 'ਚ ਅੱਤ ਕਰਵਾ ਦੀ ਜਿੱਦਾਂ ਸਮੇਂ ਤੁਸੀਂ ਪੀ ਕਹਿੰਦੇ ਹੁੰਦੇ ਸੀ ਗੱਡਕਾ ਅੱਛਾ ਜੀ ਵੀ ਅਸੀਂ ਕਹਿੰਦਾ ਪੈਸੇ ਪੂਸੇ ਅਸੀਂ ਕਮਾ ਗਏ, ਅਸੀਂ ਪਿੰਡਾਂ ਦੇ ਵਿੱਚ ਇੱਥੇ ਆ ਗਏ, ਉਦੋਂ ਤੇ 25 ਸਾਲ ਮੈਨੂੰ ਇਸ ਰੈਸਟੋਰੈਂਟ ਨੂੰ ਹੋ ਗਏ ਆ। ਹਾਂਜੀ ਤੇ ਮੈਂ ਕਿਹਾ ਯਾਰ ਵੀ ਸਾਡੇ ਬੰਦੇ ਕਾਹਤੋਂ ਨਹੀਂ ਇਹ ਗੱਲ ਸੋਚਦੇ, ਇੰਡੀਅਨ ਬੰਦੇ ਵੀ ਅਸੀਂ ਵੀ ਬਈ ਆਉਣ ਸਾਰ ਪੇਪਰ ਬਣਾਈਏ ਵੀ ਦੂਜੇ ਪਾਸੇ। ਕਹਿੰਦਾ ਮੈਂ ਆਉਣ ਸਾਰ ਪਹਿਲਾਂ ਪੇਪਰ ਲਏ, ਪੇਪਰਾਂ ਤੋਂ ਬਾਅਦ ਪੈਸੇ ਕਮਾਏ ਤੇ ਮੈਂ ਇੱਥੇ ਪਿੰਡ ਦੇ ਵਿੱਚ ਆ ਕੇ, ਇੱਥੇ ਮੇਰੀ ਘਰ ਵਾਲੀ ਰਸੋਈ 'ਚ ਕੰਮ ਕਰਦੀ ਹੈ, ਮੈਂ ਬਾਹਰ ਹਾਲ 'ਚ ਕੰਮ ਕਰਦਾ, ਸਾਡਾ ਕੰਮ ਸੋਹਣਾ ਚੱਲੀ ਜਾਂਦਾ ਹੈ, ਅੱਛਾ ਚਲੋ ਵਧੀਆ ਜੀ ਫਿਰ ਠੀਕ ਹੈ। ਤਾਂ ਤੇ ਮੈਂ ਵੀ ਹਰ ਇੱਕ ਪਿੰਡ ਫਰਾਂਸ ਦਾ, ਹਰ ਇੱਕ ਪਿੰਡ ਚਾਹੇ ਫਰਾਂਸ ਤੋਂ, ਹਰ ਇੱਕ ਪਿੰਡ 'ਚ ਤੁਹਾਨੂੰ ਬੰਦਾ ਪਾਕਿਸਤਾਨੀ ਮਿਲ ਜੂਗਾ, ਇੰਡੀਅਨ ਨਹੀਂ ਮਿਲਣਾ। ਹਾਂਜੀ ਇਹ ਗੱਲ ਇਹੀ ਮੇਰੇ ਹਿਸਾਬ ਨਾਲ ਇਟਲੀ ਦੇ ਵਿੱਚ ਵੀ ਹੋਊਗੀ ਕੰਮ ਗੱਲ, ਤਾਂ ਇਹੀ ਕਹਿ ਮੇਰੇ ਰਿਹਾ ਹਿਸਾਬ ਮੈਂ ਨਾਲ ਤੁਹਾਨੂੰ, ਇਹੀ ਆਪਣੇ ਜਿਹੜੇ ਸਿਸਟਮ। ਪਾਕਿਸਤਾਨੀ ਬੰਦੇ ਆ ਨਾ ਆਪਣੇ, ਇਹ ਤਕਰੀਬਨ ਦੇਖਿਆ ਜਾਵੇ ਤਾਂ ਇਹ ਥੋੜ੍ਹਾ ਜਿਹਾ ਜ਼ਿਆਦਾ ਤਰੱਕੀਆਂ ਵੇ ਦੇ ਵਿੱਚ ਵੀ ਜ਼ਿਆਦਾ ਇਹਨਾਂ ਦਾ ਹੁੰਦਾ, ਤੇ ਤਰੱਕੀਆਂ ਦੇ ਵਿੱਚ ਵੀ ਤੇ ਠੱਗੀਆਂ ਦੇ ਵਿੱਚ ਵੀ, ਮੈਂ ਹੁਣ ਕਹਿਣਾ ਨਹੀਂ ਸੀ ਚਾਹੁੰਦਾ ਠੀਕ ਹੈ। ਤੇ ਚਲੋ ਹੁਣ ਤੁਸੀਂ ਨਹੀਂ ਕਹਿੰਦੇ ਨਹੀਂ ਹੋ ਕਹਿ ਨਹੀਂ, ਮੈਂ ਇਹ ਬੰਦੇ ਕਹਿੰਦਾ ਮਤਲਬ ਕਿ ਜੇ ਤੁਹਾਨੂੰ 100 ਬੰਦੇ ਪਾਕਿਸਤਾਨੀ ਜਾਣਦੇ ਤੇ ਵਿੱਚੋਂ ਮੈਂ ਕੁਛ ਕੁ ਪਰਸੈਂਟ ਬੰਦੇ ਸਹੀ ਨੇ, ਬਾਕੀ ਸਾਰੇ ਬੰਦੇ ਖਰਾਬ ਨੇ, ਠੀਕ ਆ ਨਾ ਇਹ। ਹਾਂ ਕੋਈ ਮੈਂ ਸ਼ਾਇਦ ਮੇਰੇ ਫੋਲੋਵਰ ਵੀ ਉਹ ਤੁਹਾਡੇ ਹੀ ਫੋਲੋਵਰ ਹੋਣਗੇ, ਪਰ ਕਹਿਣਾ ਨਹੀਂ ਚਾਹੀਦਾ, ਪਰ ਜਿਹੜੀ ਗੱਲ ਹੈ ਕਹਿ ਦਿਓ, ਚਲੋ ਕਿਉਂਕਿ ਹਾਂਜੀ ਮੇਰਾ ਇਹ ਆਪ ਹੈ। ਹਾਂਜੀ ਹਾਂਜੀ ਹਾਂ ਮੈਂ ਇਸੇ ਮਹੀਨੇ ਮੇਰਾ ਵਾਹ ਪਿਆ ਇੱਕ ਪਾਕਿਸਤਾਨੀ ਨਾਲ, ਉਹਨੇ ਮੈਨੂੰ ਲਾਰੇ ਲਾਈ ਗਿਆ, ਕੋਈ ਕੰਮ ਸੀਗਾ ਜਬਾਨ, ਇੱਕ ਬੰਦਾ ਨਾ ਵੀ ਜਬਾਨ ਕਰਕੇ ਬੰਦਾ ਮੁਕਰਦਾ, ਉਹ ਬੰਦਾ ਜਬਾਨ ਤੇ ਨੀ ਰੁਕਿਆ, ਉਹ ਬੰਦੇ ਦੇ ਘਰੇ ਵੀ ਗਏ ਆ, ਠੀਕ ਹੈ ਜੀ, ਖਾਧਾ ਪੀਤਾ ਵੀ ਇਕੱਠਿਆਂ ਨੇ। ਤੇ ਪਰ ਕਹਿੰਦੇ ਕੁਛ ਕੁ ਬੰਦੇ ਹੁੰਦੇ ਜਿਹੜੇ ਕਿ ਗੱਲ ਸਹੀ ਕਰਦੇ, ਬਾਕੀ ਮੈਂ ਸੁਣਿਆ ਸੀ ਇਹਨਾਂ ਬਾਰੇ, ਤੇ ਚਲੋ ਕੋਈ ਗੱਲ ਨੀ। ਤੇ ਆਪਾਂ ਜੀ ਇੱਕ ਚੀਜ਼ ਹੋਰ ਮੈਂ ਲਾਸਟ ਤੇ ਕਹਿਣਾ ਚਾਹੂੰਗਾ, ਅੱਜ ਕੱਲ੍ਹ ਇੰਡੀਆ ਦੇ ਵਿੱਚ ਅਫਵਾਹ ਫੈਲੀ ਹੋਈ ਵੀ ਕਪਲ ਜਿਹੜੇ ਆ, ਕਪਲ ਦਾ ਵੀਜ਼ਾ ਜਿਹੜਾ ਕਿ ਫਰਾਂਸ ਦੇ ਵਿੱਚ ਜੇਕਰ ਕੋਈ ਕਪਲ ਆਉਂਦਾ ਤੇ ਉਹ ਪੱਕਾ ਹੋ ਜਾਂਦਾ ਆ ਹਾਂਜੀ ਵੀ ਕੇਸ ਕਰਵਾ ਕੇ ਰਿਫਿਊਜੀ ਵਾਲਾ, ਹਾਂਜੀ ਹਾਂਜੀ ਤੇ ਉਹ ਮੈਂ ਦੱਸ ਦੇਣੀ ਚਾਹੁੰਦਾ ਵੀ ਜੇਕਰ ਕੋਈ ਕਪਲ ਆ ਇੰਡੀਆ ਤੋਂ ਫਰਾਂਸ ਦੇ ਵਿੱਚ ਆਉਣ ਬਾਰੇ ਸੋਚ ਰਿਹਾ ਤੇ ਉਹ ਨਾ ਆਵੇ, ਠੀਕ ਹੈ ਜੀ, ਉਹਦੇ ਵਿੱਚ ਇਹੀ ਫਾਇਦਾ ਆ ਵੀ ਉਹ ਨਾ ਆਵੇ, ਜੇ ਉਹ ਆਉਣਾ ਚਾਹੁੰਦਾ ਤੇ ਉਹਨੂੰ ਅੱਗੇ ਕੋਈ ਬੰਦਾ ਸਾਹਮਣ ਵਾਲਾ ਹੋਵੇ, ਚਲੋ ਥੋੜੇ ਜਿਹੇ ਉਹਦੇ ਪੈਰ ਲੱਗ ਜਾਂਦੇ, ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਗੌਰਮੈਂਟ ਨੂੰ ਕਿ ਜਿਹੜੇ ਇੰਡੀਅਨ ਬੰਦੇ ਆਉਂਦੇ ਆ ਇੱਥੇ ਆ ਕੇ ਕੇਸ ਕਰਵਾ ਦਿੰਦੇ ਆ ਤੇ ਇਹਨਾਂ ਨੂੰ ਕਿਸੇ ਨੂੰ ਕੋਈ ਵੀ ਖਤਰਾ ਨਹੀਂ ਹੈਗਾ, ਸਿਰਫ ਇਹ ਇੱਥੇ ਪੇਪਰਾਂ ਮਾਰੇ ਹੀ ਕਰਦੇ ਆ ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਜੀ। ਤੇ ਇਹ ਹੁਣ ਕੀ ਕਰਦੇ ਆ, ਫਰਾਂਸ ਵਾਲੇ ਕੇਸ ਲਿਖ ਲੈਂਦੇ ਆ, ਕੇਸ ਲਮਕਾਉਂਦੇ ਆ ਸਾਲ 2 ਸਾਲ ਤੇ ਬੰਦੇ ਨੂੰ ਮਕਾਨ, ਇਹ ਮਕਾਨ ਦੇ ਦਿੰਦੇ ਆ, ਪਰ ਮਕਾਨ ਦਿੰਦੇ ਆ ਭਾਜੀ ਪਿੰਡ ਦੇ ਵਿੱਚ, ਸੁੰਨੇ ਜੇ ਪਿੰਡ ਦੇ ਵਿੱਚ ਵੀ, ਅੱਛਾ ਸਿਟੀ ਤੋਂ 500 ਕਿਲੋਮੀਟਰ 600 ਕਿਲੋਮੀਟਰ ਦੂਰ, ਕਿ ਬੰਦਾ ਉੱਥੇ ਕੰਮ ਵੀ ਨਾ ਕਰ ਸਕੇ ਹਾਂਜੀ ਤੇ ਬੰਦਾ ਬਸ ਸਾਡੇ ਗੁਜ਼ਾਰੇ ਤੇ ਰਹੇ, ਜਿਵੇਂ ਅਸੀਂ 200 ਦੇਤਾ ਮਹੀਨੇ ਦਾ ਜਾਂ 300 ਦੇਤਾ, ਠੀਕ ਹੈ ਜੀ ਨਿਆਣੇ ਪੜ੍ਹਾ ਲਓ। ਆਪਣੇ ਬੰਦਿਆਂ ਦਾ ਮੇਨ ਮਕਸਦ ਹੁੰਦਾ ਕਿ ਕੰਮ ਕਰੀਏ ਯਾਰ, ਨਾਲੇ ਗੌਰਮੈਂਟ ਪੈਸੇ ਦੇਈ ਜਾਊਗੀ, ਪਰ ਇਹਨੂੰ ਪਤਾ ਲੱਗ ਗਿਆ ਸੁੱਟਦੇ ਬੰਦੇ ਨੂੰ ਪਿੰਡ ਦੇ ਵਿੱਚ ਆ ਦੂਰ, ਵੀ ਬੰਦਾ ਕਿਸੇ ਜੋਗਾ ਰਵੇ ਨਾ, ਜੇ ਬੰਦਾ ਸਿਟੀ ਕੰਮ ਕਰਨ ਵੀ ਆਊਗਾ ਤੇ ਬੰਦੇ ਦੀਆਂ ਟਿਕਟਾਂ ਲੱਗਣ, ਹਾਂਜੀ ਇਹ ਤਾਂ ਗੱਲ ਹੈਗੀ ਹੈ। ਤੇ ਭਾਜੀ ਇੱਕ ਠੀਕ ਹੈ ਆਪਾਂ ਜੀ। ਨੂੰ ਇੱਕ ਕਮੈਂਟ ਆਈ ਹੈ ਇੱਕ ਆਪਣੇ ਬਾਈ ਦੀ, ਮੈਂ ਤੁਹਾਨੂੰ ਮਾੜਾ ਜਿਹਾ ਰੋਕਣਾ ਚਾਹੁੰਦਾ।
ਕੋਈ ਸੁਖਵਿੰਦਰ ਸਿੰਘ ਭਾਜੀ ਆ, ਕਹਿੰਦੇ ਭਾਜੀ ਮੈਂ ਇਲੈਕਟ੍ਰੀਸ਼ਨ ਦਾ ਕੋਰਸ ਕੀਤਾ, ਗਲਫ ਦਾ ਤਜਰਬਾ ਵੀ ਹੈਗਾ, ਵਾਇਰਿੰਗ, ਕੇਬਲ, ਗਰੈਂਡਰਿੰਗ, ਟ੍ਰੇ ਟਰੱਕਿੰਗ, ਡਰਾਈਵਿੰਗ ਦੇਖਣੀ ਵੀ ਜਾਣਦਾ। ਅੱਛਾ, ਤਕਰੀਬਨ ਜੀ ਆਲਰਾਊਂਡਰ ਹੀ ਆ ਬੰਦਾ। ਕਹਿੰਦਾ ਜੀ ਮੇਰੇ ਫਰਾਂਸ ਵਿੱਚ ਕੀ ਮੇਰੀ ਕੀ ਗੱਲਬਾਤ ਬਣ ਸਕਦੀ ਹੈ ਜੇ ਮੈਂ ਉੱਥੇ ਆ ਜਾਵਾਂ? ਭਾਜੀ ਤੁਹਾਨੂੰ ਕੋਈ ਬੰਦਾ ਇੱਥੇ ਜਾਣਕਾਰ ਹੈਗਾ ਨਾ, ਤੇ ਫਿਰ ਤੁਹਾਨੂੰ ਦਿਹਾੜੀ ਤੁਹਾਡੀ ਵਧੀਆ ਸੋਹਣੀ ਸਟਾਰਟ ਹੋ ਜਾਊਗੀ। 35-40 ਹਜ਼ਾਰ ਦਿਹਾੜੀ ਸਟਾਰਟ ਹੋ ਜੂ ਜੇ ਤੁਹਾਡੇ ਹੱਥ ਸਿੱਧੇ ਆ ਤੇ ਤੁਸੀਂ ਮਹੀਨਾ ਕੁ ਤੁਸੀਂ ਕਿਸੇ ਕੋਲ ਕੰਮ ਲਾਇਆ ਤੇ ਤੁਹਾਨੂੰ ਪਤਾ ਲੱਗ ਜੂਗਾ ਵੀ ਕੰਮ ਦਾ ਕੀ ਹਿਸਾਬ ਕਿਤਾਬ ਆ। ਤੇ ਤੁਸੀਂ ਹਿਸਾਬ ਲਓ, ਜੇ ਤੁਹਾਨੂੰ ਮੇਰਾ ਵੀਰ 1 ਲੱਖ ਰੁਪਈਆ ਤੁਹਾਨੂੰ ਇੱਥੇ ਗੋਲਫ ਦੇ ਵਿੱਚ ਬਣਦਾ ਪਿਆ, ਫਿਰ ਮੇਰਾ ਵੀਰ ਪੰਗਾ ਲੈਣ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਪੱਕੇ ਹੋਣ ਤੇ ਵੀ ਤੁਹਾਨੂੰ ਟਾਈਮ ਲੱਗਣਾ ਆ ਯੂਰਪ ਦੇ ਵਿੱਚ ਤੁਸੀਂ ਆ ਗਏ। ਠੀਕ ਹੈ, ਜੇਕਰ ਤੁਹਾਨੂੰ ਬੰਦਾ ਗਾਈਡ ਕਰਨ ਵਾਲਾ ਨਹੀਂ ਹੈਗਾ, ਤੇ ਜੇਕਰ ਗਾਈਡ ਕਰਨ ਵਾਲਾ ਬੰਦਾ ਹੈਗਾ ਆ ਤਾਂ ਤੁਸੀਂ, ਜੇ ਤੁਹਾਨੂੰ ਮੰਨ ਲਓ ਵੀ ਫਰਾਂਸ ਦੇ ਵਿੱਚ ਹੈ ਨਹੀਂ ਗਾ ਕੋਈ, ਯੂਰਪ ਦੇ ਵਿੱਚ ਪਾਸੇ ਆਸੇ ਹੈਗਾ ਆ, ਹਾਂਜੀ ਤੇ ਤੁਸੀਂ ਆਉਣ ਸਾਰ ਤੁਸੀਂ ਪੇਪਰ ਆਪਣੇ ਜਿਹੜੀ ਐਂਟਰੀਆਂ ਉਂਟਰੀਆਂ ਪਵਾਉਣੀਆਂ, ਤੁਸੀਂ ਪੁਰਤਗਾਲ ਵੀ ਪਵਾ ਸਕਦੇ ਹੋ, ਸਪੇਨ ਦੇ ਵਿੱਚ ਵੀ ਆਪਣੀ ਐਂਟਰੀ ਕਰਵਾ ਸਕਦੇ ਹੋ, ਉਸ ਤੋਂ ਬਾਅਦ ਤੁਸੀਂ ਭਲਾ ਕੰਮ ਫਰਾਂਸ ਦੇ ਵਿੱਚ ਕਰੇ ਜਾਓ। ਇਹਦੇ ਵਿੱਚ ਕਾਰਨ ਇਹ ਆ ਵੀ ਕੰਮ ਤੁਸੀਂ ਫਰਾਂਸ ਦੇ ਵਿੱਚ ਕੰਮ ਕਰਦੇ ਪਏ ਹੋ, ਹਾਂਜੀ ਪੁਰਤਗਾਲ ਤੁਹਾਡੀ ਐਂਟਰੀ ਪਵਾਈ ਵੀ ਤੁਹਾਡੇ ਕੋਲ ਸੈਕੰਡ ਆਪਸ਼ਨ ਹੈਗੀ ਪੁਰਤਗਾਲ ਦੇ ਪੇਪਰਾਂ ਦੀ, ਥਰਡ ਆਪਸ਼ਨ ਤੁਹਾਡੇ ਕੋਲ ਹੈਗੀ ਸਪੇਨ ਦੇ ਆਪਸ਼ਨ ਪੇਪਰਾਂ ਦੀ। ਤੁਹਾਡੇ ਇਨ ਕੇਸ ਤੁਸੀਂ ਫਰਾਂਸ 'ਚ ਕੰਮ ਕਰਦੇ ਪਏ, ਤੁਹਾਡੇ ਫਰਾਂਸ ਪੇਪਰ ਨਹੀਂ ਬਣਦੇ, ਤੁਸੀਂ ਪੁਰਤਗਾਲ ਬਣਾ ਸਕਦੇ ਹੋ। ਪੁਰਤਗਾਲ ਦੇ ਵਿੱਚ ਕੋਈ ਗੱਲਬਾਤ ਹੋ ਗਈ, ਪੁਰਤਗਾਲ ਨਹੀਂ ਬਣਾ ਸਕਦੇ, ਤੁਸੀਂ ਸਪੇਨ ਦੇ ਵਿੱਚ ਪੇਪਰ ਆਪਣੇ ਬਣਾ ਸਕਦੇ ਹੋ। ਤੇ ਕੰਮ ਮੇਰਾ ਵੀ ਕਾਰੀਗਰ ਤੂੰ ਹੈਗਾ ਆ, ਕੰਮ ਤੈਨੂੰ ਆਉਂਦਾ ਆ, ਤੇ ਬੰਦਾ ਤੈਨੂੰ ਚਾਹੀਦਾ ਅੱਗੇ ਗਾਈਡ ਕਰਨ ਵਾਲਾ, ਤੇ ਬਾਕੀ ਤੁਹਾਡੀ ਆਪਣੀ ਮਿਹਨਤ ਆ ਤੇ ਆਪਣੀ ਤੁਹਾਡੀ ਕਿਸਮਤ ਆ ਨਾ ਜੀ। ਇਹ ਤਾਂ ਗੱਲ ਹੈਗੀ। ਤੇ ਭਾਜੀ ਇੱਕ ਹੋਰ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ, ਫਰਾਂਸ ਦੇ ਵਿੱਚ ਆਪਣਾ ਸਟੂਡੈਂਟ, ਆਪਣਾ ਜਿਹੜਾ ਸਟੂਡੈਂਟ ਬੇਸ, ਸਟੂਡੈਂਟ ਬੇਸ ਤੇ ਵੀ ਆਉਂਦੇ ਹੋਣੇ, ਤੇ ਉਹਦਾ ਕੀ ਹਿਸਾਬ ਆ? ਕੀ ਤੁਹਾਨੂੰ ਆਪਣੇ ਬੰਦੇ ਜਿਹੜੇ ਸੁਣ ਰਹੇ ਤੁਸੀਂ ਉਹਨਾਂ ਨੂੰ ਕੁਝ ਦੱਸੋਗੇ ਜੀ ਉਹਦੇ ਬਾਰੇ? ਹਾਂਜੀ, ਸਟੱਡੀ ਬੇਸ ਦੇ ਉੱਪਰ ਮੈਂ ਭਾਜੀ ਇੱਕ ਵੀਡੀਓ ਬਣਾਈ ਵੀ ਹੈ। ਮੇਰਾ ਖੁਦ ਆਪਣਾ ਰਿਸ਼ਤੇਦਾਰ ਮੁੰਡਾ, ਦੋ ਮੁੰਡੇ ਰਿਸ਼ਤੇਦਾਰ ਇੱਥੇ ਸਟੱਡੀ ਕਰਨ ਆਏ ਆ, ਕਰਦੇ ਪਏ ਆ ਸਟੱਡੀ ਹਜੇ। ਉਹਨਾਂ ਦਾ ਉਹ ਮੈਨੂੰ ਖੁਦ ਕਹਿੰਦੇ ਨੇ ਕਿ ਇੱਥੇ ਸਟੱਡੀ ਕਰੇ ਦਾ ਕੋਈ ਫਾਇਦਾ ਨਹੀਂ ਹੈਗਾ, ਸੋਰੀ ਵੀ ਇੱਥੇ ਸਟੱਡੀ ਬੇਸ ਦੇ ਉੱਪਰ ਮੈਂ ਅਜਿਹੇ ਬੰਦੇ ਨੂੰ ਜਾਣਦਾ, ਮੇਰੀ ਕੱਲ੍ਹ ਗੱਲ ਹੋਈ ਸੀ, ਕੱਲ੍ਹ ਉਹਨੇ ਮੇਰੇ ਤੋਂ ਸਲਾਹ ਲਈ ਆ, ਉਹਨੂੰ 10 ਸਾਲ ਹੋ ਗਏ ਇੱਥੇ ਸਟੱਡੀ ਕਰਦੇ ਨੂੰ, ਹਾਂਜੀ, ਤੇ ਉਹ PR ਨਹੀਂ ਲੈ ਸਕਦਾ ਸਟੱਡੀ ਬੇਸ ਦੇ ਉੱਪਰ। ਅੱਛਾ ਜੀ, ਹਾਂ, ਸਟੱਡੀ ਬੇਸ ਦੇ ਉੱਪਰ ਤੁਸੀਂ ਪੱਕੇ ਨਹੀਂ ਹੋ ਸਕਦੇ, ਕੰਮ ਵੀ ਨਹੀਂ ਕਰ ਸਕਦੇ। ਕੰਮ ਪਰ ਆਪਣੇ ਬੰਦੇ ਚੋਰੀ ਛਿਪੇ ਕਰੀ ਜਾਂਦੇ ਆ, ਬਾਅਦ ਚ ਉਦੋਂ ਕਾਲਜ ਦਾ ਭੇਦ ਲੱਗ ਜਾਵੇ ਕਿ ਹਾਂ ਹਾਂਜੀ ਹਾਂਜੀ ਵੀ ਇਹ ਹਾਂਜੀ ਸਿਸਟਮ ਆ ਕਾਲਜ ਦਾ, ਲੈ ਦੇ ਕੇ ਵੀ ਚੱਲੀ ਜਾਂਦਾ, ਪੈਸੇ ਲੈ ਦੇ ਕੇ ਹਾਜ਼ਰੀਆਂ ਲੱਗੀ ਜਾਂਦੀਆਂ ਨੇ, ਹਾਂਜੀ ਸਾਰਾ ਹਾਂਜੀ ਕੁਝ ਹੋ ਹੀ ਜਾਂਦਾ ਆ। ਠੀਕ ਹੈ ਜੀ, ਤੇ ਉਹ ਮੈਂ ਇੱਕ ਵੀਡੀਓ ਬਣਾਈ ਆ ਆਪਣੇ ਰਿਸ਼ਤੇਦਾਰ ਦੇ ਨਾਲ ਹੀ ਬਣਾਈ ਵੀ ਹੈ, ਮੇਰੇ ਚੈਨਲ ਤੇ ਪਈ ਆ, ਉਹ ਸਾਰੀ ਸਟੱਡੀ ਵੀਜ਼ੇ ਦੀ ਸਾਰੀ ਇਨਫੋਰਮੇਸ਼ਨ ਦਿੱਤੀ ਵੀ ਉਹਦੇ ਵਿੱਚ। ਹਾਂਜੀ ਤੇ ਵੀ ਕਹਿਣ ਦਾ ਮਤਲਬ ਕੋਈ ਕੁੱਲ ਮਿਲਾ ਕੇ ਗੱਲ ਇਹ ਆ ਵੀ ਜੇਕਰ ਤੁਸੀਂ ਸਟੱਡੀ ਵੀਜ਼ੇ ਤੇ ਵੀ ਆ ਜਾਂਦੇ, ਤੁਸੀਂ ਇੱਥੇ ਸਟੱਡੀ ਵੀ ਕਰ ਲੈਂਦੇ ਹੋ, ਤਾਂ ਤੁਹਾਨੂੰ ਜੋ ਤੁਸੀਂ ਕੰਮ ਲੱਭਣ ਜਾਂਦੇ ਹੋ, ਤੁਹਾਨੂੰ ਮੇਨ ਪ੍ਰੋਬਲਮ ਲੈਂਗੁਏਜ ਦੀ ਆਉਂਦੀ ਆ। ਉਹ ਕੰਪਨੀ ਵਾਲੇ ਕਹਿੰਦੇ ਆ ਵੀ ਤੁਹਾਨੂੰ ਲੈਂਗੁਏਜ ਆਉਣੀ ਜ਼ਰੂਰੀ ਆ, ਫ੍ਰੈਂਚ ਤੁਸੀਂ ਸਾਡੀ ਕੰਪਨੀ 'ਚ ਕੰਮ ਕਰਦੇ ਹੋ, ਤੇ ਜੇ ਤੁਹਾਡਾ ਜ਼ਿਆਦਾ ਹੀ ਤੁਸੀਂ ਲੱਕ ਤੁਹਾਡਾ ਜ਼ਿਆਦਾ ਹੀ ਤੇਜ਼ ਆ, ਤੁਹਾਨੂੰ ਕਿਸੇ ਇੰਗਲਿਸ਼ ਕੰਪਨੀ ਦੇ ਵਿੱਚ ਵੀ ਜੋਬ ਇੱਥੇ ਮਿਲ ਸਕਦੀ ਆ, ਜੇ ਫਰਾਂਸ ਦੇ ਵਿੱਚ ਇੰਗਲਿਸ਼ ਕੰਪਨੀਆਂ ਵੀ ਹੈਗੀਆਂ ਨੇ, ਤੇ ਉਹ ਵੀ ਤੁਸੀਂ ਮਿਹਨਤੀ ਹੋ, ਤੁਸੀਂ ਕੰਮ ਵਧੀਆ ਕਰਦੇ, ਤੁਸੀਂ ਤੁਹਾਡੀ ਸਟੱਡੀ ਜ਼ਿਆਦਾ ਹਾਈ ਹੈਗੀ ਆ, ਤਾਂ ਤੁਹਾਨੂੰ ਜਿਹੜੀਆਂ ਕੰਪਨੀਆਂ ਉਹ ਕੰਟਰੈਕਟ ਦੇ ਦਿੰਦੀਆਂ ਨੇ, ਬਹੁਤ ਘੱਟ ਚਾਂਸ ਨੇ, ਕਿਉਂਕਿ ਜਿਹੜੇ ਬੰਦੇ ਨੂੰ ਇੱਥੇ 10 ਸਾਲ ਹੋ ਗਏ ਨਾ, ਮੈਂ ਉਹ ਬੰਦੇ ਨੂੰ ਪਹਿਲੀ ਗੱਲ ਤੋਂ ਤੇ ਮੈਂ ਹੈਰਾਨ ਹੋਇਆ, ਮੈਂ ਕਿਹਾ ਤੈਨੂੰ 10 ਸਾਲ ਹੋ ਗਏ ਪੜ੍ਹਦੇ ਨੂੰ, ਵੀ ਤੂੰ 10 ਸਾਲ ਵੀ ਇਦਾਂ ਦੀ ਕਿਹੜੀ ਪੜ੍ਹਾਈ ਕੀਤੀ? ਤੂੰ ਕਹਿੰਦਾ ਯਾਰ ਬਸ ਤੂੰ ਪੁੱਛ ਨਾ, ਕਹਿੰਦਾ ਮੈਂ ਵੀ ਕਿੱਦਾਂ ਕਿੱਦਾਂ ਗਾਹਾਂ ਦੀ ਗਾਹਾਂ ਕੋਰਸ ਲੈ ਕੇ 10 ਸਾਲ ਕੱਢੇ, ਤੇ ਮੈਂ ਉਹਦੇ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਕਿਸੇ ਕੰਪਨੀ ਤੋਂ ਤੂੰ ਕੰਟੈਕਟ ਲੈ ਲਾ ਅੰਗਰੇਜ਼ੀ ਕੰਪਨੀ ਤੋਂ। ਉਹ ਕਹਿੰਦਾ ਯਾਰ ਮੈਂ ਬਹੁਤ ਥਾਈ ਗੇੜੇ ਕੱਢੇ, ਕੋਈ ਕੰਪਨੀ ਕੰਟਰੈਕਟ ਦਿੰਦੀ ਨਹੀਂ ਹੈਗੀ, ਵੀ ਮੈਂ ਹੁਣ ਕੋਈ ਕੰਟਰੈਕਟ ਲੱਭਦਾ ਪਿਆ ਵਿਚਾਰਾ ਪੱਕੇ ਹੋਣ ਵਾਸਤੇ, ਫਿਰ ਮੈਨੂੰ ਇਹੀ ਗੱਲ ਕਹੀ ਤੂੰ ਕੰਟਰੈਕਟ ਲੱਭ ਤੇ ਕੋਈ ਪੱਕਾ ਹੋ ਜਾ, ਤੂੰ ਇਦਾਂ ਵੀ ਸਟੱਡੀ ਵਾਲੇ ਨੂੰ ਪ੍ਰੋਬਲਮ ਵੀ ਇਹੀ ਹੁੰਦੀ ਹੈ ਪੱਕੇ ਹੋਣ ਦੀ, ਬਾਅਦ ਦੇ ਵਿੱਚ ਵੀ ਬੰਦਾ ਸਾਰੀ ਉਮਰ ਪੜ੍ਹੀ ਜਾਵੇ ਇੱਥੇ ਪੜ੍ਹੀ ਜਾਵੇ, ਪਰ ਆਖਿਰਕਾਰ ਉਹਨੂੰ ਪੱਕਾ ਨਹੀਂ ਕਰਦੇ ਸਟੱਡੀ ਬੇਸ ਦੇ ਉੱਪਰ। ਤੇ ਇੱਕ ਗੱਲ ਹੋਰ ਭਾਜੀ, ਤੇ ਜਿੱਦਾਂ ਸਾਡੇ ਇੱਥੇ ਇਟਲੀ ਦੇ ਵਿੱਚ ਹਰ ਸਾਲ ਤਕਰੀਬਨ ਖੇਤੀਬਾੜੀ ਦੇ ਹਿਸਾਬ ਨਾਲ ਬੰਦੇ ਆ ਜਾਂਦੇ ਆਉਂਦੇ ਆ, ਇੱਕ ਜ਼ਰੀਆ, ਤੇ ਫਰਾਂਸ ਦੇ ਵਿੱਚ ਹੋਰ ਕੋਈ ਜ਼ਰੀਆ ਹੈ ਕਿ ਅਗਰ ਬੰਦੇ ਨੇ ਆਉਣਾ ਹੋਵੇ
ਜਿੱਦਾਂ ਕੋਈ ਪੇਪਰ ਖੋਲਦੇ ਹੋਣ ਜਾਂ ਇੱਦਾਂ ਦਾ ਕੁਛ ਹੋਵੇ ਜਿਹੜੇ ਸਾਡੇ ਬੰਦੇ ਹੁਣ ਸੁਣਦੇ ਆ, ਤਾਂ ਮੈਂ ਕਿਹਾ ਚਲੋ ਸਾਰਿਆਂ ਨੂੰ ਜਿਹੜੇ ਸਵਾਲ ਆ ਰਹੇ ਮੈਂ ਤੁਹਾਨੂੰ ਚਲੋ ਪੁੱਛ ਲੈਂਦੇ ਆ ਇਸ ਬਾਰੇ ਵੀ, ਅਗਰ ਕੋਈ ਗੱਲਬਾਤ ਹੈ ਜੀ ਇੱਦਾਂ ਦਾ ਕੋਈ ਸਕੀਮ ਹੋਵੇ ਉੱਥੇ ਦੀ ਵੀ। ਨਹੀਂ ਭਾਜੀ, ਫਰਾਂਸ ਦੇ ਵਿੱਚ ਇਦਾਂ ਦੀ ਕੋਈ ਵੀ ਸਕੀਮ ਨਹੀਂ ਹੈਗੀ ਬਈ। ਅੱਛਾ ਇਹ ਇੰਡੀਆ ਦੇ ਵਿੱਚ ਵੀ ਇੱਕ ਅਖਬਾਰਾਂ ਦੇ ਵਿੱਚ ਵੀ ਐਡ ਆਉਂਦੀ ਹੈ ਵੀ ਡੇਅਰੀ ਫਾਰਮਿੰਗ ਦਾ ਵੀਜ਼ਾ, ਹਾਂਜੀ ਪੈਕਿੰਗ ਦਾ ਵੀਜ਼ਾ। ਹਾਂਜੀ ਮੈਂ ਤੇ ਵੀਡੀਓ ਵੀ ਬਣਾਈਆਂ ਨੇ ਕਿ ਉਹ ਸਾਰੀਆਂ ਫਵਾਵਾਂ ਨੇ, ਫਰਾਂਸ ਦੇ ਵਿੱਚ ਇਦਾਂ ਦਾ ਕੋਈ ਵੀ ਵੀਜ਼ਾ ਨਹੀਂ ਹੈਗਾ ਵੀ ਅੱਛਾ ਜਿਹੜਾ ਕਿ ਵੀ ਖੋਲਦੀ ਹੈ ਗਵਰਨਮੈਂਟ ਵੱਲੋਂ, ਯਾਨੀ ਕਿ ਜਾਰੀ ਕਰਦੀ ਆ ਵੀ। ਸਿਰਫ ਇੱਕ ਇੱਕੋ ਰਸਤਾ ਹੈ ਸ਼ੈਂਗਨ ਵੀਜ਼ੇ ਦਾ, ਸ਼ੈਂਗਨ ਵੀਜ਼ੇ ਤੇ ਇੱਥੇ ਆਉਂਦੇ ਨੇ ਲੋਕੀ ਤੇ ਉਸ ਤੋਂ ਬਾਅਦ ਇਲੀਗਲ ਹੋ ਜਾਂਦੇ, ਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਹਾਂਜੀ ਪੱਕੇ ਹਾਂਜੀ ਜਿਹੜੇ ਆ ਪੱਕੇ ਹਾਂਜੀ ਫਿਰ ਵੀ। ਓਕੇ ਹਾਂਜੀ ਹਾਂਜੀ, ਜਿੱਦਾਂ ਵੀ ਦੱਸ ਹੀ ਦਿੱਤਾ ਮੈਂ ਸਾਰਾ ਤਰੀਕਾ ਵੀ ਉਸ ਹਿਸਾਬ ਨਾਲ ਹਾਂਜੀ ਹੋ ਹਾਂਜੀ ਜਾਂਦੇ ਆ ਜੀ। ਤੇ ਜਿਹੜੀ ਉਹ ਅਜ਼ੀਲ ਮਿਲਦੀ ਹੈ ਜਿਹੜੀ ਆਪਾਂ ਰਿਫਿਊਜ਼ ਹੀ ਕਹਿੰਦੇ ਆ, ਇੱਥੇ ਮੈਨੂੰ ਇੱਕ ਮੁੰਡੇ ਨੇ ਬਾਈ ਜੀ ਨੇ ਇੱਕ ਸਵਾਲ ਪੁੱਛਿਆ ਸੀ ਹੁਣੇ, ਇੱਕ ਮਿਲਦੀ ਹੈ ਇੱਥੇ ਕਾਜ਼ੀ ਸਪੈਸ਼ਲੀ ਵਾਲੀ ਜਿਹੜੀ ਹੁੰਦੀ ਆ ਸਪੈਸ਼ਲ ਕੇਸਾਂ ਵਾਲੀ, ਕਹਿੰਦੇ ਵੀ ਉਹਨਾਂ ਨਾਲ ਤੁਹਾਡੇ ਹਿਸਾਬ ਨਾਲ ਇੰਡੀਆ ਜਾ ਸਕਦਾ, ਕਿਉਂਕਿ ਜਿਹੜੀ ਜਿੱਥੇ ਤੱਕ ਇਹ ਅਜ਼ੀਲ ਵਾਲਾ ਇੱਕ ਐਸਾ ਟੌਪਿਕ ਹੈ ਜਿੱਥੇ ਮੈਂ ਅਜੇ ਤੱਕ ਵੀਡੀਓ ਨਹੀਂ ਬਣਾਈ ਅਤੇ ਕਾਫੀ ਟਾਈਮ ਤੋਂ ਇੱਥੇ ਇਨਫੋਰਮੇਸ਼ਨ ਫਿਲਹਾਲ ਇਕੱਠੀ ਕਰ ਰਿਹਾ, ਅਤੇ ਮੇਰੇ ਹਿਸਾਬ ਨਾਲ ਜਿਹੜੀ ਰਿਫਿਊਜ਼ ਹੀ ਓਰੀਜਿਨਲ ਹੁੰਦੀ ਪਈ ਮੈਨੂੰ ਇੰਡੀਆ ਜਾਣ ਤੋਂ ਖਤਰਾ, ਉਹਦੇ ਨਾਲ ਹੀ ਬੰਦਾ ਇੰਡੀਆ ਨਹੀਂ ਜਾ ਸਕਦਾ, ਜਿਹੜੀ ਦੂਜੀ ਉਹ ਦੇ ਦਿੰਦੇ ਆ ਅਜ਼ੀਲ ਉਹਦੇ ਹਿਸਾਬ ਨਾਲ ਤਾਂ ਜਾ ਸਕਦਾ, ਕਿ ਉਹ 'ਚ ਵੀ ਪ੍ਰੋਬਲਮ ਆਉਂਦੀ ਹੈ ਤੁਹਾਡੇ ਹਿਸਾਬ ਨਾਲ, ਕੀ ਤੁਸੀਂ ਭਾਅ ਜੀ ਇਹਦੇ ਬਾਰੇ ਤੁਹਾਨੂੰ ਕੁਛ ਜਾਣਕਾਰੀ ਜੇ ਜ਼ਿਆਦਾ ਹੈਗੀ ਹੋਵੇ ਤਾਂ ਨਾਲੋਂ ਮੇਰੇ ਹਿਸਾਬ ਨਾਲ ਹੋਣੀ ਜ਼ਿਆਦਾ ਜੀ ਤੁਹਾਨੂੰ, ਕਿਉਂਕਿ ਮੈਨੂੰ ਇਸ ਟਾਈਮ ਇਸ ਬਾਰੇ ਕੁਝ ਜ਼ਿਆਦਾ ਨਹੀਂ ਪਤਾ ਜੀ। ਭਾਜੀ ਜਿਹੜਾ ਇੱਕ ਕੇਸ ਆ ਜਾਂਦਾ ਨਾ ਜੀਲ ਵਾਲਾ, ਜੀਲ ਦੇ ਵਿੱਚ ਰਿਫਿਊਜੀ ਵਾਲਾ, ਇਹਦੇ ਜਿਹੜਾ ਬੰਦੇ ਦਾ ਡਾਟਾ ਹੈ ਉਹ ਵੱਡੇ ਲੈਵਲ ਤੇ ਚੜ ਜਾਂਦਾ, ਇੰਟਰਨੈਸ਼ਨਲ ਇੰਟਰਨੈਸ਼ਨਲ ਲੈਵਲ ਲੈਵਲ ਤੇ ਤੇ ਚਾੜ ਜਾਂਦੇ ਦਿੰਦੇ ਆ। ਇੰਟਰਨੈਸ਼ਨਲ ਲੈਵਲ ਤੇ ਹਾਂਜੀ ਇਹ ਤਾਂ ਹੈ, ਠੀਕ ਹੈ ਜੀ, ਤੁਹਾਡੇ ਫਿੰਗਰ ਚੜ ਜਾਂਦੇ ਵੀ ਇਹ ਬੰਦੇ ਨੇ ਰਿਫਿਊਜੀ ਲਈ ਹੈ ਸਾਡੀ ਕੰਟਰੀ ਦੇ ਵਿੱਚ, ਤੇ ਇਸ ਬੰਦੇ ਨੂੰ ਖਤਰਾ ਆ, ਖਤਰਾ ਹਾਂਜੀ ਠੀਕ ਹੈ, ਜਿਹੜਾ ਮੇਨ ਜਿਹੜਾ ਕਾਰਨ ਆ ਜਾਂਦਾ। ਤੇ ਹਾਂਜੀ ਜਦੋਂ ਫਿਰ ਉਹ ਬੰਦਾ ਇੰਡੀਆ ਜਾਊਗਾ ਵੀ ਉਹ ਬੰਦੇ ਨੇ ਲਿਖਾਇਆ ਹੋਊਗਾ ਕਿ ਮੈਨੂੰ ਖਤਰਾ, ਤੇ ਉੱਥੇ ਇਹ ਸਵਾਲ ਹੋਊਗਾ ਵੀ ਹੁਣ ਤੈਨੂੰ ਕਿੱਦਾਂ ਖਤਰਾ ਸਰਾਟਾ ਲੱਗਿਆ ਤੇ ਤੂੰ ਹੁਣ ਸਾਡੀ ਮੈਨੂੰ ਕੰਟਰੀ ਦੇ ਇੱਥੇ ਕੀ ਪੇਪਰ ਕਰਨਾ ਲਈ, ਹੈ? ਹਾਂਜੀ ਹਾਂਜੀ ਠੀਕ ਹੈ ਜੀ। ਉਹ ਤਾਂ ਜਿਹੜੇ ਬੰਦੇ ਰਿਫਿਊਜੀ ਕਰਵਾਈ ਹੈ ਉਹਨਾਂ ਨੂੰ ਤਾਂ ਆਪਣੀ ਇੰਡੀਅਨ ਅੰਬੈਸੀ ਹੈ ਪਾਸਪੋਰਟ ਵੀ ਨਹੀਂ ਦਿੰਦੀ ਆ, ਇਹ ਗੱਲ ਤਾਂ ਸ਼ਾਇਦ ਤੁਹਾਨੂੰ ਵੀ ਪਤਾ ਹੋਊਗਾ, ਹਾਂਜੀ ਅਲਾਊਡ ਹੀ ਕਿਉਂਕਿ ਨਹੀਂ ਹੈਗਾ ਉਹਨਾਂ ਨੂੰ ਕਿ ਜਿਹੜੇ ਬੰਦੇ ਨੇ ਇੰਡੀਆ ਦੇ ਅਗੇਂਸਟ ਜਾ ਕੇ ਜਿਹਨੇ ਆਪਣਾ ਬੋਲਿਆ ਹੈ ਤੇ ਉਸ ਬੰਦੇ ਨੂੰ ਕਿੱਦਾਂ ਅਸੀਂ ਪਾਸਪੋਰਟ ਇਸ਼ੂ ਕਰ ਦਈਏ ਜਿਹਨੂੰ ਖਤਰਾ ਹੀ ਹੈ ਇੰਡੀਆ ਤੋਂ। ਇੰਡੀਆ ਤੋਂ ਖਤਰਾ ਹੈ, ਪਹਿਲਾਂ ਆਪਣੇ ਕੇਸ ਫਰਾਂਸ ਦੇ ਵਿੱਚ ਰਿਫਿਊਜੀ ਵਾਲੇ ਕੇਸ ਪਾਸ ਹੋਏ ਵੀ ਹੈਗੇ ਆ, ਬਹੁਤ ਬੰਦੇ ਜਿਨ੍ਹਾਂ ਕੋਲੇ ਹਾਂਜੀ ਰਿਫਿਊਜੀ ਵਾਲੇ ਕੇਸ ਹੈਗੇ ਆ ਇੱਥੇ, ਤੇ ਬਾਅਦ ਦੇ ਵਿੱਚ ਕਹਿੰਦੇ ਆ ਵੀ ਆਪਣਾ ਮਨਮੋਹਨ ਸਿੰਘ ਆਏ ਸੀ, ਮਨਮੋਹਨ ਸਿੰਘ ਜਦੋਂ ਇੱਥੇ ਆਇਆ ਸੀਗਾ ਹਾਂਜੀ ਪ੍ਰਧਾਨ ਮੰਤਰੀ, ਤੇ ਉਦੋਂ ਫਿਰ ਉਦੋਂ ਗੱਲਬਾਤ ਹੋਈ ਤੇ ਉਹ ਕਹਿੰਦੇ ਜੀ ਸਾਨੂੰ ਤਾਂ ਲੋੜ ਹੀ ਨਹੀਂ ਹੈਗੀ ਰਿਫਿਊਜੀ ਦੀ, ਸਾਡੀ ਹਾਂਜੀ ਕੰਟਰੀ 'ਚ ਉਹਨੇ ਸਭ ਕੁਝ ਪੰਜਾਬ ਵਧੀਆ ਹੈ ਤਾਂ ਹੀ ਪਰ। ਆ ਕੇ ਹਾਂਜੀ ਸਾਰੇ ਪਾਸੇ ਕਹਿੰਦਾ ਜੀ ਇੰਡੀਆ ਤਾਂ ਬਹੁਤ ਵਧੀਆ ਹੋ ਗਿਆ। ਹਾਂ ਹਾਂਜੀ ਹਾਂਜੀ ਹਾਂ, ਉਦੋਂ ਆਪਣੇ ਜਿਹੜੇ ਕੇਸ ਆ ਹੋਣੇ ਬੰਦ ਹੋ ਗਏ ਸੀਗੇ, ਉਦੋਂ ਹਾਂਜੀ ਪਹਿਲਾਂ ਬਹੁਤ ਬੰਦਿਆਂ ਦੇ ਜਿਹੜੇ ਇੱਕ ਕੇਸ ਹੋਏ ਆ ਜੀ। ਹਾਂਜੀ ਤੇ ਬਾਕੀ ਰਹੀ ਗੱਲ ਆਪਣਾ ਲੜਕੀਆਂ ਦੀ, ਜੇ ਕੋਈ ਕੋਈ ਲੜਕੀ ਆਉਣਾ ਚਾਹੁੰਦੀ ਆ ਤੇ ਲੜਕੀ ਬਿਊਟੀ ਪਾਰਲਰ ਦਾ ਕੰਮ ਹਰ ਇੱਕ ਪਾਸੇ ਹੈਗਾ, ਉਹਦੇ ਨਾਲ ਤੁਹਾਨੂੂੰ ਲੈਂਗੁਏਜ ਆਉਣੀ ਚਾਹੀਦੀ ਆ। ਹਾਂਜੀ ਪਰ ਇਹ ਆ ਵੀ ਜੇਕਰ ਤੁਹਾਨੂੰ ਕੋਈ ਬੰਦਾ ਇੰਡੀਆ ਤੋਂ ਕਹਿ ਰਿਹਾ ਤੁਹਾਨੂੰ ਵਰਕ ਪਰਮਿਟ ਤੇ ਘੱਲ ਦਿੰਦੇ ਆ ਜਾਂ ਇਹ ਕਰ, ਉਦਾਂ ਦਾ ਕੁਛ ਵੀ ਨਹੀਂ ਹੈਗਾ, ਕਿਰਾ ਤੁਹਾਨੂੰ ਇੱਥੇ ਆ ਕੇ ਕੱਚੇ ਹੀ ਕੰਮ ਕਰਨਾ ਪੈਣਾ, ਕੱਚੇ ਕੰਮ ਵਰਕ ਕਰਨਾ ਪਰਮਿਟ ਹੈ ਹੀ ਨਹੀਂ ਗਾ ਹਾਂਜੀ ਠੀਕ ਹੈ ਜੀ। ਚੋਰੀ ਛੁਪੇ ਜਾਂ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਜੇਕਰ ਤੁਹਾਡਾ ਵਿਆਹ ਕਰਾ ਕੇ ਆਉਣਾ ਚਾਹੁੰਦੇ ਹੋ ਤਾਂ ਉਹ ਸਭ ਤੋਂ ਵਧੀਆ ਆਪਸ਼ਨ ਆ। ਜੇਕਰ ਤੁਹਾਡਾ ਕੋਈ ਯੂਰਪ ਦੇ ਵਿੱਚ ਤੁਸੀਂ ਤੁਹਾਡਾ ਮੈਰਿਜ ਹੋ ਜਾਂਦੀ ਹੈ, ਤੁਹਾਨੂੰ ਕੋਈ ਆਪਣਾ ਬਿਊਟੀਸ਼ੀਅਨ, ਤੁਹਾਨੂੰ ਬਿਊਟੀ ਪਾਰਲਰ ਦਾ ਕੰਮ ਆਉਂਦਾ ਆ ਜਾਂ ਤੁਹਾਨੂੰ ਹੋਰ ਕੋਈ ਤੁਹਾਡੇ ਵਿੱਚ ਕੋਈ ਟੈਲੈਂਟ ਹੈਗਾ ਆ, ਤੁਸੀਂ ਵੀ ਇਹ ਕੰਮ ਜਾਣਦੇ ਹੋ, ਮੇਨ ਚੀਜ਼ ਤਾਂ ਆਪਣੀ ਜਿਹੜੀਆਂ ਜਨਾਨੀਆਂ ਇੱਥੇ ਬਿਊਟੀ ਪਾਰਲਰ ਦਾ ਕੰਮ ਹੀ ਕਰਦੀਆਂ ਨੇ ਹਾਂਜੀ ਠੀਕ ਆ ਜੀ। ਤੇ ਬਾਕੀ ਹੁਣ ਕਹਿੰਦਾ ਮਤਲਬ ਕਿ ਪਿਛਲੇ ਹਫ਼ਤੇ ਸੁਣਨ ਦੇ ਵਿੱਚ ਆਇਆ ਸੀਗਾ ਵੀ ਆਪਣੀ ਇੰਡੀਅਨ ਜਨਾਨੀਆਂ, ਕੁਛ ਕੁ ਜਨਾਨੀਆਂ ਨੇ ਜਿਹੜੀਆਂ ਕਿ ਇੰਡੀਆ ਤੋਂ ਲਿਆ ਕੇ ਕੱਪੜੇ ਵੇਚਦੀਆਂ ਨੇ, ਸਿਉਂਦੀਆਂ ਨੇ, ਸੀਂ ਹਾਂਜੀ ਕੇ ਸਿਉਂਦੀਆਂ ਵੀ ਨੇ, ਸੀਣ ਵੀ ਲੱਗ ਗਏ ਨੇ, ਉਹਨਾਂ ਦਾ ਹਾਂਜੀ ਟੈਲੈਂਟ ਆ, ਉਹਨਾਂ ਨੇ ਕੰਮ ਸਟਾਰਟ ਕਰ ਲਿਆ ਗੁਰਦੁਆਰੇ ਜਨਾਨੀਆਂ ਆਉਂਦੀਆਂ, ਉਹਨਾਂ ਦਾ ਕੰਮ ਚੱਲ ਪਿਆ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਹੈ ਜੀ, ਠੀਕ ਹੈ ਜੀ। ਕੋਈ ਵੀ ਚੀਜ਼ ਹਾਂ ਤੁਹਾਨੂੰ ਜਾਣ ਜਿਹੜਾ ਗੁਣ ਹੈਗਾ ਤੁਹਾਡਾ ਉਹ ਤਾਂ ਬੰਦੇ ਦਾ ਸਾਥ ਦਿੰਦਾ ਹੀ ਹੈ ਜੀ। ਹਾਂਜੀ, ਹੁਣ ਨਵਾਂ ਸਿਸਟਮ ਫਰਾਂਸ ਦੇ ਵਿੱਚ ਹੋਰ ਚੱਲਿਆ ਹੈ, ਸ਼ਾਇਦ ਇਟਲੀ 'ਚ ਵੀ ਚੱਲਦਾ ਕਿ ਨਹੀਂ, ਟਿਫਨ ਸਿਸਟਮ ਚੱਲ ਪਿਆ ਜੀ। 120 ਯੂਰੋ ਦਿਓ ਤੁਹਾਡੇ ਘਰੇ ਰੋਟੀ ਆਊਗੀ ਪਰ ਪਰਸਨ ਦੀਆਂ, 8 ਰੋਟੀਆਂ 2 ਸਬਜ਼ੀਆਂ, ਤੁਹਾਨੂੰ ਰੋਟੀ ਬਣਾਉਣ ਦੀ ਵੀ ਲੋੜ ਨਹੀਂ ਅੱਛਾ ਹੈਗੀ। ਜੀ ਨਹੀਂ ਜੀ ਫਿਲਹਾਲ ਇਟਲੀ ਦੇ ਵਿੱਚ ਹਾਂ ਨਹੀਂ ਹੈ ਚੱਲਿਆ ਇਹ, ਪਰ ਮੇਰੇ ਨੌਲੇਜ ਤਾਂ ਹੈ ਨਹੀਂਗਾ ਪਰ ਫਿਲਹਾਲ, ਪਰ ਬੜਾ ਵਧੀਆ ਸਿਸਟਮ ਜਿਹਾ ਕੱਢਣ ਲੱਗੇ ਜੀ ਇਹ ਤਾਂ ਫਿਰ।
ਭਾਜੀ ਮੈਂ ਨਾ ਵੀ 1.5-1.5-2-2 ਸੌ ਮੁੰਡੇ ਦੀ ਰੋਟੀ ਡੇਲੀ ਡੇਲੀ ਜਾਂਦੀ ਹੈ, ਤੇ 3-4 ਘਰ ਕੰਮ ਕਰਦੇ ਆ ਪੈਰਿਸ ਦੇ ਵਿੱਚ, ਇਹ ਸਾਰਾ ਕੈਸ਼ ਪੈਸਾ ਆਉਂਦਾ, ਤੁਸੀਂ ਇਹ ਵੀ ਦੇਖੋ, ਆਏ ਤਾਂ ਗੱਲ ਹੈਗੀ ਹੈ ਜੀ। ਇੱਕ ਸੌ 120 ਯੂਰੋ ਪਰ ਪਰਸਨ, ਜੇ 100 ਬੰਦੇ ਦਾ ਵੀ ਖਾਣਾ ਤਾਂ ਕਿੱਥੇ ਗਿਆ, ਕਿੰਨਾ ਪੈਸਾ ਹਾਂਜੀ ਆ ਗਿਆ, ਉਹੀ ਤਾਂ ਗੱਲ ਹੈਗੀ ਹੈ ਜੀ। ਹਾਂਜੀ ਹਾਂਜੀ ਹਾਂਜੀ, ਪਰ ਬਹੁਤ ਠੀਕ ਹੈ ਜੀ, ਵਧੀਆ ਫਿਰ ਉਹੀ ਵੀ ਚਾਰ ਬੰਦੇ ਪੰਜ ਸਕੀਮ ਹਜ਼ਾਰ ਜੀ ਉਹਨਾਂ। ਹਾਂਜੀ ਹਾਂਜੀ ਵਧੀਆ ਸਕੀਮ ਹੈ ਜੀ, ਮੈਂ ਕਿਹਾ ਵਧੀਆ ਸੁੱਕੇ ਪੈਸੇ ਆ, ਹਾਂਜੀ, ਬਾਕੀ ਟੈਲੈਂਟ ਉਹਨਾਂ ਦਾ ਘਰ ਆਣਾ ਨੇ, ਜਿਨ੍ਹਾਂ ਨੇ ਹਿੰਮਤ ਦਿੰਦੀਆਂ ਨੇ, ਉਹਨਾਂ ਦੇ ਨਾਲ ਲੱਗ ਕੇ ਇਹ ਕੰਮ ਤਾਂ ਗੱਲ ਹੈਗੀ ਆ ਜੀ। ਕਰਦਾ ਹੈ ਨਾ, ਪਰਿਵਾਰ ਹਾਂਜੀ ਸਾਰਾ ਮਿਹਨਤ ਕਰਦਾ ਵੀ ਕੰਮ 'ਚ ਲਾਇਆ ਆ, ਹਾਂਜੀ ਮੁੰਡਿਆਂ ਨੂੰ ਵੀ ਹੁੰਦਾ ਯਾਰ ਵੀ ਕੰਮ ਤੋਂ ਥੱਕੇ ਹੋਏ ਆਉਂਦੇ ਆ, ਵੀ ਸਾਨੂੰ ਰੋਟੀ ਬਣੀ ਬਣਾਈ ਮਿਲ ਜਾਂਦੀ ਆ, ਹਾਂਜੀ ਕੋਈ ਹਾਂਜੀ ਟੈਨਸ਼ਨ ਨਹੀਂ ਹੁੰਦੀ ਹਾਂਜੀ ਹਾਂਜੀ ਵੀ ਹਾਂਜੀ ਸਬਜ਼ੀ ਤੂੰ ਨਹੀਂ ਬਣਾਈ, ਤੈਨੂੰ ਆਟਾ ਨਹੀਂ ਗੁੰਨਣਾ ਆਉਂਦਾ, ਐ ਨਹੀਂ ਕਰਨਾ ਆਉਂਦਾ, ਆਨੇ ਫਿਰ ਭਾਂਡਿਆਂ ਧੋਣ ਦੀ ਤੇਰੀ ਵਾਰੀ ਅੱਜ, ਜਾਂ ਫਿਰ ਇਦਾਂ ਨੋਰਮਲੀ ਤੂਰਨੋਂ ਆਪਣੀ ਸ਼ਿਫਟਾਂ ਲੱਗੀਆਂ ਹੁੰਦੀਆਂ ਸਾਰੇ ਮੁੰਡਿਆਂ ਦੀਆਂ, ਵੀ ਅੱਜ ਲੈ ਸ਼ਿਫਟਾਂ ਬਣਾਉਣੀ ਆ, ਲੱਗੀਆਂ ਕੱਲ ਨੇ। ਬਣਾਉਣੀ ਆ। ਹਾਂਜੀ ਹਾਂਜੀ ਹਾਂਜੀ, ਤੇ ਬਾਕੀ ਜੇਕਰ ਕਿਸੇ ਵੀਰ ਦਾ ਕੋਈ ਸਵਾਲ ਹੈਗਾ ਆ ਤਾਂ ਜ਼ਰੂਰ ਬਾਕੀ ਇੱਕ ਆਪਣਾ ਨਾ ਕੋਈ ਪੁੱਛੋ। ਇੱਕ ਕਰਨ ਚੌਹਾਨ ਸੀ, ਉਹਨੇ ਪੁੱਛਿਆ ਸੀ ਅਗਰ ਜਿਹੜੀ ਕੋਈ ਫੈਮਿਲੀ ਹੈ ਇੱਥੇ, ਤੇ ਕੱਚੀ ਕੱਚੀ ਕਿਹੜੀ ਕੰਟਰੀ ਹੈ ਜਿਹੜਾ ਜਿੱਦਾਂ ਬਿਨਾਂ ਪੇਪਰਾਂ ਤੋਂ ਜਿਹੜੀ ਸੇਫ ਸੇਫ ਆ, ਜਾਂ ਫਿਰ ਜਿੱਥੇ ਰਹਿਣਾ ਰਹਿ ਸਕਦੇ ਆ। ਚੇਤਨ ਕੁਮਾਰ ਸੀ ਮੇਰੇ ਹਿਸਾਬ ਨਾਲ, ਇੱਦਾਂ ਕੋਈ ਨਾਮ ਸੀ ਉਹਨਾਂ ਦਾ, ਉੱਤੇ ਚਲ ਗਿਆ ਮੈਸੇਜ। ਹਾਂਜੀ, ਕਰਨ ਚੌਹਾਨ ਸੀ ਉਹ, ਨਹੀਂ ਕਹਿੰਦਾ ਇਲੀਗਲ ਫੈਮਿਲੀ ਵਾਸਤੇ ਕਿਹੜੀ ਕੰਟਰੀ ਸਹੀ ਹੈ। ਕਹਿਣ ਦਾ ਮਤਲਬ ਜਿਸ ਜਿਨ੍ਹਾਂ ਬੰਦਿਆਂ ਕੋਲ ਪੇਪਰ ਨਹੀਂ ਹੈਗੇ ਜਾਂ ਪੇਪਰ ਐਕਸਪਾਇਰ ਹੋ ਗਏ, ਤਾਂ ਉਹ ਕਿਸ ਕੰਟਰੀ ਵਿੱਚ ਜ਼ਿਆਦਾ ਸਹੀ ਹੈ ਉਹਨਾਂ ਲਈ ਫਾਇਦਾ ਹੈ। ਅੱਛਾ ਜੀ, ਤੇ ਆਪਣਾ ਜਿਹੜਾ ਨਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਫੈਮਿਲੀ ਵਾਲਾ ਸਿਸਟਮ ਚੱਲਦਾ ਪਿਆ ਹੈ ਉਹ ਹੈਗਾ ਜੀ ਸਪੇਨ ਦੇ ਵਿੱਚ। ਹਾਂਜੀ ਸਪੇਨ ਦੇ ਵਿੱਚ ਕੰਮ ਤਾਂ ਚਲੋ ਘੱਟ ਨੇ, ਪਰ ਸਪੇਨ ਦੇ ਵਿੱਚ ਫੈਮਲੀਆਂ ਬਹੁਤ ਆ ਰਹੀਆਂ ਨੇ ਇਸ ਟਾਈਮ। ਉਹਦੇ ਵਿੱਚ ਭਾਜੀ ਇਹ ਗੱਲ ਆ ਵੀ ਜਦੋਂ ਫੈਮਿਲੀ ਉੱਥੇ ਸਪੇਨ ਦੇ ਵਿੱਚ ਆ ਜਾਂਦੀ ਤੇ ਉਹ ਪਦਰੂਨਾਮੈਂਟੋ ਕਰਵਾ ਦਿੰਦੇ ਆ ਇੱਕ ਅੱਛਾ ਜਣਾ, ਅੱਛਾ ਮਤਲਬ ਕਿ ਬੰਦੇ ਨੇ ਆਪਦੇ ਨਾਂ ਤੇ ਪਦਰੂਨਾਮੈਂਟੋ ਉੱਥੇ ਕਰਵਾ ਦੇਣੀ ਹੈ, ਕੰਮ ਕਰਨ ਕਰੀ ਜਾਣਾ ਆ, ਹਾਂਜੀ 3 ਸਾਲਾਂ ਬਾਅਦ ਪੇਪਰ ਬਣ ਜਾਂਦੇ ਬੰਦੇ ਦੇ, ਉਹ 3 ਸਾਲਾਂ ਬਾਅਦ ਪੇਪਰ ਬਣ ਗਏ ਤੇ ਉਹਨੇ ਆਪਣੀ ਜਿਹੜੀ ਫੈਮਿਲੀ ਆ ਉਹ ਇੰਡੀਆ ਘੱਲ ਦੇਣੀ ਆ। ਹਾਂਜੀ ਬਾਅਦ 'ਚ ਕੀ ਹੁੰਦਾ ਜੀ, ਬੰਦਾ ਮਕਾਨ ਲੈ ਕੇ ਆਪਣੀ ਫੈਮਿਲੀ ਨੂੰ ਇੰਡੀਆ ਉੱਥੋਂ ਪੇਪਰ ਅਪਲਾਈ ਕਰਦਾ ਤੇ ਪੱਕੇ ਤੌਰ ਤੇ ਜਿਹੜੀ ਫੈਮਿਲੀ ਆ ਹਾਂਜੀ ਇੰਡੀਆ ਤੋਂ ਸਪੇਨ ਆ ਜਾਂਦੀ ਆ, ਠੀਕ ਹੈ ਜੀ। ਤੇ ਹਾਂਜੀ ਬਾਕੀ ਵੀਰ ਦੀ ਗੱਲ ਦੇ ਨਾਲ ਮੈਂ ਸਹਿਮਤ ਹਾਂ, ਇਲੀਗਲ ਕੰਟਰੀ ਇਲੀਗਲ ਜਿਹੜੀ ਆ ਕਿ ਆਪਣਾ ਜੇਕਰ ਤੁਸੀਂ ਹੋ ਤਾਂ ਤੁਸੀਂ ਫਰਾਂਸ ਦੇ ਵਿੱਚ ਵੀ ਰਹਿ ਸਕਦੇ ਹੋ ਤਾਂ ਵੀ ਕੋਈ ਚੱਕਰ ਨਹੀਂ ਹੈਗਾ, ਹਾਂਜੀ, ਸਪੇਨ ਵੀ ਜਾ ਸਕਦੇ ਜਿੱਥੇ ਤੁਹਾਨੂੰ ਭਾਜੀ ਕੰਮ ਦੀ ਆਪਸ਼ਨ ਹੈਗੀ ਆ, ਕੰਮ ਦੀ ਤੁਸੀਂ ਆਪਸ਼ਨ ਉੱਥੇ ਹੈਗੀ ਜਾਓ, ਕਿਉਂਕਿ ਹਾਂਜੀ ਪਰਿਵਾਰ ਦੇ ਨਾਲ ਥੋੜਾ ਜਿਹਾ ਬੰਦੇ ਦੀ ਜ਼ਿੰਮੇਵਾਰੀ ਵੱਧ ਜਾਂਦੀ ਆ, ਇਕੱਲੇ ਜ਼ਿੰਮੇਵਾਰੀ ਬੰਦੇ ਦਾ ਵੱਧ ਸਰ ਜਾਂਦਾ ਆ। ਸਰ ਇਹ ਗੱਲ ਹੈਗੀ ਬਿਲਕੁਲ ਤੁਹਾਡੀ ਸਹੀ ਹਾਂਜੀ। ਗੱਲ। ਤੇ ਆਪਣੇ ਇੱਕ ਬਾਈ ਜੀ ਨੇ ਹੁਣ ਪੁੱਛਿਆ, ਸੰਦੀਪ ਸਿੰਘ ਨੇ, ਕਹਿੰਦੇ ਵੀ ਫਰਾਂਸ ਵਿੱਚ ਇਟਲੀ ਦਾ ਲਾਇਸੈਂਸ ਚੱਲ ਜਾਂਦਾ। ਹਾਂਜੀ, ਮੇਰੇ ਹਿਸਾਬ ਨਾਲ ਤਾਂ ਚੱਲਣਾ ਚਾਹੀਦਾ, ਕਿਉਂਕਿ ਯੂਰਪ ਦਾ ਲਾਇਸੈਂਸ ਤਕਰੀਬਨ ਸਾਰੇ ਪਾਸੇ ਚੱਲਦਾ ਜੀ। ਹਾਂਜੀ ਹਾਂਜੀ, ਚੱਲ ਜਾਂਦਾ ਚੱਲ ਜਾਂਦਾ, ਲੋਕੀ ਇੱਥੇ ਚਲਾਈ ਫਿਰਦੇ ਗੱਡੀਆਂ। ਹਾਂਜੀ, ਤਕਰੀਬਨ ਹਾਂਜੀ ਯੂਰਪ ਦੇ ਵਿੱਚ ਲਾਇਸੈਂਸ, ਮੇਰੇ ਹਿਸਾਬ ਨਾਲ ਸੇਮ ਕਾਨੂੰਨ ਆ ਤੇ ਲਾਇਸੈਂਸ ਚੱਲਣਾ ਚਾਹੀਦਾ ਜੀ। ਮੈਨੂੰ ਲੱਗਦਾ ਸੰਦੀਪ ਸਿੰਘ ਭਾਜੀ ਦੀ ਇੱਛਾ ਹੈ ਤੁਹਾਡੇ ਜੇ ਫਰਾਂਸ ਵਿੱਚ ਜਾਣ ਦੀ, ਤਾਂ ਹੀ ਪੁੱਛ ਰਿਹਾ, ਕਹਿੰਦੇ ਵੀ ਉੱਥੇ ਚੱਲ ਜਾਂਦਾ ਕਿ ਨਹੀਂ। ਵਾਹਿਗੁਰੂ। ਹਾਂਜੀ ਹਾਂਜੀ ਭਾਜੀ, ਚੱਲ ਜਾਂਦਾ ਲਾਇਸੈਂਸ, ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਚੱਲਦਾ ਹੈ। ਡਰਾਈਵਿੰਗ ਆਪਣਾ ਤੁਸੀਂ ਨਾਰਮਲ ਕੋਈ ਟਰੱਕ ਚਲਾਉਣਾ ਤਾਂ ਉਹਦੇ ਬਾਅਦ ਤੁਹਾਨੂੰ ਫਿਰ ਲਾਇਸੈਂਸ ਕਰਨਾ ਪੈਣਾ ਇੱਥੇ, ਹਾਂਜੀ ਉਹ ਹਾਂਜੀ ਤੁਹਾਨੂੰ ਸਕੂਲ ਲਾਉਣਾ ਪੈਣਾ ਹੈ, ਤੇ ਬਾਕੀ ਨਾਰਮਲ ਗੱਡੀ ਗੁੱਡੀ ਚਲਾਉਣੀ ਤੁਸੀਂ ਚਲਾ ਸਕਦੇ ਹੋ, ਕੋਈ ਚੱਕਰ ਨਹੀਂ ਹੈਗਾ। ਚਲੋ ਸਹੀ ਹੈ ਜੀ ਇਹ ਵੀ। ਤੇ ਬਾਕੀ ਹੋਰ ਮੈਂ ਦੇਖ ਰਿਹਾ ਫਿਲਹਾਲ ਬੰਦੇ ਆਪਣੇ ਇਟਲੀ ਬਾਰੇ ਪੁੱਛ ਰਹੇ, ਓਪਨ ਇਮੀਗ੍ਰੇਸ਼ਨਾਂ ਬਾਰੇ। ਤੇ ਇਟਲੀ ਦੇ ਫਿਲਹਾਲ ਤਾਂ ਜੀ ਮੇਰੇ ਹਿਸਾਬ ਨਾਲ ਪਤਾ ਨਹੀਂ ਯਾਰ ਬੰਦੇ ਕਿੱਥੋਂ ਤੇ ਕੌਣ, ਮੈਨੂੰ ਸਮਝ ਨਹੀਂ ਆਈ ਲੋਕੀ ਅਫਵਾਹਾਂ ਫੈਲਾਉਂਦੇ ਕਿੱਦਾਂ। ਤੇ ਆਪਣੇ ਬੰਦੇ ਵੀ ਥੋੜ੍ਹੇ ਜਿਹੇ ਭੋਲੇ ਰੱਖ ਲਓ, ਜਾਂ ਫਿਰ ਇੱਦਾਂ ਵੀ ਜਿਹਨਾਂ ਬੰਦਿਆਂ ਨੂੰ ਆਸ ਆ ਵੀ ਸ਼ਾਇਦ ਕਿਸੇ ਪਾਸਿਓਂ ਕੁਛ ਖੁੱਲ੍ਹ ਜਾਊਗਾ, ਜਾਂ ਇੱਦਾਂ ਜਿਹੜੇ ਬੰਦੇ ਕੱਚੇ ਆ ਉਹ ਮਿੰਟ 'ਚ ਹੀ ਵਿਸ਼ਵਾਸ ਵੀ ਕਰ ਲੈਂਦੇ। ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ, ਕਹਿੰਦੇ ਭਾਜੀ 23 ਤਰੀਕ ਨੂੰ ਪੇਪਰ ਖੁੱਲ੍ਹ ਜਾਣੇ। ਮੈਂ ਕਿਹਾ ਮੈਨੂੰ ਦਿਖਾਓ ਲਿਖਿਆ ਕਿੱਥੇ ਖੁੱਲ੍ਹਣੇ ਆ, ਜਾਂ ਫਿਰ ਜੇ ਕੋਈ ਪ੍ਰੂਫ ਹੋਵੇ ਤਾਂ ਮੈਂ। ਪਤਾ ਨਹੀਂ ਕਿਸ ਹਿਸਾਬ ਨਾਲ ਯਾਰ ਬੰਦੇ ਵੀ ਮੰਨ ਜਾਂਦੇ ਵਿਚਾਰੇ ਸਾਰੇ। ਉਹ ਲੋਕਾਂ ਨੂੰ ਕੀ ਅੱਜ ਕੱਲ੍ਹ ਹੋਇਆ ਜੀ, ਕਲਿੱਕ ਕਰਾਉਣੇ ਆਪਣੀ ਵੀਡੀਓ 'ਤੇ, ਜਾਂ ਇੱਥੇ ਅਫਵਾਹ ਫੈਲਾਉਣ ਦਾ ਫਾਇਦਾ ਕੀ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਗੱਲ। ਭਾਜੀ ਆਪਣਾ ਨਾ ਵੀਡੀਓ ਪਾਈਆਂ ਸੀਗੀਆਂ, ਸ਼ਾਇਦ ਤੁਹਾਨੂੰ ਇਹ ਪਤਾ ਹੋਊਗਾ, ਜਰਮਨ ਦੇ ਵਿੱਚ ਪੇਪਰ ਖੁੱਲ੍ਹ ਗਏ, ਮੈਂ ਵੀ ਵੀਡੀਓ ਪਾਈ ਸੀ, ਬੈਲਜੀਅਮ ਵਿੱਚ ਪੇਪਰ ਖੁੱਲ੍ਹ ਗਏ, ਮੈਂ ਵੀ ਵੀਡੀਓ ਪਾਈ ਸੀ, ਪਰ ਹਾਂਜੀ ਮੈਨੂੰ ਕਾਲਾਂ ਵੀ ਆਈਆਂ ਜਰਮਨੀ ਤੋਂ ਤੇ ਬੈਲਜੀਅਮ ਤੋਂ ਕਿ ਭਾਜੀ ਹਾਂਜੀ ਪੇਪਰ ਕਿੱਥੇ ਖੁੱਲ੍ਹੇ ਆ, ਕੌਣ ਦੇ ਰਿਹਾ, ਸਾਨੂੰ ਦੱਸੋ, ਅਸੀਂ ਖੁਦ ਰਹਿੰਦੇ ਪਏ ਯਾਰ, ਸਾਨੂੰ ਤਾਂ ਪਤਾ ਨਹੀਂਗਾ, ਹਾਂਜੀ ਤੁਸੀਂ ਵੀਡੀਓ ਕਿੱਦਾਂ ਪਾ ਦਿੱਤੀ, ਤੁਹਾਨੂੰ ਕਿੱਦਾਂ ਅਫਵਾਹ ਫੈਲ ਗਈ। ਮੈਂ ਕਿਹਾ ਯਾਰ ਬਈ ਮੁੜ ਕੇ ਫਿਰ ਸਾਰੀ ਗੱਲ ਮੈਂ ਤਾਂ ਚਲੋ ਵੀਡੀਓ ਡਿਟੇਲ ਦੇ ਵਿੱਚ ਪਾਈ ਆ, ਹਾਂਜੀ ਹਾਂਜੀ
ਉਹ ਕਹਿੰਦੇ ਵੀ ਅਸੀਂ ਭਾਈ ਤੁਹਾਡੀ ਵੀਡੀਓ ਦੇਖੀ, ਤੁਹਾਡੀ ਵੀਡੀਓ 'ਚ ਤੁਸੀਂ ਕਲੀਅਰ ਕੀਤਾ ਆ ਵੀ ਇਹਨਾਂ ਇਹਨਾਂ ਬੰਦਿਆਂ ਨੂੰ ਪੇਪਰ ਮਿਲਣੇ ਆ, ਅਤੇ ਪਰ ਉਹ ਕਹਿੰਦੇ ਨੀਗਾ ਹੋਰ ਵੀਡੀਓ ਆ, ਉਹਨਾਂ ਨੇ ਕਾਹਤੋਂ ਬਕਵਾਸ ਕੀਤੀ ਹੈ ਕਿ ਸਾਰੇ ਬੰਦਿਆਂ ਨੂੰ ਪੇਪਰ ਮਿਲਣਗੇ, ਕੋਈ ਵੀ ਆ ਕੇ ਲੈ ਸਕਦਾ ਆ, ਅਤੇ ਮੈਂ ਕਿਹਾ ਉਹ ਹੁਣ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਕਾਹਤੋਂ ਬਕਵਾਸ ਕੀਤੀ ਆ, ਹਾਂ ਇਹ ਤਾਂ ਹੁਣ ਉਹਨਾਂ ਨੂੰ ਪੁੱਛੋ ਜੀ। ਹਾਂਜੀ ਹਾਂਜੀ ਇੱਕ ਸਾਨੂੰ ਸਾਡੀ ਸਾਡੀ ਕਿਹੜਾ ਕੋਈ ਦੁਕਾਨ ਆ, ਜਾਂ ਸਾਨੂੰ ਸਾਨੂੰ ਕਿਹੜਾ ਇਹ ਆ ਵੀ ਸਾਡੇ ਕੋਲ ਬੰਦੇ ਆਉਣ, ਜਾਂ ਅਸੀਂ ਕਿਹੜਾ ਕੋਈ ਵੀਜ਼ੇ ਲਵਾਉਣੇ ਆ, ਉਹੀ ਵੀ ਤਾਂ ਅਸੀਂ ਗੱਲ ਕਿਹੜਾ ਹੈ, ਕਿਤੇ ਬੰਦੇ ਰਹੇ ਸਾਡਾ ਤਾਂ, ਹਾਂ ਅਸੀਂ ਖੁਦ ਕੰਮ ਕਰਨ ਵਾਲੇ ਬੰਦੇ ਆ, ਸਾਨੂੰ ਇਹ ਆ ਵੀ ਆਪਾਂ ਸਾਡੇ ਥੋੜ੍ਹਾ ਕੋਲ ਜਿਹਾ ਕੋਈ ਟਾਈਮ ਮਾਧਿਅਮ ਹੈਗਾ ਆ, ਤੇ ਹਾਂਜੀ ਹਾਂਜੀ ਥੋੜ੍ਹਾ ਜਿਹਾ ਟਾਈਮ ਤੇ ਹੋ ਗਿਆ ਅਸੀਂ ਫਿਰ ਲੋਕਾਂ ਤੱਕ ਕਰਦੇ ਹਾਂ, ਜ਼ਰੂਰ ਜਿਹੜੀ ਗੱਲ ਸੱਚੀ ਆ ਦੱਸੀ, ਹੈਲਪ ਕਰੀਏ। ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਬਾਕੀ ਜਿਹੜੇ ਬੰਦੇ ਇਹਨਾਂ ਨੂੰ ਦੁਕਾਨਦਾਰੀਆਂ ਨੂੰ ਸਮਝਦੇ ਆ, ਤੇ ਉਹ ਹੁਣ ਕੀ ਕਰ ਸਕਦੇ, ਉਹਨਾਂ ਦੀ ਆਪਣੀ ਹੈ। ਤੇ ਇੱਕ ਭਾਜੀ ਬੰਦੇ ਦਾ ਕਮੈਂਟ ਆਇਆ ਜਸਵਿੰਦਰ ਸਿੰਘ, ਆਪਾਂ ਇੱਕ ਜਸ ਮਿਲਾਨ ਤੋਂ, ਕਹਿੰਦੇ ਫਰਾਂਸ ਤੋਂ ਇੱਕ ਬੰਦਾ ਹੁਣੇ ਹੁਣੇ ਡਿਪੋਰਟ ਹੋਇਆ, 15 ਦਿਨ ਹੋਏ, ਉਹ ਵਾਪਸ ਕਿੱਦਾਂ ਆ ਸਕਦਾ? ਫਰਾਂਸ, ਹਾਂ ਫਰਾਂਸ ਤੋਂ ਭਾਜੀ ਡਿਪੋਰਟ ਆ, ਫਰਾਂਸ ਦਾ ਵੀਜ਼ਾ ਤੇ ਉਹਨੂੰ ਮਿਲਣਾ ਨਹੀਂ ਹੈਗਾ, ਉਹ ਸੱਜੇ ਖੱਬੇ ਕਿਸੇ ਕੰਟਰੀ ਦਾ ਵੀਜ਼ਾ ਲਵਾ ਕੇ ਤੇ ਉਹ ਦੁਬਾਰੇ ਫਰਾਂਸ ਦੇ ਵਿੱਚ ਐਂਟਰ ਹੋ ਜਾਵੇ ਹੁਣ ਜੀ, ਅੱਛਾ ਪਰ ਪੇਪਰ ਨਹੀਂ ਬਣ ਸਕਦੇ ਤੇ ਫਰਾਂਸ ਦੇ, ਫਰਾਂਸ ਤੋਂ ਡਿਪੋਰਟ ਹੋਇਆ ਵਾ ਉਹ, ਠੀਕ ਆ ਪੇਪਰ ਉਹ ਬਣਾਉਣ ਦਾ ਕੋਲ ਇੱਕੋ ਇੱਕ ਆਪਸ਼ਨ ਹੈਗੀ ਆ ਵੀ, ਕਿਉਂਕਿ ਡਾਟਾ ਤਾਂ ਨਿਕਲ ਹੀ ਆਉਣਾ, ਉਹਦਾ ਵਿਆਹ ਕਰਵਾ ਕੇ ਆ ਮੇਰੇ ਹਿਸਾਬ ਨਾਲ, ਉਹ ਵੀ ਜੇ ਬੰਦਾ ਅੱਗੇ ਆੜਨ ਵਾਲਾ ਹੋਵੇ, ਕਹਿੰਦਾ ਮਤਲਬ ਕਿ ਜਨਾਨੀ ਅੱਗੇ ਆੜਨ ਵਾਲੀ ਹੋਵੇ ਆੜਨ ਵਾਲੀ ਤਾਂ ਟੱਕਰ ਉਹਦੇ ਹੋਣੀ ਬੇਸ ਹੈ, ਤੇ ਕਿਉਂਕਿ ਪੇਪਰ ਮੈਂ ਬਣ ਤਾਂ ਇਹਨਾਂ ਜੇ, ਨੂੰ ਟੱਕਰ ਹੋਣੀ ਹੈ। ਹਾਂ ਹਾਂਜੀ ਹਾਂ ਉਦਾਂ ਕੋਈ ਰਾਸਤਾ ਨਹੀਂ ਹੈਗਾ, ਡਿਪੋਰਟ ਮੇਰਾ ਵੀ ਜੇ ਹੋ ਗਿਆ ਤੇ ਹਾਂਜੀ ਕੋਈ ਗੱਲ ਨਹੀਂ, ਤੇ ਪਾਸੇ ਅਸੀਂ ਕਿਤੇ ਯੂਰਪ ਦਾ ਵੀਜ਼ਾ ਅਪਲਾਈ ਕਰਕੇ ਦੁਬਾਰਾ ਫਿਰ ਆ ਜਾਵੇ, ਕੋਈ ਇਦਾਂ ਦਾ ਚੱਕਰ ਨਹੀਂ ਹੈਗਾ। ਹਾਂਜੀ ਤੇ ਜੇ ਤੁਸੀਂ ਕਿਸੇ ਨੇੜੇ ਤੇੜੇ ਯੂਰਪ ਦੀ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ, ਤੇ ਆਪਣੇ ਇੱਕ ਬਾਈ ਜੀ ਹੈਗੇ ਆ ਲਾਡੀ ਭਾਜੀ, ਤੇ ਉਹ ਕਿਸੇ ਦਿਨ ਉਹਨਾਂ ਨਾਲ ਵੀ ਲਾਈਵ ਹੋ ਕੇ ਤੁਹਾਡੀ ਸਾਰਿਆਂ ਦੀ ਫਿਰ ਗੱਲ ਕਰਾਵਾਂਗੇ ਅਸੀਂ। ਤੇ ਉਹ ਭਾਜੀ ਪੁੱਛਦਾ, ਕਹਿੰਦਾ ਵੀ ਪਾਸਪੋਰਟ ਜੇ ਮੈਂ ਹਾਂਜੀ ਦੁਬਾਰਾ ਬਣਾਵਾਂ ਤੇ ਫਿਰ ਕੋਈ ਗੱਲ ਹੈ? ਪਾਸਪੋਰਟ ਤਾਂ ਭਾਜੀ ਹੁਣ ਜਿਹੜਾ ਤੁਹਾਡਾ ਡਾਟਾ ਹੈ, ਤੁਹਾਡਾ ਡੇਟ ਆਫ ਬਰਥ, ਨਾਮ, ਸਾਰਾ ਕੁਛ ਉਦਾਂ ਹੀ ਰਹਿ ਜਾਣਾ ਹਨਾ ਜੀ, ਹਾਂਜੀ ਤੇ ਇਹ ਤੋਂ ਬੈਟਰ ਆਪਸ਼ਨ ਇਹ ਕਿ ਚਲੋ ਪਾਸਪੋਰਟ ਬਣਾਉਣਾ ਤਾਂ ਬਣਾ ਲਓ, ਕੋਈ ਚੱਕਰ ਨਹੀਂ ਹੈਗਾ, ਤੁਸੀਂ ਜੇ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ, ਯੂਰਪ ਦੀਆਂ ਬਥੇਰੀਆਂ ਕੰਟਰੀਆਂ ਜਿਵੇਂ ਸਟੱਡੀ ਵੀਜ਼ਾ ਓਪਨ ਕਰ ਦਿੰਦੀਆਂ, ਉਹ ਕਰ ਲਵੋ, ਹਾਂਜੀ ਹਾਂਜੀ ਉਹ ਨਹੀਂ ਨਿਕਲਦਾ ਵਰਕ ਪਰਮਿਟ ਕਰ ਲਵੋ, ਇਟਲੀ ਦੇ 9 ਮਹੀਨੇ ਵਾਲੇ ਪੇਪਰ ਭਰ ਲਵੋ, ਉਹਦੇ 'ਤੇ ਕੋਈ ਡਿਪੋਰਟ ਦਾ ਕੋਈ ਚੱਕਰ ਨਹੀਂ ਹੈਗਾ, ਠੀਕ ਹੈ ਜੀ, ਅਤੇ ਗ੍ਰੀਸ ਦੇ ਭਰਵਾ ਲਓ ਕਿਸੇ ਤੋਂ ਖੇਤੀਬਾੜੀ ਵਾਲੇ ਪੇਪਰ, ਹਾਂਜੀ ਤੇ ਹਾਂਜੀ ਹੋਰ ਹਾਂਜੀ ਆਪਸ਼ਨਾਂ ਕਾਫੀ ਹੈਗੀਆਂ ਨੇ। ਇਹ ਤਾਂ ਗੱਲ ਹੈਗੀ ਹੈ ਜੀ। ਜਾਣੀ ਮੇਨ ਗੱਲ ਹੈ ਜੀ, ਬੰਦਾ ਡਾਇਰੈਕਟ ਉੱਥੇ ਫਰਾਂਸ 'ਚ ਨਹੀਂ ਆ ਸਕਦਾ, ਅਗਰ ਉਹਨੇ ਪੱਕਾ ਹੋਣਾ ਤਾਂ ਉਹਨੂੰ ਉੱਥੇ ਫਰਾਂਸ ਦੀ ਕਿਸੇ ਗੋਰੀ ਨਾਲ ਵਿਆਹ ਕਰਾਉਣਾ ਪੈਣਾ, ਤੇ ਤਾਂ ਹੀ ਹੋ ਸਕਦਾ ਜੀ। ਹਾਂਜੀ ਹਾਂਜੀ ਉਹ ਵੀ ਨੈਸ਼ਨੈਲਿਟੀ ਹੋਵੇ ਕੁੜੀ ਕੋਲ ਤੇ ਕੰਮ ਕਰਦੀ ਹੋਣੀ ਚਾਹੀਦੀ ਹੈ। ਹਾਂਜੀ ਹਾਂਜੀ ਅੱਛਾ ਕੰਮ, ਅੱਛਾ ਠੀਕ ਹੈ ਜੀ, ਮੇਨ ਨੈਸ਼ਨੈਲਿਟੀ ਦੇ ਨਾਲ ਕੰਮ ਵੀ ਕਰਦੀ ਹੋਣੀ ਚਾਹੀਦੀ। ਚਲੋ ਠੀਕ ਹੈ ਜੀ, ਤੇ ਫਿਲਹਾਲ ਹਾਂਜੀ 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 ਉਹ ਚੀਜ਼ ਜ਼ਰੂਰੀ ਹੈ। ਚਲੋ ਸਹੀ ਆ ਜੀ। ਤੇ ਬਾਕੀ ਇੱਕ ਬਾਈ ਜੀ ਨੇ ਹੁਣ ਮੈਨੂੰ ਵੈਸੇ ਪੁੱਛਿਆ, ਕਹਿੰਦੇ ਇੰਡੀਆ ਤੋਂ ਹੈਵੀ ਲਾਇਸੈਂਸ ਆ, ਕਿਸ ਕੰਟਰੀ ਦੇ ਵਿੱਚ ਅਸੀਂ ਕਹਿੰਦੇ ਚਲਾ ਸਕਦੇ ਹਾਂ? ਇਹਦੇ ਲਈ ਚਲੋ ਫਿਲਹਾਲ ਦੱਸ ਦਿੰਦੇ ਕਿ ਇਟਲੀ ਵਿੱਚ ਤੁਸੀਂ ਇੰਡੀਆ ਦਾ ਇੰਟਰਨੈਸ਼ਨਲ ਲਾਇਸੈਂਸ ਲੈ ਕੇ ਆਉਂਦੇ ਹਾਂ ਤਾਂ 1 ਸਾਲ ਚਲਾ ਸਕਦੇ ਹਾਂ ਜਿਸ ਦਿਨ ਤੋਂ ਤੁਹਾਡਾ ਰੈਜੀਡੈਂਸ ਆ ਬਣਿਆ। ਅਤੇ ਬਾਕੀ ਆਪਣੇ ਪਾਕਿਸਤਾਨ ਕਿਹਾ ਗਿਆ, ਆਪਣੇ ਫਰਾਂਸ ਵਿੱਚ ਭਾਜੀ ਕੀ ਹਿਸਾਬ ਆ ਕਿ ਉਹਦੇ ਵਿੱਚ ਕਿੰਨਾ ਇੰਡੀਆ ਦਾ ਜਿਹੜਾ ਹੈਵੀ ਲਾਇਸੈਂਸ ਕਿੰਨਾ ਟਾਈਮ ਚਲਾ ਸਕਦੇ ਹਾਂ ਜੀ? ਭਾਜੀ ਇਹ ਕਾਨੂੰਨ ਜਿਹੜਾ ਸਾਰੇ ਯੂਰਪ ਦੇ ਵਿੱਚ ਹੀ ਆ ਵੀ ਤੁਸੀਂ ਇੰਡੀਆ ਦੇ ਹੈਵੀ ਲਾਇਸੈਂਸ ਦੇ ਉੱਪਰ 1 ਸਾਲ ਤੱਕ ਤੁਸੀਂ ਚਲਾ ਸਕਦੇ ਆ, ਠੀਕ ਹੈ ਜੀ। ਠੀਕ ਹੈ ਜੀ, ਹਾਂਜੀ ਤੇ ਉਹਦੇ ਵਿੱਚ ਕੀ ਕਰਦੇ ਜਿਹੜੇ ਆਪਣੇ ਬੰਦੇ, ਜਿਹੜੇ ਬਹੁਤ ਬੰਦੇ ਇੱਥੇ ਜਿਹੜੇ ਕਿ ਗੱਡੀ ਉੱਦਾਂ ਹੀ ਚਲਾਈ ਫਿਰਦੇ ਆ, ਹੈਵੀ ਹਾਂ ਲਾਇਸੈਂਸ ਹੈਗਾ ਉਹਨਾਂ ਕੋਲੇ, ਹਾਂਜੀ ਉਹ ਕਹਿੰਦੇ ਜਿੱਦੇ ਫੜੇ ਗਏ ਉੱਦੇ ਕਹਿ ਦੇਵਾਂਗੇ ਵੀ ਸਾਨੂੰ ਤਾਂ ਪਤਾ ਨਹੀਂ ਸੀਗਾ, ਤੇ ਉਦੋਂ ਬਾਅਦ ਸਾਲ ਚਲਾ ਲਵਾਂਗੇ, ਕੋਈ ਗੱਲ ਨਹੀਂ ਉਦੋਂ ਵਿੱਚ ਵਿੱਚ ਲਾਇਸੈਂਸ ਲੈ ਲਵਾਂਗੇ, ਹਾਂਜੀ 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 ਠੀਕ ਹੈ ਜੀ, ਆਪਣੇ ਮਨੇ ਥੱਕਾ ਚੱਲ ਪੱਕਾ ਜਾਂਦੇ, ਕਰਦੇ ਕਹਿੰਦਾ ਹਾਂ ਜੀ। ਮਤਲਬ ਕਿ ਹਾਂਜੀ ਰਿਸਕ ਲੈ ਲੈਂਦੇ। ਰਿਸਕ ਲੈ ਲੈਂਦੇ, ਪਰ ਹੁਣ ਅੱਜ ਕੱਲ੍ਹ ਸਾਡੇ ਇੱਧਰ ਹੋਇਆ, ਜਿਹੜਾ ਬੰਦਾ ਇੱਦਾਂ ਧੱਕਾ ਕਰਦਾ ਉਹਨੂੰ 4400 ਦਾ ਹੋਰ ਧੱਕਾ ਪੈਂਦਾ ਜੀ। ਅਤੇ ਉਸ ਤੋਂ ਬਾਅਦ ਜਿਹੜੇ ਆਪਣੀ ਜਿਹੜੀ ਗੱਡੀ ਆ ਉਹ ਉੱਥੇ ਜ਼ਬਤ ਕਰ ਲੈਂਦੇ ਆ, ਅਤੇ ਰੋਜ਼ ਦੇ ਮੇਰੇ ਹਿਸਾਬ ਨਾਲ 5-6 ਯੂਰੋ ਲੈਂਦੇ ਆ, ਕਹਿੰਦੇ ਵੀ ਤੇਰੀ ਗੱਡੀ ਦੀ ਅਸੀਂ ਸਾਂਭ ਸੰਭਾਲ ਕਰ ਰਹੇ ਹਾਂ, ਅਤੇ 3 ਮਹੀਨੇ ਲਈ ਅਸੀਂ ਰੱਖਣੀ ਹੈ, ਅਤੇ ਰੋਜ਼ ਦੇ 4-5 ਰੁਪਏ ਦੇ ਹਿਸਾਬ ਨਾਲ 90 ਨੂੰ ਗੁਣਾ ਕਰਕੇ ਦੇਖ ਲਓ, ਅਤੇ 9 5 45 450 ਰੁਪਈਆ ਉਹਦੇ 'ਚ, 4400 1, ਜਾਣੀ ਬੰਦਾ 4-5 ਹਜ਼ਾਰ ਯੂਰੋ ਨੂੰ ਜਿੱਦਾਂ ਕਹਿੰਦੇ ਸੇਲ ਹੋ ਜਾਂਦਾ ਹੁਣ ਕੀ ਕਹਿਣਾ। ਹਾਂਜੀ 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 ਤੇ ਭਾਜੀ, ਸਲਾਮ ਦੇ ਪੇਪਰ ਕਿਹੜੇ ਹੁੰਦੇ? ਕਹਿੰਦੇ ਸਲਾਮ ਦੇ ਪੇਪਰ ਨਾਲ ਬੰਦਾ ਪੱਕਾ ਹੋ ਸਕਦਾ? ਸਲਾਮ ਆਪਣੀ ਦੂਜੇ ਭਾਜੀ ਉਹੀ ਹੋ ਗਏ
ਇਸਾਈਲਮ ਹੋ ਗਿਆ, ਇਸਾਈਲਮ ਲਿਖਣਾ ਸੀ ਇਹਨਾਂ ਨੇ, ਅੱਛਾ ਜੀ, ਇਸਾਈਲਮ ਅਜ਼ੀਲ ਉਹੀ ਹੋ ਗਈ, ਰਿਫਿਊਜੀ। ਠੀਕ ਹੈ, ਰਿਫਿਊਜੀ ਆ ਗਿਆ ਹਾਂ ਜੀ। ਹਾਂਜੀ ਅੱਛਾ, ਉਹਦਾ ਨਾ ਅਜ਼ੀਲ ਭਾਜੀ ਬੰਦਾ ਉਸਦਾ ਨਾਮ ਪੱਕ, ਹੈ। ਹਾਂਜੀ ਠੀਕ ਹੈ ਜੀ, ਹਾਂ, ਉਹ ਤਾਂ ਪੱਕਾ ਹੀ ਹੈ ਭਾਜੀ ਉਹਨਾਂ ਨਾਲ ਤੇ ਬੰਦਾ ਇਟਲੀ ਦੇ ਵਿੱਚ ਸੈਲਮ ਵਾਲਿਆਂ ਨਾਲ ਤੇ। ਠੀਕ ਹੈ ਜੀ। ਤੇ ਬਾਕੀ ਹੁਣ ਬੰਦੇ ਤਾਂ ਇਟਲੀ ਦੇ ਅਜ਼ੀਲੋ ਬਾਰੇ ਪੁੱਛਦੇ, ਅਜ਼ੀਲੋ ਪੋਲੀਟਿਕੋ ਬਾਰੇ, ਤੇ ਕਹਿੰਦੇ ਕਨਡਕਟ ਕਰਾ ਕੇ ਚੇਂਜ ਹੋ ਸਕਦੀ ਹੈ, ਤੇ ਇੱਥੇ ਪੇਪਰ ਚੇਂਜ ਤਾਂ ਹੋ ਸਕਦੇ ਆ ਜੀ ਇਹ। ਤੇ ਰਾਜਨ ਸੁਣਦੀ ਭਾਜੀ, ਵੀ ਮੈਨੂੰ ਇਸ ਟੌਪਿਕ ਤੇ ਵੀਡੀਓ ਤਾਂ ਮੈਂ ਬਣਾਉਂਗਾ, ਪਰ ਪੂਰੀ ਪੱਕੀ ਤਰ੍ਹਾਂ ਇਨਫੋਰਮੇਸ਼ਨ ਲੈ ਕੇ ਮੈਂ ਆਪਣੇ ਇੱਥੇ ਕਸਤੂਰੇ ਵਾਲਿਆਂ ਤੋਂ ਵੀ ਪੁੱਛੂਂਗਾ, ਕਿਉਂਕਿ ਐਵੇਂ ਮੈਂ ਤੁਹਾਨੂੰ ਨੈੱਟ ਤੋਂ ਕੋਈ ਚੀਜ਼ ਪੜ੍ਹ ਕੇ ਦੱਸ ਦਵਾਂ, ਬਾਅਦ ਵਿੱਚ ਤੁਹਾਨੂੰ ਉਹ ਇਨਫੋਰਮੇਸ਼ਨ ਗਲਤ ਹੋਵੇ, ਜਦ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੀ ਇਨਫੋਰਮੇਸ਼ਨ ਅਸੀਂ ਦਿੰਦੇ ਹਾਂ ਜਾਂ ਭਾਜੀ ਨੇ ਵੀ ਦਿੱਤੀ, ਉਹ ਇਨਫੋਰਮੇਸ਼ਨ ਅਸੀਂ ਕੋਈ ਪ੍ਰੂਫ ਦੇ ਬੇਸ 'ਤੇ ਦਿੰਦੇ ਹਾਂ, ਇੱਦਾਂ ਤੁਹਾਨੂੰ ਹਵਾ 'ਚੋਂ ਚੱਕ ਕੇ ਨਹੀਂ ਦੇ ਦਿੰਦੇ ਵੀ, ਕਿਉਂਕਿ ਕੱਲ੍ਹ ਨੂੰ ਜੇ ਕਿਸੇ ਨੂੰ ਆਪਾਂ ਦੇਣੀ ਆ ਭਾਜੀ ਸਹੀ ਗੱਲ ਨਾ, ਕੋਈ ਇਨਫੋਰਮੇਸ਼ਨ ਦੇਣੀ ਹੈ ਤਾਂ ਸਹੀ ਦਿਓ, ਇਹਦੇ ਨਾਲੋਂ ਤਾਂ ਆਪਾਂ ਉਹਨੂੰ ਨਾ ਦਈਏ, ਕੀ ਖਿਆਲ ਆ ਭਾਜੀ? ਬਾਕੀ ਤੁਹਾਡੀ ਗੱਲ ਭਾਜੀ ਬਿਲਕੁਲ ਸਹੀ, ਆਪਣੀ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਵੀਡੀਓ ਪਾਉਂਦੇ ਹਾਂ ਆਪਾਂ ਲੇਟ ਹੈ, ਪਰ ਵਧੀਆ ਇਨਫੋਰਮੇਸ਼ਨ, ਗਰਾਊਂਡ ਲੈਵਲ ਦੀ ਇਨਫੋਰਮੇਸ਼ਨ। ਹੁਣ ਮੈਂ ਪੋਲੈਂਡ ਦੇ ਉੱਪਰ ਵੀਡੀਓ ਨਹੀਂ ਪਾ ਰਿਹਾ, ਪੋਲੈਂਡ ਦੀ ਵੀਡੀਓ ਦੀ ਬਹੁਤ ਡਿਮਾਂਡ ਆ ਰਹੀ ਹੈ। ਹਾਂਜੀ ਜਦੋਂ ਮੈਂ ਵੀਡੀਓ, ਮੈਂ 3-4 ਵਾਰੀ ਵੀਡੀਓ ਬਣਾ ਕੇ ਮੈਂ ਡਿਲੀਟ ਕੀਤੀ, ਜਦੋਂ ਵੀਡੀਓ ਬਣਾਈ ਦੀ ਹੈ ਕੋਈ ਨਾ ਕੋਈ, ਫਿਰ ਕੋਈ ਨਾ ਕੋਈ ਬੰਦਾ ਫੋਨ ਲਾ ਕੇ ਕੋਈ ਨਾ ਕੋਈ ਗੱਲ ਪੁੱਛ ਲੈਂਦਾ ਕਿ ਭਾਜੀ ਹਾਂਜੀ ਆਹ ਗੱਲ ਵਾਕਈ ਸਹੀ ਹੈ ਪੋਲੈਂਡ ਦੇ ਵਿੱਚ, ਫਿਰ ਰੁਕ ਜਾਈਦਾ ਯਾਰ ਵੀ ਸ਼ਾਇਦ ਇਹ ਗੱਲ ਨਿਕਲ ਨਾ ਆਵੇ, ਕੱਲ ਨੂੰ ਵੀਡੀਓ ਪਾ ਦਾਂ, ਕਿਉਂਕਿ ਅੱਜ ਤੋਂ ਸਾਲ ਪਹਿਲਾਂ ਮੈਂ ਪੋਲੈਂਡ ਦੀ ਵੀਡੀਓ ਪਾਈ ਸੀਗੀ ਅੱਛਾ ਜੀ, ਤੇ ਮੈਨੂੰ ਪਤਾ ਵੀ ਲੋਕਾਂ ਨੇ ਗਾਲਾਂ ਬਹੁਤ ਕੱਢੀਆਂ ਸੀ ਮੇਰੀ ਵੀਡੀਓ ਥੱਲੇ। ਕਿਉਂ ਜੀ? ਹਾਂ ਉਹਦੇ ਵਿੱਚ ਕੁਛ ਮੇਥੋਂ ਉਦੋਂ ਪਹਿਲੀ ਵਾਰੀ ਗਲਤੀ ਹੋਈ ਸੀ, ਕੋਈ ਇਨਫੋਰਮੇਸ਼ਨ ਕੋਈ ਉਹਦੇ 'ਚ ਗਲਤ ਦਿੱਤੀ ਗਈ ਸੀਗੀ, ਤੇ ਪੋਲੈਂਡ ਤੋਂ ਮੈਨੂੰ ਬਹੁਤ ਕਾਲਾਂ ਆਈਆਂ ਸੀ ਤੇ ਮੈਨੂੰ ਅੱਛਾ ਵੀਡੀਓ ਅੱਛਾ ਡਿਲੀਟ ਅੱਛਾ, ਕਰਨੀ ਪਈ ਸੀ। ਹਾਂਜੀ ਹਾਂਜੀ ਉਸ ਸਮਝ ਗਿਆ। ਕਰਕੇ ਜਿੱਦਾਂ ਡਰ ਲੱਗਦਾ ਵੀ ਕੰਨੀ ਹੱਥ ਲੱਗੇ ਵੀ ਕੋਈ ਇਨਫੋਰਮੇਸ਼ਨ ਜੋ ਕੋਈ ਬੰਦੇ ਵਿਸ਼ਵਾਸ ਕਰਦੇ ਆ ਆਪਣੇ ਤੇ, ਕੋਈ ਸੁਣਦੇ ਆ ਹਾਂਜੀ ਇਹ ਗੱਲ ਵੀ ਤਾਂ ਆਪਣੀ ਹੈ। ਕੋਈ ਦੁਕਾਨਦਾਰੀ ਤਾਂ ਹੈ ਨਹੀਂ ਗੀ, ਹਾਂਜੀ ਵੀ ਆਪਾਂ ਨੂੰ ਕੋਈ ਇਹ ਤਾਂ ਹੈ ਨਹੀਂ ਗਾ ਵੀ ਆਪਣੇ ਕੋਲੇ ਗਾਹਕ ਆਉਣਗੇ, ਤੇ ਇਹ ਹੁੰਦਾ ਵੀ ਚਲੋ ਜੇ ਕਿਸੇ ਨੂੰ ਦੱਸਣਾ ਤੇ ਕੱਲ ਨੂੰ ਕੋਈ ਬੰਦਾ ਤੁਹਾਡੇ ਤੇ ਕੋਈ ਉਂਗਲੀ ਨਾ ਕਰ ਦੇਵੇ, ਉਂਗਲੀ ਨਾ ਕਰ ਸਕੇ। ਹਾਂਜੀ ਠੀਕ ਆ। ਹਾਂਜੀ ਹਾਂਜੀ ਹੁਣ ਇੰਡੀਆ ਨੂੰ ਵੀ ਜਾਈਦਾ ਆ, ਇੰਡੀਆ ਨੂੰ ਜੋ ਜਾਈਦਾ ਆ ਕੋਈ ਨਾ ਕੋਈ ਬੰਦੇ ਪਲੇਨ ਦੇ ਵਿੱਚ ਹੁੰਦੇ, ਇੱਕ ਦੋ ਬੰਦੇ ਪਛਾਣ ਲੈਂਦੇ ਆ ਕਿ ਭਾਜੀ ਪਛਾਣ ਤੁਸੀਂ ਲੈਂਦੇ ਉਹ ਆ, ਤੁਹਾਡੇ ਨਾਲ ਵੀਡੀਓ ਦੇਖ ਰਹੇ ਆ, ਉਹ ਗੱਲ ਹੁੰਦੀ ਹੈ ਵੀ ਇੱਜ਼ਤ ਬਣੀ ਹੋਈ ਆ, ਨਹੀਂ ਬੰਦਾ ਗਲੋਂ ਫੜ ਕੇ ਦੋ ਚਪੇੜੇ ਮਾਰਦੇ ਆ ਕਿ ਤੂੰ ਕੀ ਬਕਵਾਸ ਕਰਦਾ ਯੂਟਿਊਬ ਦੇ ਉੱਪਰ ਵੀਡੀਓ ਬਣਾਉਂਦਾ ਰਹਿੰਦਾ, ਉਹ ਗੱਲ ਫਿਰ ਇੱਜ਼ਤ ਥੋੜੀ ਹੈ। ਹਾਂਜੀ ਨਾ ਇਹ ਤਾਂ ਗੱਲ ਹੈਗੀ ਹੈ। ਤੇ ਭਾਜੀ ਇੱਕ ਲਾਸਟ ਸਵਾਲ ਸੀ, ਉਸ ਤੋਂ ਬਾਅਦ ਫਿਰ ਹੁਣ ਭਾਜੀ ਦੀ ਅੱਜ ਸਿਹਤ ਵੀ ਠੀਕ ਨਹੀਂ ਸੀ, ਪਰ ਫਿਰ ਵੀ ਭਾਜੀ ਕਹਿੰਦੇ ਚਲੋ ਕੋਈ ਨਹੀਂ, ਅੱਜ ਕਾਫੀ ਟਾਈਮ ਤੋਂ ਅਸੀਂ ਇੱਕ ਇਹ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਸੀ, ਤੇ ਮੈਂ ਕਿਹਾ ਚਲੋ, ਕਹਿੰਦੇ ਭਾਜੀ ਕਹਿੰਦੇ ਕੋਈ ਨਹੀਂ ਅੱਜ ਬਣਾ ਲੈਂਦੇ ਆ। ਤੇ ਲਾਸਟ ਸਵਾਲ ਆ ਭਾਜੀ, ਇੱਕ ਆਪਣਾ ਨਾਮ ਆ ਬੰਦੇ ਦਾ, ਮੈਂ ਤੁਹਾਨੂੰ ਹੁਣੇ ਦੱਸਦਾ ਕਮੈਂਟਾਂ 'ਚ ਕੱਢ ਕੇ, ਆਪਣਾ ਹਰਜੀਤ ਸਿੰਘ ਗਿੱਲ ਭਾਜੀ ਪੁੱਛਦੇ ਆ, ਕਹਿੰਦੇ ਭਾਜੀ ਨਟ ਬੋਲਟ ਦਾ ਜਿਹੜਾ ਕੰਮ ਆ ਇਟਲੀ ਤੇ ਪੈਰਿਸ ਵਿੱਚ ਕਿੱਦਾਂ ਦਾ? ਭਾਜੀ ਤੁਸੀਂ ਪੈਰਿਸ ਬਾਰੇ ਦੱਸੋ, ਬਾਅਦ ਵਿੱਚ ਫਿਰ ਮੈਂ ਇਟਲੀ ਬਾਰੇ ਦੱਸਦਾ ਜਿਹੜੇ ਨਟ ਬੋਲਟਾਂ ਦਾ ਕੰਮ ਹੁੰਦਾ। ਇੱਥੇ ਭਾਜੀ ਮੈਂ ਸੁਣਿਆ ਨਹੀਂ ਹੈ, ਮੈਂ ਕਹਿੰਦਾ ਮੈਨੂੰ ਇਹਦੇ ਬਾਰੇ ਨਹੀਂ ਪਤਾ, ਇਸ ਕੰਮ ਬਾਰੇ ਨਾ ਹਾਂਜੀ, ਪੈਸ ਦੇ ਵਿੱਚ ਮੈਂ ਇੱਦਾਂ ਕਰਾਂ, ਤੁਸੀਂ ਇਡਲੀ ਬਾਰੇ ਦੱਸ ਦਿਓ ਵੀਰ ਨੂੰ। ਜਿੱਥੇ ਤੱਕ ਮੈਨੂੰ ਹਰਜੀਤ ਆਪਣਾ ਹਰਜੀਤ ਭਾਜੀ ਨਟ ਬੋਲਟ ਦਾ ਜਿਹੜਾ ਤੁਸੀਂ ਕੰਮ ਕਹਿੰਦੇ ਆ, ਸ਼ਾਇਦ ਉਹ ਆ ਜਿਹੜੇ ਘਰ ਵਿੱਚ ਲਿਆ ਕੇ ਬੰਦੇ ਨਟ ਬੋਲਟ ਕੱਸਦੇ ਆ, ਮੇਰੇ ਹਿਸਾਬ ਨਾਲ ਉਹੀ ਹੋਣਾ ਕਿ ਹਰ ਰੋਜ਼ ਉਹਨਾਂ ਨੂੰ ਪੀਸ ਮਿਲਦੇ ਆ। ਕਾਫੀ ਆਪਣੇ ਬੰਦਿਆਂ ਨੇ ਵੀ ਕੰਮ ਚਲਾਇਆ, ਜਿੱਦਾਂ ਉਹਨਾਂ ਨੂੰ 100 ਪੀਸ, 200 ਪੀਸ, 1000, 200 ਪੀਸ ਦੇ ਦੇਣਾ, ਵੀ ਤੁਸੀਂ ਇਹਨਾਂ ਨੂੰ ਚੂੜੀਆਂ ਕੱਸ ਕੇ ਦੇ ਦੇਣੀਆਂ, ਜਾਂ ਫਿਰ ਜਰਾਬਾਂ ਹੁੰਦੀਆਂ ਉਹਨਾਂ ਨੂੰ ਸਟਿੱਕਰ ਲਾਉਣਾ, ਜਿੱਥੇ ਤੱਕ ਮੈਨੂੰ ਸ਼ੱਕ ਪੈਂਦੀ ਹੈ ਉਹੀ ਕੰਮ ਆ। ਤੇ ਫਰਾਂਸ ਵਿੱਚ ਜੇ ਭਾਜੀ ਨੇ ਕਿਹਾ ਵੀ ਉਹਨਾਂ ਨੂੰ ਪਤਾ ਨਹੀਂ, ਇਹਦਾ ਮਤਲਬ ਇਹ ਵਾਲਾ ਕੰਮ ਹੋਣਾ ਨਹੀਂ, ਕਿਉਂਕਿ ਇਟਲੀ ਵਿੱਚ ਇਦਾਂ ਦੇ ਕੰਮ ਬਹੁਤ ਚੱਲਦੇ ਆ, ਫੈਕਟਰੀਆਂ ਨਾਲੋਂ ਜ਼ਿਆਦਾ ਹੁਣ ਘਰਾਂ ਦੇ ਵਿੱਚ ਸਪਲਾਈ ਹੋ ਰਿਹਾ ਇਹ ਵਾਲਾ ਕੰਮ, ਜਿੱਦਾਂ ਜਿਹੜੇ ਫੈਕਟਰੀਆਂ 'ਚ ਉਹਨਾਂ ਨੂੰ ਮਹਿੰਗਾ ਪੈਂਦਾ, ਉਹ ਉਹਨਾਂ ਨੇ ਪ੍ਰਾਈਵੇਟ ਬੰਦਿਆਂ ਨੂੰ ਦੇ ਦਿੱਤੇ ਆ ਵੀ ਤੁਸੀਂ ਇਹ ਵਾਲੇ ਕੰਮ ਕਰਾਓ। ਅੱਛਾ, ਉਹਨੂੰ ਲੇਬਰ ਸਸਤੀ ਮਿਲ ਹਾਂ, ਜਾਂਦੀ ਹੈ। ਲੇਬਰ ਸਸਤੀ ਪੈ ਜਾਂਦੀ ਹੈ, ਜਿੱਥੇ ਮੰਨ ਲਓ ਉਹਨਾਂ ਨੇ ਕੋਈ ਜਰਾਬਾਂ ਦੇਖ ਲਓ, ਹੁਣ ਜਰਾਬਾਂ ਦੀ ਪੈਕਿੰਗ ਆਉਂਦੀ ਹੈ, ਉਹਦਾ ਕੀ ਹੈ, ਉਹਦੇ ਉੱਤੇ ਸਟਿੱਕਰ ਲਾਉਣੇ ਹੁੰਦੇ ਆ, ਜੇ ਕੋਈ ਬੰਦਾ ਉਹਨਾਂ ਨੇ ਉੱਥੇ ਕੰਮ 'ਤੇ ਰੱਖਿਆ ਉਹਨੂੰ ਤਨਖਾਹ ਦੇਣੀ ਪੈਣੀ ਮਹੀਨੇ ਦੀ, ਅਤੇ ਇੱਥੇ ਉਹਨੇ ਇੱਕ ਪ੍ਰਾਈਵੇਟ ਬੰਦਾ ਰੱਖ ਲੈਣਾ, ਉਹਨਾਂ ਨੇ ਕਹਿਣਾ ਵੀ ਉਹਨੂੰ ਜੇ ਅਸੀਂ 1000 ਦਿੰਦੇ ਹਾਂ ਅਤੇ ਤੈਨੂੰ ਐਂ ਕਰਦੇ, ਤੈਨੂੰ ਆਹ ਸਾਰੇ ਕੰਮ ਦਾ ਤੈਨੂੰ 500 ਦਿੰਦੇ ਹਾਂ, ਅਤੇ ਉਹ 500 ਦੇ ਵਿੱਚ ਉਹ ਮੋਢਲੇ ਬੰਦੇ ਨੇ ਕਹਿ ਦੇਣਾ ਅਸੀਂ ਤੁਹਾਨੂੰ 400 ਦਿੰਦੇ ਹਾਂ, ਹਿਸਾਬ ਨਾਲ ਅੱਗੇ ਤੋਂ ਅੱਗੇ ਚੇਨ ਤੁਰੀ ਹੋਆ ਜੀ, ਅਤੇ ਉਹ ਦਰਜਨਾਂ ਦੇ ਹਿਸਾਬ ਨਾਲ ਪੈਸੇ ਜਾਂਦੇ ਆ। ਹਾਂਜੀ, ਅਤੇ ਨਟ ਬੋਲਟ ਦਾ ਇਹੀ ਕੰਮ ਸੀ, ਇੱਥੇ ਮੈਂ ਕਾਫੀ ਬੰਦਿਆਂ ਨੂੰ ਸੁਣਿਆ ਸੀ, ਅਤੇ ਵਿਚਾਰਿਆਂ ਦੀ ਉਂਗਲੀਆਂ ਵੀ ਰਹਿ ਜਾਂਦੀਆਂ, ਇੱਦਾਂ ਨਹੀਂ ਵੀ ਇਹ ਹੁੰਦਾ ਵੀ 1 ਸੈਂਟ ਮਿਲਦੇ ਆ, 2 ਸੈਂਟ ਮਿਲਦੇ ਆ, ਇੱਦਾਂ ਦਾ ਕੋਈ ਹਿਸਾਬ ਹੁੰਦਾ ਇੱਕ ਨਟ ਬੋਲਟ ਦੇ ਵਿੱਚ। ਹਾਂਜੀ ਹਾਂਜੀ ਹਾਂਜੀ, ਅਤੇ ਚਲੋ ਕੋਈ ਨਹੀਂ, ਅਤੇ ਬਾਕੀ ਆਪਣੇ ਰਾਜਨ ਸੋਢੀ ਭਾਜੀ ਕਹਿੰਦੇ
ਅੱਛਾ, ਕਹਿੰਦੇ ਵੀ ਤਾਂ ਹੀ ਤੁਹਾਨੂੰ ਲਾਸਟਲੇ 6 ਮਹੀਨਿਆਂ ਤੋਂ ਫੋਲੋ ਕਰ ਰਹੇ ਹਾਂ, ਕਿਉਂਕਿ ਜਿਹੜੀਆਂ ਤੁਹਾਡੀਆਂ ਕਹਿੰਦੇ ਗੱਲਾਂ ਅਤੇ ਸਲਾਹਾਂ ਬਿਲਕੁਲ ਸਹੀ ਹੁੰਦੀਆਂ ਜੀ। ਅਤੇ ਚਲੋ ਬਹੁਤ ਵਧੀਆ ਕੰਮ, ਕਹਿੰਦਾ ਕੰਮ ਆਪਣਾ ਫੈਕਟਰੀ ਵਿੱਚ ਕੰਮ ਕਰਦਾ, ਅਤੇ ਤਾਂ ਹੀ ਰਿਕੁਐਸਟ ਕਰ ਰਿਹਾ ਤੁਹਾਡੇ ਤੋਂ ਟਾਈਮ ਤੋਂ। ਅੱਛਾ ਓਕੇ ਜੀ। ਚਲੋ ਵੀਰ ਸੋਹਤਾ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਕੁਲਵੀਰ ਭਾਅ ਜੀ, ਅਤੇ ਭਾਅ ਜੀ ਤੁਹਾਨੂੰ ਕਹਿੰਦੇ ਜੀ ਬਹੁਤ ਥੈਂਕਸ ਕਰਦੇ ਤੁਹਾਨੂੰ ਸਾਰੇ ਕਿ ਇਨਫੋਰਮੇਸ਼ਨ ਦੇਣ ਲਈ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਅਤੇ ਚਲੋ ਠੀਕ ਆ ਭਾਅ ਜੀ, ਹੁਣ ਥੈਂਕ ਤੁਸੀਂ ਯੂ। ਹੁਣ ਆਪਣਾ ਕੀ ਕਹਿੰਦੇ ਹੁਣ ਰੈਸਟ ਕਰੋ ਜੀ, ਅਤੇ ਹੁਣ ਆਪਾਂ ਵੀ ਆਪਣਾ ਜਿਹੜਾ ਅੱਜ ਦਾ ਲਾਈਵ ਇੱਥੇ ਰੋਕ ਦਿੰਦੇ ਹਾਂ, ਅਤੇ ਬਾਕੀ ਆਫਲਾਈਨ ਦੇ ਵਿੱਚ ਤਾਂ ਸਾਰਿਆਂ ਨੂੰ ਮਿਲ ਹੀ ਜਾਣਾ ਜੀ। ਅਤੇ ਭਾਅ ਜੀ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਜਿੱਦਾਂ ਕਹਿ ਦਈਏ ਸ਼ੁਕਰ ਗੁਜ਼ਾਰ ਹਾਂ ਜੀ, ਕਿ ਹਾਂਜੀ ਤੁਸੀਂ ਜਿਹੜਾ ਜੀ ਆਪਣਾ ਨਹੀਂ ਇਹ ਟਾਈਮ ਕੱਢਿਆ ਜੀ ਆਪਣਾ ਜਿਹੜਾ ਨਹੀਂ ਭਰਾਵਾ, ਟਾਈਮ ਇਹ ਚ ਕਹੇ ਚ ਕਹਿੰਦਾ ਟਾਈਮ ਹੈ ਤਾਂ ਚਲੋ ਇੱਕ ਸੇਵਾ ਆ ਲੋਕਾਂ ਦੀ ਹੈ ਨਾ, ਕੋਈ ਹਾਂਜੀ ਲੋਕੀ ਹਾਂਜੀ ਕੋਈ ਵੀਰ ਭਲਾ ਸੁਣ ਲਵੋ, ਕੋਈ ਕਿਸੇ ਦੇ ਧੋਖੇ ਠੱਗੀ ਧੋਖੇ ਤੋਂ ਬਚ ਜੂਗਾ ਬਚ ਨਾ। ਜਾਵੇ। ਹਾਂਜੀ ਆਪਾਂ ਮੇਨ ਤਾਂ ਇਹੀ ਗੱਲ ਕਹਿੰਦੇ ਨਾ ਵੀ ਤਾਂ ਕੋਈ ਵੀਰ ਕੋਈ ਵੀਰ ਗੁੱਸਾ ਨਾ ਕਰਿਆ ਕਰੋ, ਜਦੋਂ ਕਈ ਵਾਰੀ ਮੈਸੇਜ ਤੁਸੀਂ ਕੁਲਵੀਰ ਭਾਜੀ ਨੂੰ ਵੀ ਕਰਦੇ ਹੋ ਤਾਂ ਪੰਜਾਬੀ ਤੇ ਵੀ ਕਰਦੇ ਹੋ, ਮੈਨੂੰ ਵੀ ਕਰਦੇ ਹੋ, ਕਈ ਵਾਰੀ ਰਿਪਲਾਈ ਨਹੀਂ ਦੇ ਹੁੰਦਾ, ਮੈਸੇਜ ਬਹੁਤ ਹਾਂਜੀ ਜ਼ਿਆਦਾ ਆ ਜਾਂਦੇ, ਬਹੁਤ ਜ਼ਿਆਦਾ ਆਉਂਦੀ ਇਹ ਹੁਣ ਗੱਲ ਕਈ ਵੀਰ ਹਾਂਜੀ ਗੁੱਸਾ ਹੁਣ ਕਈ ਵੀਰ ਗੁੱਸਾ ਕਰਦੇ ਆ ਕਿ ਯਾਰ ਤੁਸੀਂ ਜਵਾਬ ਨਹੀਂ ਦਿੰਦੇ, ਤੁਸੀਂ ਵੀਡੀਓ ਬਣਾ ਬਣਾ ਕੇ ਹਾਂਜੀ ਛੱਡੀ ਜਾਂਦੇ ਹੋ ਜਾਂ ਕੰਮ ਕਰਕੇ ਦਿਖਾਓ, ਤੇ ਉਹਦੇ ਵਿੱਚ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੁਛ ਕਰਨ ਬਾਰੇ ਸੋਚਾਂਗੇ ਵੀ ਕੁਛ ਕਰੀਏ ਹਨਾ, ਵਧੀਆ ਕਰੀਏ ਕੋਈ ਵਧੀਆ ਕਰਨਾ ਫਿਊਚਰ ਦੇ ਵਿੱਚ ਹਾਂਜੀ ਵਾਸਤੇ ਵੀ, ਸ਼ਾਇਦ ਵੀ ਜੀ ਥੋੜੀ ਸਾਡੇ ਨਾਲ ਜੁੜੇ ਹੋਏ ਹੋ ਤੇ ਤੁਹਾਨੂੰ ਵੀ ਲੱਗੇ ਵੀ ਹਾਂ ਅਸੀਂ ਇਹਨਾਂ ਬੰਦਿਆਂ ਨਾਲ ਜੁੜੇ ਆ ਤੇ ਵੀ ਸਾਨੂੰ ਕੋਈ ਬੈਨੀਫਿਟ ਹੋਇਆ ਆ, ਇਨ ਫਿਊਚਰ ਅਸੀਂ ਆਪਣੇ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ, ਜੇਕਰ ਤੁਹਾਨੂੰ ਕੁਛ ਲੱਗਦਾ ਕਮੀ ਪੇਸ਼ੀ ਤਾਂ ਆਪਣੇ ਵਿਚਾਰ ਜ਼ਰੂਰ ਦਿਆ ਕਰੋ, ਤੇ ਬਾਕੀ ਗੁੱਸਾ ਗਿਲਾ ਨਾ ਕਰਿਆ ਕਰੋ, ਕੋਈ ਵੀਡੀਓ ਥੱਲੇ ਕਮੈਂਟ ਕਰਦਿਆ ਕਰੋ, 4-5 ਥੱਲੇ ਕਮੈਂਟ ਕਰਦਿਆ ਕਰੋ, ਕਮੈਂਟ ਤੇ ਕਰਦੇ ਸਾਨੂੰ ਵੀ ਹਾਂਜੀ ਪਤਾ ਲੱਗ ਜਾਂਦਾ ਵੀ ਹਾਂ ਹਾਂਜੀ ਬੰਦਾ ਵੀ ਇਹ ਵਾਰ ਵਾਰ ਸਵਾਲ ਪੁੱਛਦਾ ਪਿਆ, ਵੀ ਇਹਨੂੰ ਜਵਾਬ ਦੇ, ਵੀਡੀਓ ਸਵਾਲ ਹਰ ਇੱਕ ਕਰਨਾ ਵੀਡੀਓ ਪੈਂਦਾ ਲਾਈਕ ਜੀ। ਜ਼ਰੂਰ ਕਰਦਿਆ ਕਰੋ। ਹਾਂਜੀ, ਤੇ ਬਾਕੀ ਭਾਅ ਜੀ ਅੱਜ ਵੀ ਕਮੈਂਟਾਂ ਦੇ ਵਿੱਚ ਮੈਨੂੰ ਬੰਦੇ ਆਪਣੇ ਲਾਈਵ ਦੇ ਵਿੱਚ ਵੀ ਕਮੈਂਟ ਆਈਆਂ, ਬੰਦੇ ਕਹਿੰਦੇ ਭਾਅ ਜੀ ਵੀ ਤੁਹਾਡਾ ਨੰਬਰ ਦੇਣ ਦਾ ਫਾਇਦਾ ਕੀ ਆ ਜਦ ਤੁਸੀਂ ਇਸ ਨੰਬਰ ਤੇ ਕਹਿੰਦੇ ਕਦੇ ਕਿਸੇ ਨੂੰ ਰਿਪਲਾਈ ਨਹੀਂ ਕਰਨੀ। ਮੈਂ ਉਹਨੂੰ ਵੀ ਬਾਈ ਜੀ ਨੂੰ ਇਹੀ ਦੱਸਦਾ, ਮੈਂ ਕਿਹਾ ਵੀ ਭਰਾਵਾ ਮੈਸੇਜ ਬਹੁਤ ਆਉਂਦੇ ਆ ਤੇ ਹੁਣ ਰਿਪਲਾਈ ਸਾਰਿਆਂ ਨੂੰ ਕਰਨੀ ਥੋੜੀ ਜਿਹੀ ਔਖੀ ਹੋ ਜਾਂਦੀ ਆ, ਤੇ ਚਲੋ ਕੋਈ ਗੱਲ ਨਹੀਂ, ਤੇ ਥੈਂਕਸ ਫੋਰ ਗਾਈਡਿੰਗ। ਹਾਂਜੀ ਹਾਂਜੀ ਚਲੋ, ਬਾਕੀ ਆਪਣੇ ਹਾਂਜੀ ਥੈਂਕ ਯੂ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਸੁਣਨ ਵਾਸਤੇ, ਜਿਹੜੇ ਵੀਰ ਹੁਣ ਸੁਣ ਰਹੇ ਆ ਜਾਂ ਵੀਰ ਜਿਹੜੇ ਬਾਅਦ ਚੋਂ ਸੁਣਨਗੇ, ਬਾਕੀ ਕਿਸੇ ਨੇ ਵੀ ਕੋਈ ਵੀ ਪੈਰਸ ਨੂੰ ਰਿਲੇਟਡ ਇਨਫੋਰਮੇਸ਼ਨ ਲੈਣੀ ਹੋਵੇ ਤੇ ਆਪਾਂ ਨੂੰ ਮੈਸੇਜ ਕਰ ਸਕਦਾ, ਕੋਈ ਗੱਲ ਨਹੀਂ, ਹਾਂਜੀ ਪੰਜਾਬੀ ਪੈਰਸ ਤੋਂ ਆਪਣਾ ਯੂਟਿਊਬ ਚੈਨਲ ਆ, ਫੇਸਬੁੱਕ ਤੇ ਵੀ ਹੈਗਾ ਆ ਆਪਣਾ, ਹਾਂਜੀ ਟਿਕਟੌਕ ਤੇ ਆਪਾਂ ਹੈ ਨਹੀਂ ਗੇ ਕਿਉਂਕਿ ਅੱਜ ਕੱਲ ਸਾਰੇ ਪੰਜਾਬੀ ਟਿਕਟੌਕ ਤੇ ਆ। ਹਾਂਜੀ ਹਾਂਜੀ ਟਿਕਟੌਕ, ਹਾਂਜੀ ਨਹੀਂ ਕੋਈ ਨਾ ਭਾਜੀ, ਟਿਕਟੌਕ ਦਾ ਵੀ ਜਿਹੜਾ ਨਾ ਅਕਾਊਂਟ ਛੇਤੀ ਬਣਾ ਲਵਾਂਗੇ, ਕੋਈ ਗੱਲ ਨਹੀਂ। ਨਹੀਂ ਪਰ ਉੱਥੇ ਟਿਕਟੌਕ ਦਾ ਅਗਰ ਚੈਨਲ ਬਣਾਇਆ ਵੀ ਤਾਂ ਉੱਥੇ ਵੀ ਇਨਫੋਰਮੇਸ਼ਨ ਹੀ ਦੇਣੀ ਆ, ਅਸੀਂ ਉਹ ਕੰਮ ਨਹੀਂ ਕਰ ਰਹੇ ਜਿਹੜੇ ਬਾਕੀ ਆਪਣੇ ਬੰਦੇ ਆਪਣੇ ਕਰ ਰਹੇ ਆ ਜ਼ਿਆਦਾਤਰ। ਉੱਥੇ ਫਾਇਦਾ ਨਹੀਂ ਹੈਗਾ ਕੋਈ। ਹਾਂਜੀ ਚਲੋ ਠੀਕ ਹੈ ਜੀ, ਸਾਡੇ ਚਲੋ ਵੀ ਚੰਗਾ ਥੈਂਕ ਭਾਜੀ, ਯੂ ਬਹੁਤ ਓਕੇ ਜੀ, ਬਹੁਤ, ਓਕੇ ਚੰਗਾ, ਸਤਿ ਸ਼੍ਰੀ ਓਕੇ ਅਕਾਲ ਭਾਅ ਜੀ, ਜੀ, ਓਕੇ ਸਤਿ ਸ਼੍ਰੀ ਅਕਾਲ ਜੀ, ਸਤਿ ਸਤਿ ਸ਼੍ਰੀ ਅਕਾਲ, ਅਕਾਲ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਅੱਲੋ ਰਾਹੀ ਦੇ ਮੰਪੋ। ਹਾਂਜੀ, ਤੇ ਹੁਣੇ ਹੀ ਇੱਕ ਸਵਾਲ ਆਇਆ ਸੀ ਭਾਅ ਜੀ ਦਾ, ਤੇ ਇਸ ਤੋਂ ਬਾਅਦ ਅਸੀਂ ਵੀ ਤੁਹਾਨੂੰ ਸਾਰਿਆਂ ਨੂੰ ਅਲਵਿਦਾ ਕਹਿੰਦੇ ਆ, ਕਿ ਕਹਿੰਦੇ ਸੀ ਇੱਥੇ ਕਿ ਭਾਅ ਜੀ ਇਹ ਜੀ ਕੀ ਗੱਲ ਨਹੀਂ ਭਾਅ ਜੀ, ਕਹਿੰਦੇ ਮੈਂ ਫੀਸੋ ਜੋਬ ਛੱਡਣ ਦੀ ਕਦੇ ਵੀ ਗਲਤੀ ਨਹੀਂ ਕਰੂੰਗਾ। ਸੰਦੀਪ ਸਿੰਘ ਭਾਅ ਜੀ, ਕਦੇ ਵੀ ਆਪਣਾ ਜਿਹੜਾ ਫੀਸੋ ਕੰਤਰਾਤੋ, ਕਦੇ ਵੀ ਆਪਣਾ ਨਾ ਛੱਡਿਓ ਜੀ, ਕਿਉਂਕਿ ਫੀਸੋ ਕੰਤਰਾਤੋ ਇੱਕ ਵਾਰ ਮਿਲ ਜਾਂਦੇ ਆ, ਦੁਬਾਰਾ ਨਹੀਂ ਮਿਲਦੇ, ਕਈ ਬੰਦਿਆਂ ਦੀਆਂ ਅੱਡੀਆਂ ਕਸ ਜਾਂਦੀਆਂ ਪਰ ਕੰਤਰਾਤੋ ਫੀਸੋ ਨਹੀਂ ਹੁੰਦੀ। ਕੁਲਵੀਰ ਸੋਤਾ ਟਿਕਟੌਕ ਬਾਰੇ ਕਹਿੰਦਾ ਰਹਿਣ ਦਿਓ, ਹਾਂਜੀ ਭਾਅ ਜੀ ਰਹਿਣ ਦੇਣਾ, ਤੁਸੀਂ ਫਿਕਰ ਨਾ ਕਰੋ। ਤੇ ਸਤਪਾਲ ਮਿਸ਼ਲ ਜੀ ਕਹਿੰਦੇ ਨੇ ਥੈਂਕਸ ਭਾਅ ਜੀ, ਲਵ ਯੂ ਆਲ ਜੀ, ਤੁਹਾਡਾ ਬੋਨਾ ਨੋਤੇ। ਤੇ ਇਟਾਲੀਅਨ ਬਾਰੇ ਵੀ ਅਸੀਂ ਹੋਵਾਂਗੇ ਕੱਲ ਨੂੰ ਸ਼ਾਇਦ, ਅਸੀਂ ਇੱਥੇ ਜਿਹੜੇ ਬੈਰਗਮ ਦੀ ਤੁਹਾਨੂੰ ਆਪਾਂ ਦੱਸਿਆ ਸੀ ਇੱਕ ਵਕੀਲ ਆ, ਉਹਦੇ ਨਾਲ ਸ਼ਾਇਦ ਲਾਈਵ ਹੋਵਾਂਗੇ, ਤੇ ਉਹਦੇ ਬਾਰੇ ਦੱਸਾਂਗੇ। ਜਿਹੜੇ ਵੀ ਤੁਹਾਡੇ ਅਜ਼ੀਲ ਦੇ ਸਵਾਲ ਆ, ਜਾਂ ਫਿਰ ਇੰਡੀਆ ਜਾ ਸਕਦੇ ਆ ਨਹੀਂ ਜਾ ਸਕਦੇ ਆ, 9 ਮਹੀਨਿਆਂ ਦੇ ਪੇਪਰ ਆ, ਜਾਂ ਫਿਰ ਹੋਰ ਵੀ, ਸਿੰਕਲ ਵੀ ਸਤਿ ਸ਼੍ਰੀ ਅਕਾਲ ਜੀ, ਅਤੇ ਹੋਰ ਵੀ ਜਿਹੜੇ ਤੁਹਾਡੇ ਸਵਾਲ ਆ, ਉਹ ਸਾਰੇ ਸਵਾਲ ਤੁਸੀਂ ਉਹਨੂੰ ਪੁੱਛਿਆ ਕਰੋ ਜੀ, ਜਿਹੜੇ ਕਿਉਂਕਿ ਹੁਣ ਵੀ ਮੈਨੂੰ ਜਿੰਨੇ ਵੀ ਸਵਾਲ ਪੁੱਛਦੇ ਸਾਰਿਆਂ ਨੂੰ ਮੈਂ ਉਹਦਾ ਨੰਬਰ ਦਿੰਦਾ ਹੁੰਦਾ, ਅਤੇ ਕੱਲ੍ਹ ਨੂੰ ਤੁਹਾਨੂੰ ਡਾਇਰੈਕਟ ਵਿੱਚ ਲਾਈਵ ਵਿੱਚ ਉਹਦਾ ਵਕੀਲ ਦਾ ਨੰਬਰ ਦੇ ਦੇਣਾ, ਅਤੇ ਜੋ ਵੀ ਤੁਹਾਡਾ ਲੀਗਲ ਤੌਰ 'ਤੇ ਐਡਵਾਈਸ ਆ, ਕਿਸੇ ਸਿਰ ਤੁਸੀਂ ਕੇਸ ਕਰਨਾ, ਤੁਹਾਡਾ ਪੈਸੇ ਲੈ ਕੇ ਕੋਈ ਦੌੜ ਗਿਆ, ਜੋ ਵੀ ਇੱਦਾਂ ਦਾ ਕੰਮ ਹੁੰਦਾ, ਤੁਹਾਨੂੰ ਸਾਰੀ ਲੀਗਲ ਐਡਵਾਈਸ ਉਹਦੇ ਤੋਂ ਮਿਲਿਆ ਕਰੂਗੀ। ਅਤੇ ਸਾਡਾ ਕੱਲ੍ਹ ਦਾ ਲਾਈਵ ਦੇਖਣਾ ਨਾ ਭੁੱਲਿਓ ਜੀ, ਵਕੀਲ ਦੇ ਨਾਲ ਆ, ਜੋ ਵੀ ਤੁਹਾਡੇ ਸਵਾਲ ਜਵਾਬ ਹੋਊਗੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਊਗੇ।
ਤੇ ਚਲੋ ਚੰਗਾ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਤਾਂ ਪੰਜਾਬੀ, ਅੱਜ ਅਸੀਂ ਲਾਈਵ ਹੋਏ ਸੀ ਜਾਦਵਿੰਦਰ ਭਾਜੀ ਨਾਲ ਪੰਜਾਬੀ ਪ੍ਰੈਸ ਤੋਂ। ਓਕੇ ਜੀ, ਸਤਿ ਸ਼੍ਰੀ ਅਕਾਲ। ਅਜ਼ੀਲੋ ਐਡਵੋਕੇਟ, ਹਾਂਜੀ ਅਜ਼ੀਲੋ ਐਡਵੋਕੇਟ, ਉਹਨੇ ਸਾਰੀ ਸਲਾਹ ਦੇਣੀ ਹੈ ਤੁਹਾਨੂੰ, ਹਾਂਜੀ ਕੱਲ੍ਹ ਦੇ ਲਾਈਵ ਦੇ ਵਿੱਚ। ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।